दोस्तों आज तुहानू लेके आए हां गुरप्रीत कुकी दे कार। ए जो तैयार हो रहे हन एने खुद आप कुकी साफ उड़न वाली कुकी नहीं पर एना नू हर कोई अपने जवारे तो उड़ांदा ही रहंदा है। लगदा है आज फेर कुकी साहब ऑफिस लई लेट हो गए ने। चलो इना नू तैयार हो लेन दईए इना वाल असी बाद च आवांगे। एने कुकी जी दी धर्मपत्नी इना नू हमेशा यही लग्या रहंदा है कि इना ने कुकी नाल व्याह करके उसने बहुत वड्डा एहसान किया है। एक घर इन्हां ने दहेज विच लिआंदा सी। इस घर विच लगभग हर चीज इन्हां दी खरीदी हुई है। इन्हां नू किटी पार्टीज दा बहुत शौक है। इन्हां दा ज्यादातर पैसा ते टाइम मेकअप अते किटी पार्टीज च खर्च हुंदा है। पर विचारे कुकी साहब इन्हां नू कुछ भी कहण दी जरूरत नहीं करदे। कुछ कह के ते विखाण सारा समाज चुक के पेक के टुर जावांगी फिर खड़कांदे रहना पांडे। एने कुगी दे प्रा हरिंदर सिंह। ओए माय नेम इज हैरी। ओके हैरी। ओके ओके हैरी हुन ठीक है ना? या हैरी साडी आज दी पीढ़ी दा ओ नौजवान है जो कि हर वेले एक फिल्मी दौड़ विच लग्या है। ए हीरो बनना चाहुंदा है। हर फिल्म दी टिकट खिड़की थे ए टिकट कटन वाले तो पहले ही पहुंचया हुंदा है। ते ए है कुगी दी छोटी भैन परमिंदर। हे माय नेम इज पू पी ओ ओ एच पू। पी ओ ओ भी ता पू ही बनता है ना। एच साइलेंट। ओके ओके हुण गल करन दो मैनू। इना दा ध्यान पढ़ाई विच घट ते मेकअप किट विच वध रहंदा है। ए पढ़ाई लिखाई ता करना ही नहीं चाहुंदी। ए ता बस मिस वर्ल्ड बनना चाहुंदी है। ए इस घर दे नौकर ने पर घर दे मालक कुकी नालो वध इना दी इस घर विच चलदी है। ना तो चले भी क्यों ना मैं बीबी जी दे नाल दाज जाया सी ते नाले मैं बीबी जी दे नौकर हां होर किसे दा नहीं समझे हो। हाथ ना लड़ा यार नाश्ता की हो गया नाश्ता खाना से होंदा पर एनू तुसी हाथ नहीं लाना। ओके कांटा छुरी लिया मैं कांटे छुरी ना। तोड़ा नाश्ता नहीं है बीबी जी दा नाश्ता तोड़े नाश्ते नु हले टाइम लगना है। इत्थे खड़े रहो जे थक जाओ ते बैठ जाना। तमीज बीबी जी दा नाश्ता हाथ ना लाना। ते ए हन गुरप्रीत कुकी उर्फ कुकी। ए सिर्फ नाम दे ही मालक ने गलती नाल ही अपने आप नु घर दा मालक समझ बैठे ने। ਘਰ ਦੇ ਝਮੇਲਿਆਂ ਵਿੱਚ ਅਕਸਰ ਦਫ਼ਤਰ ਲਈ ਲੇਟ ਹੋ ਜਾਂਦੇ ਨੇ ਤੇ ਫਿਰ ਬੌਸ ਦੀ ਡਾਂਟ ਖਾਂਦੇ ਨੇ। ਨਾਸ਼ਤਾ ਹਾਂ ਕਦੀ ਕਦੀ ਮਿਲ ਜਾਏ ਤਾਂ ਉਹ ਵੀ ਖਾ ਲੈਂਦੇ ਨੇ ਲੇਕਿਨ ਜੇ ਡਾਂਟ ਤੋਂ ਪਹਿਲਾਂ ਮਿਲ ਜਾਏ ਤਾਂ। ਹਰ ਆਦਮੀ ਵਾਂਗ ਇਹਨਾਂ ਦੇ ਵੀ ਕਈ ਸੁਪਨੇ ਨੇ। ਇਹ ਉਹਨਾਂ ਸੁਪਨਿਆਂ ਦੀ ਹੀ ਕਹਾਣੀ ਹੈ ਤੇ ਆਓ ਫਿਰ ਅਸੀਂ ਵੇਖਦੇ ਹਾਂ। ਸਵੇਰੇ ਸਵੇਰੇ ਕੀ ਭਾਣਾ ਵਰਤ ਕੇ ਜਿਹੜਾ ਪੈਰੀ ਪੈਣ ਲੱਗ ਗਏ ਹੋ। ਪੈਰੀ ਕਿਹੜਾ ਕੰਜਰ ਪੈ ਰਿਹਾ ਮੈਂ ਤੇ ਫਾਈਲ ਆਪਣੀ ਇੱਕ ਲੱਭ ਰਿਹਾ ਉਹ ਨਹੀਂ ਲੱਭ ਰਹੀ ਸਵੇਰ ਦੀ ਮੈਨੂੰ। ਇਹ ਜਿਹੜੀ ਕੁੱਤੇ ਨੂੰ ਇੰਜੈਕਸ਼ਨ ਲੱਗ ਰਿਹਾ ਨਾ ਉਹਦੀ ਡਿਟੇਲ ਦੀ ਫਾਈਲ। ਐਸੀਆਂ ਕੁੱਤੀਆਂ ਫਾਈਲਾਂ ਸਾਂਭ ਕੇ ਰੱਖੀਆਂ ਜਿਹੜੀ ਫਾਈਲ ਦੀ ਲੋੜ ਹੈ ਉਹ ਫਾਈਲ ਲੱਭਦੀ ਨਹੀਂ ਇਸ ਘਰ ਦੇ ਵਿੱਚ। ਕੋਈ ਚੀਜ਼ ਰੱਖਦੇ ਉਸ ਵੀ ਪਤਾ ਨਹੀਂ ਕਿੱਧਰ ਉੱਡ ਜਾਂਦੀ ਹੈ ਪਤਾ ਨਹੀਂ ਘਰ ਹੈ ਕਿ ਤਬੇਲਾ। ਇਸ ਘਰ ਦੇ ਵਿੱਚ ਚੀਜ਼ ਇਸ ਤਰ੍ਹਾਂ ਗਾਇਬ ਹੁੰਦੀ ਹੈ ਜਿੱਦਾਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ। ਮੈਨੂੰ ਸਮਝ ਨਹੀਂ ਆਉਂਦੀ ਜਦ ਕੋਈ ਚੀਜ਼ ਸਾਂਭੀ ਨਹੀਂ ਜਾਂਦੀ ਤੇ ਉਹਨੂੰ ਰੱਖਦੇ ਕਿਉਂ। ਸਾਂਭੀ ਤਾਂ ਤੂੰ ਵੀ ਨਹੀਂ ਜਾਂਦੀ ਮੇਰੇ ਕੋਲੋਂ ਤੈਨੂੰ ਵੀ ਤਾਂ ਰੱਖਿਆ ਕਿ ਨਹੀਂ ਮੈਂ। ਕੀ ਮੋਹਨ ਲਾਲ ਜੀ। ਮੋਹਨ ਲਾਲ ਜੀ ਓਕੇ ਹੁਣ ਕਹੋ ਇੱਥੇ ਫਾਈਲ ਦੇਖੀ ਮੇਰੀ ਕੋਈ। ਓਏ ਦਫ਼ਤਰ ਦੀ ਫਾਈਲ ਇੱਥੇ ਡਰਾਇੰਗ ਰੂਮ 'ਚ ਆ ਕੇ ਲੱਭੋਗੇ ਤਾਂ ਕਿੱਥੋਂ ਮਿਲੇਗੀ। ਤੁਹਾਡੀ ਦਫ਼ਤਰ ਦੀ ਫਾਈਲ ਮੇਰੀ ਰਸੋਈ 'ਚ ਲਾ ਕੇ ਰੱਖੋ ਫਿਰ ਪੁੱਛੋ ਮੈਨੂੰ। ਕਿਚਨ 'ਚ ਰੱਖਾਂ ਫਾਈਲ ਮੈਂ। ਉਹ ਕਿਚਨ 'ਚ ਫਾਈਲ ਰੱਖ ਕੇ ਤੇਰੇ ਕੋਲੋਂ ਤੜਕਾ ਲਵਾਉਣਾ। ਉਹ ਤੇਰੇ ਕੋਲੋਂ ਮੈਂ ਧਨੀਆ ਪਵਾਉਣਾ ਫਾਈਲ ਦੇ ਉੱਤੇ। ਬਦਤਮੀਜ਼ ਕਿਚਨ 'ਚ ਬਦਤਮੀਜ਼। ਓ ਯਾਰ ਤੈਨੂੰ ਨਹੀਂ ਕਿਹਾ ਮੈਂ ਉਹਨੂੰ ਕਿਹਾ ਉਹਨੂੰ ਉਹਨੂੰ ਹੀ ਮੈਨੂੰ ਤਾਂ ਤੁਸੀਂ ਕਹਿ ਵੀ ਨਹੀਂ ਸਕਦੇ। ਇਸ ਘਰ ਚੋਂ ਮੇਰੀ ਇੰਨੀ ਨਹੀਂ ਔਕਾਤ ਨਹੀਂ ਕਿ ਇੱਕ ਨੌਕਰ ਨੂੰ ਕੁਛ ਨਹੀਂ ਵੀ ਗੱਲ ਕਹਿ ਸਕਾਂ ਮੈਂ। ਮੈਂ ਤਾਂ ਕਵਾਂਗਾ ਇੱਕ ਗੱਲ ਕੰਨ ਖੋਲ ਕੇ ਸੁਣ ਲਓ। ਮੋਹਨ ਲਾਲ ਮੇਰੇ ਦਾਜ ਦੀ ਆਈਟਮ ਹੈ। ਮੇਰੇ ਪਿਓ ਨੇ ਪੂਰੇ 35 ਨਗ ਗਿਣ ਕੇ ਦਿੱਤੇ ਸੀ ਦਾਜ ਵਿੱਚ ਤੇ ਮੋਹਨ ਲਾਲ ਉਹਨਾਂ ਚੋਂ ਇੱਕ ਆਈਟਮ ਹੈ। ਜੇ ਜ਼ਿਆਦਾ ਚੂ ਚੱਪੜ ਕੀਤੀ ਨਾ ਤੇ ਪੂਰੇ ਦੇ ਪੂਰੇ ਨਗ ਗਿਣ ਕੇ ਵਾਪਸ ਪੇਕ ਕੇ ਭਿਜਵਾ ਦੇਵਾਂਗੀ। ਫਿਰ ਨਾ ਕਹਿਣਾ ਮੈਨੂੰ ਦੱਸਿਆ ਨਹੀਂ ਸੀ। ਇੱਕ ਤੇ ਮੈਨੂੰ ਤੇਰੇ ਪਿਓ ਦੀ ਸਮਝ ਨਹੀਂ ਆਉਂਦੀ 35 ਨਗ ਦੇਣ ਦੀ ਕੀ ਲੋੜ ਸੀ ਹੈ।
ਉਹ 34 ਨਗ ਦੇ ਦਿੰਦਾ ਤੇ ਵਿਆਹ ਕੱਟ ਚੱਲਿਆ ਸੀ। ਕੀ ਲੋੜ ਸੀ ਇਹ ਲਿਸ਼ਕਣਾ ਜਾਂ ਨਗ ਦੇਣ ਦੀ? ਓਕੇ ਯਾਰ ਫਾਈਲ ਲੱਭੋ ਮੇਰੀ। ਫਾਈਲ 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 ਇਸ ਘਰ ਦਾ ਰੱਬ ਰਾ। ਹਾਏ ਭਾਜੀ ਫਿੜੇ ਮੂੰਹ ਤੇਰਾ ਕਿਹੜਾ ਭਾਜੀ ਜਿਹੜਾ ਹਾਏ ਭਾਜੀ ਹੁੰਦਾ ਹੈ। ਮੈਂ ਤੇਰਾ ਭਾਜੀ ਆ ਕਿ ਕਤੂਰਾ ਵਾ ਹੈਂ? ਤੈਨੂੰ ਸ਼ਰਮ ਨਹੀਂ ਆਉਂਦੀ ਭਰਾਵਾਂ ਨੂੰ ਕਿੱਦਾਂ ਬੁਲਾਈਦਾ ਵੱਡਿਆਂ ਨੂੰ? ਬਦਤਮੀਜ਼ ਆਦਮੀ ਹਰਿੰਦਰ। ਲਾ ਹਰਿੰਦਰ ਮੇਰੀ ਸੁਣ। ਨੋ 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 ਹਰਿੰਦਰ, ਹੈਰੀ ਹੈਰੀ। ਹਰਿੰਦਰ ਨਾਮ ਬਹੁਤ ਹੀ ਆਊਟਡੇਟਡ ਹੋ ਗਿਆ ਤੁਹਾਡੇ ਵਾਂਗੂ। ਓਕੇ ਆਊਟਡੇਟਡ ਹੋ ਗਿਆ। ਫਿੱਟੇ ਮੂੰਹ ਤੇਰਾ ਤੇ ਫਿੱਟੇ ਮੂੰਹ ਨਾ ਅੰਗਰੇਜ਼ਾਂ ਦਾ, ਜਿਹੜੇ ਆਪ ਚਲੇ ਗਏ ਨੇ ਤੇ ਆਪਣੀ ਰਹਿੰਦ ਖੂੰਦ ਇੱਥੇ ਛੱਡ ਗਏ ਨੇ। ਬਦਤਮੀਜ਼ ਆਦਮੀ, ਇਹ ਫਜ਼ੂਲ ਗੱਲਾਂ ਛੱਡ ਤੇ ਪੜ੍ਹਾਈ ਵੱਲ ਧਿਆਨ ਦਿਆ ਕਰ। ਕਾਲਜ ਜਾਣ ਦਾ ਟਾਈਮ ਹੋ ਗਿਆ, ਤੂੰ ਅਜੇ ਨਹਾਤਾ ਵੀ ਨਹੀਂ, ਉਦਾਂ ਹੀ ਫਿਰਨ ਡਿਆ। ਮੈਂ ਕਾਲਜ ਹੀ ਜਾ ਰਿਹਾ। ਅੱਛਾ ਇਦਾਂ ਹੀ ਸਦਕੇ ਜਾਵਾਂ ਤੇਰੀਆਂ ਪੜ੍ਹਾਈਆਂ ਦੇ, ਜਿਹੜੀਆਂ ਇਹਨਾਂ ਕੱਪੜਿਆਂ 'ਚ ਹੋਣ ਡਈਆਂ। ਉਹ ਤੁਹਾਡੇ ਕਾਲਜ ਅੱਜ ਕੋਈ ਫੈਂਸੀ ਡਰੈਸ ਕੰਪੀਟੀਸ਼ਨ ਆ? ਆ ਬਣ ਕੇ ਕੀ ਚੱਲਣਾ ਬਾਂਦਰਾ, ਸ਼ਰਮ ਨਹੀਂ ਆਉਂਦੀ ਤੈਨੂੰ? ਭਾਜੀ ਦਿਸ ਇਜ਼ ਲੇਟੈਸਟ ਫੈਸ਼ਨ, ਲੇਟੈਸਟ। ਸਲਮਾਨ ਖਾਨ ਵੀ ਅੱਜ ਕੱਲ੍ਹ ਆਪਣੀ ਫਿਲਮਾਂ 'ਚ ਇੱਦਾਂ ਦੇ ਕੱਪੜੇ ਪਾਉਂਦਾ ਹੈ। ਓਕੇ ਮਤਲਬ ਸਲਮਾਨ ਖਾਨ ਦੀ ਨਕਲ ਹੋ ਰਹੀ ਹੈ। ਬੇਟਾ ਸਲਮਾਨ ਖਾਨ ਹੈ ਹੀਰੋ ਤੇ ਤੂੰ ਹੈ ਜ਼ੀਰੋ। ਅੱਡੀਆਂ ਚੌਕੇ ਫਾ ਨਹੀਂ ਲਈਦੇ, ਆਪਣੀ ਔਕਾਤ 'ਚ ਰਹੀਦਾ। ਨਾਲੇ ਗੱਲ ਸੁਣ, ਤੂੰ ਘਰ 'ਚ ਕਾਲੀਆਂ ਐਨਕਾਂ ਲਾ ਕੇ ਫਿਰਨ ਡਿਆ, ਤੈਨੂੰ ਆਈ ਫਲੂ ਹੋਇਆ? ਉਹ ਦਰਅਸਲ ਭਾਜੀ ਮੈਂ ਪਰਸੋਂ ਪਾਲਕਾ ਬਾਜ਼ਾਰ ਗਿਆ ਸੀ, ਉੱਥੇ ਇੱਕ ਇਨਸਾਨ ਫੜੀ ਲਾ ਕੇ ਬੇਟਾ ਇੱਥੇ ਇੰਪੋਰਟਿਡ ਚਸ਼ਮੇ ਵੇਚ ਰਿਹਾ ਸੀ, ਕਹਿੰਦਾ 500 ਰੁਪਏ ਦਾ ਇੱਕ। ਫਿਰ ਤੁਹਾਨੂੰ ਤਾਂ ਪਤਾ ਹੀ ਹੈ ਹਾਊਸ ਸਮਾਰਟ ਆਇਆ, ਇਹ 500 ਰੁਪਏ ਦਾ ਚਸ਼ਮਾ ਮੈਂ 100 ਰੁਪਏ 'ਚ ਲੈ ਕੇ ਆ ਗਿਆ। ਵੈਸੇ 100 ਰੁਪਈਆ ਵੀ ਖਰਾਬ ਕੀਤਾ ਤੂੰ, ਤੈਨੂੰ ਮੈਂ ਦੱਸਾਂ। ਕੱਲ੍ਹ ਆਪਣੇ ਮਹੱਲੇ ਅੱਖਾਂ ਦਾ ਕੈਂਪ ਲੱਗਾ ਸੀ, ਸਿਵਲ ਹਸਪਤਾਲ ਵਾਲਿਆਂ ਨੇ ਲਾਇਆ ਸੀ। ਇਸ ਤਰ੍ਹਾਂ ਦੀਆਂ ਐਨਕਾਂ ਫਰੀ ਵੰਡ ਕੇ ਗਏ ਨੇ ਬਜ਼ੁਰਗ, 100 ਰੁਪਈਆ ਖਰਾਬ ਕੀਤਾ ਤੈਨੂੰ ਮੈਂ ਦੱਸਾਂ। ਨਾਲੇ ਗੱਲ ਸੁਣ, ਐਨਕਾਂ ਉਹ ਲਾਉਂਦੇ ਨੇ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ। ਬੇਟਾ ਤੂੰ ਅੱਖਾਂ 'ਤੇ ਐਨਕ ਨਾ ਲਾਇਆ ਕਰ, ਇੱਥੇ ਲਾਇਆ ਕਰ, ਤੇਰਾ ਦਿਮਾਗ ਕਮਜ਼ੋਰ ਹੈ ਸਟੂਪਿਡ। ਤੇ ਟੱਬਰ ਨਾਲ ਵਾਹ ਪੈ ਗਿਆ ਮੇਰੇ, ਇੱਕ ਫਾਈਲ ਨੇ ਮੱਤ ਮਾਰ ਲਈ। ਸਵੇਰੇ ਸਵੇਰੇ ਮੈਂ ਤਾਂ ਕਿਸੇ ਪਾਸੇ ਜਾਣ ਜੋਗਾ। ਪਰਮਿੰਦਰ ਪਰਮਿੰਦਰ ਸ਼ਿਟ ਫਾਈਲ, ਪਰਮਿੰਦਰ ਤੇਰਾ ਨਾਂ ਹੈ ਪਰਮਿੰਦਰ, ਇੱਕੋ ਹੀ ਪਰਮਿੰਦਰ ਇਸ ਘਰ 'ਚ, ਤੂੰ ਹੈ। ਤੈਨੂੰ ਪੁੱਛਣੇ, ਮੈਂ ਫਾਈਲ ਤਾਂ ਨਹੀਂ ਦੇਖੀ ਮੇਰੀ, ਕੋਈ ਬੋਲੀ ਹੋ ਗਈ ਹੈ ਤਾਂ ਸੁਣਦੀ ਨਹੀਂ। ਭਾਜੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਨੂੰ ਪਰਮਿੰਦਰ ਨਾ ਬੁਲਾਇਆ ਕਰੋ, ਮੇਰਾ ਨਾਂ ਪੂ ਹੈ ਪੂ। ਪੋ ਐਡਾ ਸੋਹਣਾ ਨਾਂ ਰੱਖਿਆ ਸੀ ਪਰਮਿੰਦਰ, ਇੱਕੋ ਸਪੈਲਿੰਗ 'ਚ ਨਾਮ ਕਰ ਦਿੰਦੀ ਪੋ, ਨਾਂ ਲੈਣ ਲੱਗੇ ਵੀ ਮੂੰਹ 'ਚ ਫੂਕ ਨਿਕਲ ਜਾਂਦੀ। ਭਾਜੀ ਮੇਰੀ ਫਾਈਲ ਕਿੱਥੇ ਹੈ? ਕਦੋਂ ਦਾ ਫਾਈਲ ਪੁੱਛੀ ਜਾਂਦਾ ਮੈਂ? ਖੱਪ ਪਾਈ ਉੱਤੋਂ ਐਡਾ ਮਿਊਜ਼ਿਕ ਲਾ ਕੇ, ਖੱਪ ਪਾਈ ਜੇ ਤਾਂ ਮੇਲੇ 'ਚ ਕੈਸਟਾਂ ਵੇਚਣ ਦੀ, ਐਡੇ ਗਾਣੇ ਉੱਚੀ ਉੱਚੀ ਲਾ ਕੇ। ਭਾਜੀ ਤੁਹਾਨੂੰ ਹੋ ਕੀ ਗਿਆ? ਰੌਲਾ ਪਾਪਾ ਕੀ ਘਰ ਨੂੰ ਸਿਰ ਤੇ ਚੁੱਕ ਲਿਆ? ਮੈਂ ਤੇ ਸਿਰ ਦਾ ਬੋਲੀ ਕੁਝ ਨਹੀਂ। ਜਾਦੋ ਤੁਸੀਂ ਆਪਣੇ ਕੰਨਾਂ ਦਾ ਇਲਾਜ ਕਰਾਓ ਪਹਿਲੇ। ਸ਼ਟ ਅਪ, ਪਾਗਲਾਂ ਦੇ ਟੱਬਰ ਨਾਲ ਵਾਹ ਪਿਆ ਮੇਰਾ, ਇੱਕ ਤੋਂ ਇੱਕ ਵੱਡਾ ਪਾਗਲ ਟੱਕਰਦਾ ਇਸ ਘਰ ਦੇ ਵਿੱਚ। ਮੈਨੂੰ ਇੱਕੋ ਭਰਾ ਤੇਰਾ ਪੂਰੇ ਮਹੱਲੇ 'ਚ ਜਲੂਸ ਕੱਢਿਆ, ਘਰੋਂ ਨਿਕਲਦਾ ਲੋਕੀ ਹੱਸਣ ਲੱਗ ਪੈਂਦੇ ਨੇ ਵੀ ਉਹ ਜਾਂਦਾ ਇਹਨਾਂ ਦਾ ਸ਼ਦਾਈ, ਐਸੇ ਕੁੱਤੇ ਕੁੱਤੇ ਫੈਸ਼ਨ ਕਰਕੇ ਨਿਕਲਦਾ, ਕੁੱਤੇ ਪਿੱਛੇ ਲੱਗ ਜਾਂਦੇ ਉਹ। ਉੱਤੋਂ ਭਾਬੀ ਤੇਰੀ ਟੀਵੀ ਤੋਂ ਵਿਹਲ ਨਹੀਂ ਹੈਗਾ, ਦੁਪਹਿਰੀ ਹੋਰ ਸੀਰੀਅਲ, ਰਾਤੀ ਸੱਸ ਬਹੂ ਲਾ ਕੇ ਬੈਠੀ ਹੁੰਦੀ ਹੈ, ਸਵੇਰੇ ਕਾਰਟੂਨਾਂ ਤੋਂ ਸ਼ੁਰੂ ਹੋ ਜਾਂਦੀ ਹੈ। ਭਾਈ ਤੂੰ ਕਾਰਟੂਨਾਂ 'ਚੋਂ ਕੀ ਕੱਢਣਾ? ਉੱਤੋਂ ਵੱਡੀ ਕਾਰਟੂਨ ਤੂੰ, ਇੰਨੀਆਂ ਇੰਨੀਆਂ ਫੀਸਾਂ ਭਰਨ ਡਿਆ ਤੇਰੀਆਂ ਮੈਂ ਕਾਲਜ, ਕਦੀ ਕਿਤਾਬਾਂ ਦੀ ਉੱਤੋਂ ਮਿੱਟੀ ਝਾੜ ਕੇ ਵੇਖੀ ਕਿਹੜੀਆਂ ਲੱਗੀਆਂ ਸਿਲੇਬਸ 'ਚ? ਭਾਜੀ ਤੁਸੀਂ ਵੇਖ ਲੈਣਾ, ਮੈਂ ਤੁਹਾਡਾ ਨਾਂ ਰੋਸ਼ਨ ਕਰਾਂਗੀ, ਨਾਂ ਰੋਸ਼ਨ। ਦੈਟਸ ਗ੍ਰੇਟ, ਮੈਂ ਮਿਸ ਇੰਡੀਆ ਬਣਾਂਗੀ। ਸ਼ਟ ਅਪ ਪਾਜੀ, ਮੈਂ ਮਿਸ ਵਰਲਡ ਬਣਾਂਗੀ। ਜਸਟ ਸ਼ਟ ਅਪ, ਮੈਂ ਬਹੁਤ ਹੀ ਮਸ਼ਹੂਰ ਸੁਪਰ ਡੁਪਰ ਸਟਾਰ ਬਣਾਂਗੀ ਤੇ ਸਾਰੀ ਦੁਨੀਆ ਮੇਰੇ ਅੱਗੇ ਪਿੱਛੇ ਘੁੰਮੇਗੀ, ਪੈਸਾ ਹੀ ਪੈਸਾ, ਸ਼ੌਹਰਤ ਹੀ ਸ਼ੌਹਰਤ। ਫਿਰ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਮੈਂ ਕੀ ਕਰਨਾ? ਮੇਰਾ ਆਪਣਾ ਨਾਂ ਇਹਨਾਂ ਕਿਤਾਬਾਂ 'ਚ ਆਏਗਾ, ਬੱਚੇ ਪੜ੍ਹਨਗੇ ਬਾਜੀ ਮੇਰਾ ਨਾਂ ਬੱਚੇ। ਤੈਨੂੰ ਵੈਸੇ ਰਸੋਈ 'ਚ ਦਲੀਆ ਬਣਾਉਣਾ ਪੈ ਜੇ ਤੈਨੂੰ ਮੌਤ ਪੈ ਜਾਂਦੀ, ਪਰ ਖਿਆਲੀ ਪਲਾਓ ਬਣਾਉਣਾ ਕੋ ਤੇਰੇ ਕੋਲੋਂ ਸਿੱਖੇ। ਬਦਤਮੀਜ਼ ਪੋ, ਸ਼ਟ ਅਪ, ਗੋ ਟੂ ਹੈਲਪ ਵਿਦ ਯਰ ਮਿਸ ਇੰਡੀਆ ਮਿਸ ਵਰਲਡ। ਬਾਜੀ ਰਾਹ ਛੱਡ ਦਿਓ ਤੁਸੀਂ ਜਿਹੜੇ ਬੈਰੀਅਰ ਲਾਏ ਨੇ। ਕਿੱਥੇ ਚੱਲੇ ਜੇ? ਕਬਰਾਂ 'ਚ। ਸਵੇਰੇ 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 ਸ਼ਾਮ ਤੁਸੀਂ ਇੱਕ ਦਿਨ ਮੈਨੂੰ ਭੇਜ ਕੇ ਰਹਿਣਾ, ਪਾਗਲਾਂ ਦਾ ਟੱਬਰ ਜਿੱਦਾਂ ਮੇਰੇ ਪੇਸ਼ ਪਿਆ ਹੈ। ਚੰਗੀ ਗੱਲ ਹੈ ਚਲੇ ਜਾਣਾ, ਪਰ ਨਾਸ਼ਤਾ ਤਾਂ ਕਰ ਲਓ। ਨਾਸ਼ਤਾ ਨੁਸ਼ਤਾ ਨਹੀਂ ਮੈਂ ਕਰਨਾ, ਮੈਂ ਟਾਈਮ ਦਿੱਤਾ ਉੱਥੇ। ਕਿਉਂ, ਕਿਹਨੂੰ ਟਾਈਮ ਦਿੱਤਾ? ਹੈਲੋ, ਕੀ ਹੈ? ਮੈਂ ਹੈਗੀ ਹਾਂ ਹਜੇ।
चलो जाओ मगर शामी आंदे होए मेरे लिए एक इंपोर्टेड शैम्पू लेंदे आना जरा। हाय 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 इंपोर्टेड शैम्पू किड्डी शैम्पूआं ते लगी चेता भुल गया जो पिंडो व्याह के लिया सी मैं खट्टी लस्सी ना सिर धोंदी हुंदी सी जनानियां सगन पाउण आईयां पिंड वालियां साडियां मुंह ते चुन्नियां रख रख के सगन पाउण दूर आईयां तुहाडी मां ने भेजी सी दही वरी च समझ आई ज्यादा बोलण दी लोड़ नहीं है लैके आना दा मतलब लैके आना है मैं नहीं लैके आना शैंपू शैंपू मेरे कोलों अपने जोगा मंगा लैंदी है बाद च कुत्ता नवाउंदी रहिंदी शैंपू नाल वो हैरी वेलड हैगा घर उहनूं मंगाई उहदे कोलों मुछटंडे कोलों सारा दिन इत्थे गुड्डे लुटदा रहिंदा शाम तक टाइम नहीं हैगा उहदे कोल टाइम नहीं हैगा चार्टर्ड अकाउंटेंट लगा टाइम नहीं उहदे कोल हैं शहर च तीन पिक्चरां लगियां नवियां उहने देखण जाणियां तीनों एक एक करके अच्छा 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 तीन फिल्मां लगियां ते साहब बहादुर ने तीन फिल्मां वेखण जाणियां वारो वारी टाइम नहीं हैगा उहनां कोल सब तेरा बेड़ा गर्क है तूं विगाड़िया चंगा भला मुंडा उहनूं किते स्कूटरां दा काम सिखाया हुंदा ना ते अज नूं क्लच क्लुच सिद्धे करदा हुंदा किते बैठा उहनां दी लोड़ नहीं है न्याणा है कोई गल नहीं वेख लेगा ते कुछ हर्ज नहीं हो जाएगा न्याणा न्याणा ते न्याणे ही ने सारे स्याणा ते इक मैं ही हां मर चलिया इस घर वास्ते कमांदा नाश्ता मैनूं कदी नसीब नहीं होया वेला बैठा सारा टब्बर खांदा मेरे गल पैंदा ना गल्लां करदे होए तां अपनी शाटा मेरे को सिर सिर टैची ना खा लई बोला लगे ने देखना देर हो रही है ओदा भज्जन नूं फिरदा है घर ते वड्डन नूं फिरदा इहनां नूं जवाब दिया तुहानू मैं कुछ लिहाज करिया करो मेरा मैं अगे पागलखाने चो आना जिहो जे टब्बर चो मैं आना शुकर करो मैं पहुंच जाना इत्थे मत मार ली उस टब्बर ने मेरी भरा मेरा उन्हें मैं पढ़ा चाहना तो पागल होया हीरो तो उरे गल नहीं करता तो भैन मेरी छोटी वह शदैन हुई मैं चाहना पढ़ जे कि चंगी थान लग जाएगी बेड़ा गर्क होया तो मिस इंडिया तो उरे गल नहीं करती उतो नौकर ऐसा रखा उन्होंने मालको कह के गल करनी पैंदी मैनू इन्हां सारयां उस इच्छाधारी नागन ने बिगाड़िया इच्छाधारी नागन वोटी मेरी कुग्गी साहब थोड़ी ठंड रखो ठंडे हो जाओ ठंडी हो जाओ ठंडे देखो दिन ही होवांगे हुण जिदन साह मुक गए ओहो हुण इहो जिहा वी की हो गया कुग्गी साहब यार दस के ते हटियां तैनूं की हो गया लिख के दे दियां हुण मैं लिखती रूप च दियां की हो गया तैनूं दस रहा पागलां दे टब्बर च रहण दियां मैं भरा मेरा उहनूं मैं कॉलेज भेजणा ते उह उल्लू दा पट्ठा राज खंभे वेखण दिया हुंदा है इस खंभे ते मेरा पोस्टर लगा होएगा अरे ते वी मेरी फिल्म दा पोस्टर लगेगा इस खंभे ते वी मेरी फिल्म नहीं इत्थे नहीं लाउणा इत्थे मींह बड़ा पैंदा निक्की भैन मेरी उन्हों मैं किताबा लैके देना कॉलेज वास्ते अद्ध मुल ते किताबा वेच के ते अपना फेशियल किट लै आउंदी ऐसी वाह याद भैन मेरी दोस्तों वोटी मेरी सवेरे मैं दफ्तर आ जाना जदों मेरे तो पहला मेकअप शुरू कर देंदी ते जदों मैं छुट्टी करके जाना फिर शीशे अगे बैठी हुंदी है पिछे जे मैं शिमले लै गया नाल घुमाण फराउण उहनूं इहो जिहा मेकअप करके गई गड्डी चो बाहर निकली पहाड़ां च उहदे वल वेख के बांदरां दा हासा निकल गया ते नौकर ऐसा वाह याद सारा दिन मेरे को पानी मंगाउंदा रहिंदा सोफे ते बैठा कहेगा माल को पानी ते फड़ो साफ लाओ मेरे नाल की होण डई साहब जी वड्डे साहब ने बुलाया उहनां नूं इधर बुला ला हां वड्डे साहब नूं की काम पै गया मेरे नाल कमीज़ दे बटन लवाने होणे जाओ अंदर लग जू पता बटन ते मैनूं लाने ने वास ना करो ओए छेती छेती जाओ कुग्गी साहब किते जिहड़े पैसे मिल रहे ओह वी ना बंद हो जाण ओ फाइल ही उहनां मंगाई होणी ओह मैनूं लभण नहीं डई मैं सारियां ही लै जाणियां मैं कहना आपे छांट लो विचों सब कुछ चलन चक लियो यार मॉर्निंग से कुगी है रोज रोज लेट आन दी आदत छड़ दे सर मैं लेट तो नहीं होया सर इतने होर मैं लेट होया घरों तो बहुत टाइम ना तुरदा जी पर पता नहीं की कारण हो जाते जी मैं रस्ते च आम लेट हो जाना जी ए अपने कारण बदल दे नहीं तो तेनू मैं बदल देंगा आई एम सो सॉरी सर मैं आगे तो सर कारण बदल लांगे जी बेवकूफ मैं तेरी नौकरी बदलने की गल कर रहा आई मीन आई एम सॉरी सर मैं अगे तो
ਟਾਈਮ ਸਿਰ ਆਵਾਂਗਾ ਜੀ। ਚੱਲ ਛੱਡ ਜਾ ਕੇ ਗਰੇਵਾਲ ਇੰਡਸਟਰੀ ਦੀ ਫਾਈਲ ਲੈ ਕੇ ਆ। ਗਰੇਵਾਲ ਇੰਡਸਟਰੀ ਦੀ ਫਾਈਲ ਤੇ ਲੱਭ ਨਹੀਂ ਰਹੀ ਸਰ, ਅਗਰ ਤੁਸੀਂ ਕਹੋ ਤੇ ਤੋਮਰ ਇੰਡਸਟਰੀ ਦੀ, ਸੰਧੂ ਇੰਡਸਟਰੀ ਦੀ ਫਾਈਲਸ ਮੇਰੇ ਕੋਲ ਹੈਗੀਆਂ, ਮੈਂ ਉਹ ਦਿਖਾ ਦਿੰਦਾ ਜੀ। ਤੂੰ ਚੰਗਾ ਬੰਦਾ ਹੈ, ਮੈਂ ਤੈਨੂੰ ਅੰਡੇ ਲੈਣ ਵਾਸਤੇ ਕਹਾਂਗਾ, ਤੂੰ ਅੰਬ ਲੈ ਆਵਾਂਗਾ? ਨਹੀਂ, ਅੰਬ ਅੱਛੇ ਲੱਗਦੇ ਸਰ, ਮੈਂ ਕੁਛ ਚੀਕੂ ਵੀਕੂ ਕੁਛ ਦੇਖ ਲੈਂਦਾ ਜੀ। ਓ ਮਾਈ ਗੋਡ, ਗਰੇਵਾਲ ਇੰਡਸਟਰੀ ਦੀ ਫਾਈਲ ਮੈਂ ਇੱਕ ਨਜ਼ਰ ਮਾਰਨ ਵਾਸਤੇ ਘਰ ਲੈ ਗਿਆ ਸੀ, ਮੁੜ ਕੇ ਨਜ਼ਰ ਹੀ ਨਹੀਂ ਆਈ ਸਰ। ਮੈਨੂੰ ਪਤਾ ਉਹ ਫਾਈਲ ਕਿੰਨੀ ਇੰਪੋਰਟੈਂਟ ਹੈ, ਜੇ ਉਹ ਫਾਈਲ ਨਾ ਲੱਭੀ ਨਾ ਤੇ ਕੱਲ ਤੂੰ ਵੀ ਇਸ ਆਫਿਸ ਨਹੀਂ ਲੱਭੇਗਾ। ਜੀ ਸਰ, ਘਰਦੇ ਨੇ ਕੱਲ ਰੱਦੀ ਵੀ ਵੇਚੀ ਸੀ, ਕਿਤੇ ਰੱਦੀ ਜੀ ਨਾ ਨਿਕਲ ਗਈ ਹੋਵੇ। ਗੈਟ ਆਊਟ! ਮੈਂ ਰੱਦੀ ਵਾਲੇ ਹਾਂ ਸਰ, ਵੈਸੇ ਨਜ਼ਰ ਮਾਰ ਕੇ ਨਾ ਰੱਦੀ ਵਾਲੇ ਹਾਲ ਜਾਣਾ ਸਰ ਮੈਂ। ਸਰ ਤੁਸੀਂ ਕੀ ਕਿਹਾ ਹੁਣ? ਓਕੇ ਸਰ, ਓਕੇ। ਤੂੰ ਆਪਣੀ ਸੀਟ ਤੇ ਵੀ ਬਹਿ ਜਾ ਕਰ, ਤੇਰੀ ਇਹਦੇ ਸਿਰ ਤੇ ਡਿਊਟੀ ਹੁੰਦੀ ਹੈ, ਜਦੋਂ ਵੇਖੋ ਉਹਦੇ ਮੋਢੇ ਤੇ ਬਹਿ ਕੇ ਜੂਆਂ ਕੱਢਣ ਡਿਆ ਹੁੰਦਾ। ਨਹੀਂ ਯਾਰ, ਪਾਣੀ ਨਹੀਂ ਪੀਣਾ ਮੈਂ, ਛੱਡਿਆ ਤਾਂ ਤੁਪਕਾ ਵੀ ਨਹੀਂ। ਜਾ ਯਾਰ, ਕੰਮ ਕਰ ਲੈਂਦੇ ਹੋ ਕੋਈ? ਕੀ ਗੱਲ ਹੈ, ਅੰਦਰੋਂ ਪ੍ਰਸ਼ਾਦ ਖਾ ਕੇ ਆਏ ਹੋ? ਪ੍ਰਸ਼ਾਦ ਮਿਰਚਾਂ ਵਾਲਾ ਸੀ ਜਿਹੜਾ ਪਾਣੀ ਵੀ ਪੀ ਰਹੇ ਹੋ? ਮੇਰੇ ਨਾਲ ਤਮੀਜ਼ ਨਾ ਪੇਸ਼ ਆਓ, ਇਹ ਨਾ ਮੈਂ ਜਿਹੜਾ ਪ੍ਰਸ਼ਾਦ ਅੰਦਰੋਂ ਲਿਆਇਆ ਤੁਹਾਡੇ 'ਚ ਵੰਡ ਦਿਆਂ ਮੈਂ ਸਾਰਿਆਂ 'ਚ। ਥਾਂ ਥਾਂ 'ਤੇ ਬਦਤਮੀਜ਼ ਟੱਕਰਦੇ ਆ ਮੈਨੂੰ, ਕਿਹੜਾ ਹੀ ਗਰਕ ਹੋ ਗਿਆ ਇਸ ਘਰ ਦਾ, ਕਿਹੜੀ ਕਿਹੜੀ ਚੀਜ਼ ਕਿੱਥੇ ਵੜੀ ਹੈ? ਉਹ ਫਿਟੇ ਮੂੰਹ ਤੇਰਾ, ਤੂੰ ਨਾ ਡਿੱਗ ਹੁਣ, ਇਹ ਕਿਹੜੀ ਫਾਈਲ ਆ ਭਰਾਵਾ? ਯਾਰ ਕੀ ਹੋਣ ਡਿਆ ਇੱਥੇ, ਮੈਨੂੰ ਤਾਂ ਸਮਝ ਨਹੀਂ ਆ ਰਹੀ, ਲੱਗਦਾ ਕਿਹੜੀ ਫਾਈਲ ਕਿੱਥੋਂ ਲੱਭਣ ਡਈ, ਜਿਹੜੀ ਫਾਈਲ ਮੈਂ ਲੱਭ ਰਿਹਾ ਕਬਾੜ 'ਚੋਂ ਨਹੀਂ ਲੱਭਣ ਡਈ, ਪਤਾ ਨਹੀਂ ਕਿੱਥੇ ਸੁੱਟ ਛੱਡੀ, ਘਰ ਦਾ ਕੀ ਨਰਕ ਬਣਾਇਆ ਦੱਸ, ਆਹ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ ਸੁੱਟੋ ਬਾਹਰ, ਵੇਚੋ, ਘਰ 'ਚ ਨਰਕ ਪਾਇਆ, ਇੱਧਰ ਕਬਾੜ 'ਚੋਂ ਕੋਈ ਚੀਜ਼ ਲੱਭਣ ਨਹੀਂ ਡਈ। ਆਲਵੇਂ ਮੋਹਨ ਲਾਲ ਦਾ ਬੱਚਾ, ਇਹਦੇ ਮੈਂ ਮਾਰ ਮਾਰ ਕੇ ਜੁੱਤੀਆਂ ਗੰਜਾ ਕਰ, ਨਹੀਂ ਉਹਨੂੰ ਤਾਂ ਮੈਂ ਕੀ ਗੰਜਾ ਕਰਨਾ, ਪਹਿਲੋਂ ਗੰਜਾ। ਘਰ 'ਚ ਕੋਈ ਸਫਾਈ ਨਾਂ ਦੀ ਚੀਜ਼ ਨਹੀਂ, ਉੱਤੋਂ ਪਤਾ ਨਹੀਂ ਕਿਹੜੀ ਚੀਜ਼ ਕਿੱਥੇ ਰੱਖ ਛੱਡਦੇ ਨੇ, ਬੰਦਾ ਕਿੱਥੇ ਕਿੱਥੇ ਕੀ ਕੀ ਲੱਭੇ, ਕਿਹੜਾ ਗਰਕ ਹੋ ਗਿਆ ਇਸ ਘਰ 'ਚ, ਮੇਰਾ ਕੱਖ ਨਹੀਂ ਹੋ ਸਕਦਾ, ਨੌਕਰੀਆਂ ਕਢਾਉਣਗੇ ਮੈਨੂੰ। ਲੈ ਦੱਸ, ਇਸ ਫਾਈਲ ਦੀ ਜਦੋਂ ਲੋੜ ਸੀ 3 ਮਹੀਨੇ ਨਹੀਂ ਲੱਭੀ, ਨਹੀਂ ਚਾਹੀਦੀ ਤੇ ਪੈਰਾਂ 'ਚ ਰੋਲਣ ਡਈ, ਫਿਟੇ ਮੂੰਹ ਕਿਹੜਾ ਗਰਕ ਹੋ ਗਿਆ, ਕਿੱਥੇ ਗਈ ਫਾਈਲ, ਮੈਨੂੰ ਸਮਝ ਨਹੀਂ ਆ ਰਹੀ। ਬਕਸਾ ਭਰਿਆ ਪਿਆ ਕੂੜ ਕਬਾੜ ਨਾਲ, ਤੇ ਮੇਰੇ ਮਤਲਬ ਦੀ ਚੀਜ਼ ਕੋਈ ਵੀ ਨਹੀਂ ਇੱਥੇ, ਕਿੱਥੋਂ ਬਾਬਾ ਆਦਮ ਦੇ ਜ਼ਮਾਨੇ ਦੀਆਂ ਚੀਜ਼ਾਂ ਘਰ 'ਚ ਰੱਖੀਆਂ, ਉਹ ਇਹਨੂੰ ਵੇਚੋ ਚਵਲੋ, ਘਰ 'ਚ ਰੱਖ ਕੇ ਕੀ ਕਰਨਾ ਜੀ ਇਹਨੂੰ, ਘਰ 'ਚ ਕੜਮਾਸ ਪਾਇਆ ਪਿਆ। ਕੀ ਹੁਕਮ ਹੈ ਮੇਰੇ ਆਕਾ? ਮੈਂ ਦੇਖੋ ਸ਼ਰੀਫ ਬੰਦਾ, ਮੈਂ ਕਿਸੇ ਨੂੰ ਆਕਾ ਆਕਾ, ਮੈਂ ਇਸ ਚਰਾਗ ਵਿੱਚ ਸਦੀਆਂ ਤੋਂ ਕੈਦ ਸੀ, ਤੁਸੀਂ ਮੈਨੂੰ ਆਜ਼ਾਦ ਕੀਤਾ ਹੈ, ਤੁਹਾਡੀ ਹਰ ਖੁਆਇਸ਼ ਮੇਰੇ ਲਈ ਹੁਕਮ ਹੈਗੀ ਹੈ, ਦੱਸੋ ਕੀ ਹੁਕਮ? ਨਹੀਂ ਤੁਸੀਂ ਜਾਣ ਕੇ ਕਰਦੇ ਹੋ, ਤੁਸੀਂ ਕੋਈ ਗਲਤ ਬੰਦੇ ਹੋ, ਮੈਨੂੰ ਤੁਸੀਂ ਤੰਗ ਕਰਨਾ ਹੈ, ਮੈਂ ਪਹਿਲਾਂ ਬੜਾ ਤੰਗ ਆ, ਵੇਖੋ ਮੈਂ ਤੁਹਾਨੂੰ ਕੱਖ ਨਹੀਂ ਕਿਹਾ ਕਦੀ ਜ਼ਿੰਦਗੀ 'ਚ, ਮਾੜਾ ਕੀਤਾ ਤੁਹਾਡਾ। ਮੈਂ ਤੁਹਾਨੂੰ ਤੰਗ ਨਹੀਂ ਕਰ ਰਿਹਾ, ਤੁਸੀਂ ਆਪਣੀ ਖੁਆਇਸ਼ ਦੱਸੋ, ਮੈਂ ਤੁਹਾਡੀ ਹਰ ਖੁਆਇਸ਼ ਪੂਰੀ ਕਰ ਛੱਡਾਂਗਾ। ਖੁਆਇਸ਼ ਤੇ ਉਹ ਨਹੀਂ ਪੂਰੀ ਕਰਦਾ ਜਿਹੜਾ 1600 ਮਹੀਨੇ ਦਾ ਸਾਡੇ ਕੋਲ ਲੈਂਦਾ, ਉਹ ਜੁੱਤੀਆਂ ਮਾਰਦਾ, ਤੁਸੀਂ ਕੀ ਕਰਨੀ ਖੁਆਇਸ਼ ਪੂਰੀ? ਮੈਂ ਉਸ ਜਰਾਦ ਦਾ ਜਿੰਨ ਸੀ ਜਿਹਦੇ 'ਚ ਤੁਸੀਂ ਮੈਨੂੰ ਬਾਹਰ ਕੱਢਿਆ, ਮੈਂ ਤੁਹਾਡੇ ਤੋਂ 1600 ਰੁਪਇਆ ਵੀ ਨਹੀਂ ਲਾਂਗਾ, ਫ੍ਰੀ ਵਿੱਚ ਤੁਹਾਡੀ ਹਰ ਖੁਆਇਸ਼ ਪੂਰੀ ਕਰ ਛੱਡਾਂਗਾ, ਤੁਸੀਂ ਹੁਕਮ ਦਿਓ। ਮਤਲਬ ਆਪਾਂ ਪਹਿਲਾਂ ਕਦੀ ਮਿਲੇ ਹਾਂ ਜੀ? ਆਕਾ ਮੈਂ ਕਿੰਨੀ ਵਾਰ ਦੱਸਾਂ, ਮੈਂ ਇਸ ਚਿਰਾਗ ਵਿੱਚ ਕੈਦ ਸੀ, ਮੈਂ ਇਸ ਚਿਰਾਗ ਦਾ ਜਿੰਨ ਹੈਗਾ, ਤੁਸੀਂ ਮੈਨੂੰ ਆਜ਼ਾਦ ਕੀਤਾ ਹੈ, ਹੁਣ ਤੁਹਾਡੀ ਹਰ ਖੁਆਇਸ਼ ਨੂੰ ਪੂਰਾ ਕਰਨਾ ਮੇਰਾ ਫਰਜ਼ ਹੈਗਾ, ਤੁਸੀਂ ਹੁਕਮ ਕਰੋ, ਮੈਂ ਤੁਹਾਡੀ ਹਰ ਖੁਆਇਸ਼ ਪੂਰੀ ਕਰ ਛੱਡਾਂਗਾ, ਮੈਨੂੰ ਪਾਗਲ ਕਰ ਛੱਡਿਆ ਤੁਸੀਂ। ਉਹ ਜਿਹੜਾ ਇੱਥੇ ਕਹਾਣੀਆਂ ਵਿੱਚ ਹੁੰਦਾ ਸੀ, ਚਿਰਾਗ ਕਸਿਆ ਵਿੱਚੋਂ ਜਿੰਨ ਬਾਹਰ, ਹੋਈ ਹੋਈ, ਵੈਰੀ ਨਾਈਸ, ਬੜਾ ਗੁਲਾਮ ਹੈਗਾ, ਹੁਣ ਹੱਥ ਲਾ ਦੇ, ਟੂ ਮੀਟ ਯੂ, ਵੈਰੀ ਨਾਈਸ, ਸੇਮ ਹੇਅਰ, ਸੇਮ ਹੇਅਰ, ਸੋ ਯੂ ਆਰ ਓਰੀਜਿਨਲ, ਵੈਰੀ ਓਰੀਜਿਨਲ, ਟੈਲ ਮੀ ਯੂਅਰ ਵਿਸ਼, ਕੀ ਹੁਕਮ ਹੈ ਤੁਹਾਡਾ? ਫਸਟ ਟਾਈਮ ਕਿਸੇ ਜਿੰਨ ਹੱਥ ਮਿਲਾਇਆ, ਓਰੀਜਿਨਲ ਜਿੰਨ ਨਾਲ ਮੇਰੇ ਘਰ 'ਚ ਖੁਦ ਜਿੰਨ ਪ੍ਰਗਟ ਹੋ ਗਏ ਨੇ, ਮੈਂ ਗਦਗਦ ਹੋ ਗਿਆ, ਮੈਨੂੰ ਖੁਸ਼ੀਆਂ ਚੜ ਗਈਆਂ। ਆਕਾ ਮੈਂ ਤੁਹਾਡਾ ਗੁਲਾਮ ਹੈਗਾ, ਮੈਨੂੰ ਹੁਕਮ ਦਿਓ, ਕੀ ਪ੍ਰੋਬਲਮ ਹੈ ਤੁਹਾਡੀ? ਸੱਚੀ ਤੁਸੀਂ ਤਾਂ ਤਰਨਾ ਮੇਰੀ ਰੂਹ ਖੁਸ਼ ਕਰਤੀ, ਇੱਦਾਂ ਦਾ ਕਿ ਗੰਜਾ ਸਾਡੇ ਘਰ ਨੌਕਰ ਆ 1600 ਰੁਪਈਏ ਲੈਂਦਾ, 1600 ਗਾਲਾਂ ਕੱਢਦਾ, ਤੁਸੀਂ 25 ਵਾਰੀ ਮੈਨੂੰ ਹੁਕਮ ਪੁੱਛ ਚੁੱਕੇ। ਆ ਮੈਂ ਤੁਹਾਡੇ ਤੋਂ ਕੁਛ ਨਹੀਂ ਲਾਂਗਾ, ਤੂੰ ਤੁਹਾਡੀ ਹਰ ਖੁਆਇਸ਼ ਪੂਰੀ ਵੀ ਕਰ ਦਿਆਂਗਾ, ਮੈਨੂੰ ਹੁਕਮ ਦਿਓ। ਪੱਕੀ ਗੱਲ? ਪੱਕੀ ਗੱਲ, ਵੇਖ ਲਓ ਬੇਇੱਜ਼ਤੀ ਨਾ ਹੋ ਜਾਵੇ ਮੇਰੀ। ਕੀ ਹੁਕਮ ਦਿਓ? ਟੈਲ ਮੀ। ਲਓ ਫਿਰ ਇੱਦਾਂ ਕਰੋ, ਆਪਣਾ ਜਿੰਨ ਸਾਹਿਬ
मेरी फाइल नहीं जब लभन डी तो मेरी फाइल लगा दो बॉस ने मेरी जान खाधी। अका 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 मजाक मजाक इस किदे अपनी ख्वाहिश खराब ना कर दो कोई होर चीज मंगो चंगी चीज मंगो। चंगी चीज हूँ फाइल तो हस क्यों रहे हो ले साहब तो वधिया चीज फिर दुनिया च पैसा ही हुंदा मैं पैसा मांग लेना जे तुसीं मुकर जाना। नहीं मुकर दे मंगो सौ खाओ सौ खाधी मंगो। मैं मांग लेना मंगो ना तो फिर मैनू पैसा दियो लॉटरी निकल जाएगी। मेरी मुड़ के जरूरत होगी तो मैनू याद करना। कन्फर्म पक्का कन्फर्म 100% थैंक यू। जाओ किधर गया हो सुपना वेख्या कि है तो सची इतने खलोता भी सी जो कि सची तो नहीं कह गया ए सीरीज 420 911 पा के वेख लें निकला तो पौ 12 नहीं तो 420 911 हेलो हेलो राज लक्ष्मी लॉटरी स्टोर तो बोल रहे जी। हाँ जी बिल्कुल बोल रहे जी। हाँ जी वेरी गुड ते तुहाडे कोल स्टेट गवर्नमेंट दी लॉटरी है। हाँ जी हैगा जी। वेरी गुड वेरी गुड एक टिकट मैनू तुसी भिजवा सकदे हो। हाँ जी बिल्कुल मिलणगी है जी। वेरी गुड वेरी गुड ते तुसी नंबर नोट करो। हाँ जी हाँ जी ए सीरीज दी 420 911 टिकट मैनू भेज दियो। केड़ा नंबर सीगा 911 400 हैगा नंबर ते हैगा भाजी पर मैं तुहानू लॉटरी टिकट दे नहीं सकदा। क्यों तुहानू भी जिन ने कुछ किया। गल दरअसल है भाजी ए तो पहले वालियां 20 टिकटां अजे विकियां नहीं है ते जो ते करो नहीं विकियां मैं टिकट तुहानू दे नहीं सकदा। नहीं नहीं ऐ तो तुसी वेचो ना आपे विकदियां रहणगियां तुसी सारियां दा ठेका लिया। नहीं भाजी सॉरी भाजी जो ते करो नहीं विकदी मैं तुहानू ए टिकट ते नहीं दे सकदा। भाजी की गल्लां कर रहे हो तुसी ते एवें घबराटां पा रहे हो मैनू ਇੱਦਾਂ ਕਰੋ ਨਾ ਭਾਅ ਜੀ ਤੁਸੀਂ ਉਹ ਮੈਨੂੰ ਇਹ ਟਿਕਟ ਭੇਜ ਦਿਓ ਅਤੇ ਭਾਅ ਜੀ ਬੜਾ ਔਖਾ ਕੰਮ ਹੋ ਜਾਏਗਾ ਜੇ ਨਾ ਵਿਕੀਆਂ ਤੁਹਾਡੀਆਂ ਵੀ ਤਾਂ ਫਿਰ ਉਹ ਰਹਿ ਗਿਆ ਕਿ ਟਿਕਟ ਮੇਰੀ। ਭਾਅ ਜੀ ਜੇ ਉਹ ਤੁਹਾਡੀਆਂ ਬਾਕੀ ਸਾਰੀਆਂ ਟਿਕਟਾਂ ਵੀ ਮੈਂ ਖਰੀਦ ਲਵਾਂ ਤਾਂ ਫਿਰ ਮੈਨੂੰ ਮਿਲ ਸਕਦੀ ਹੈ। ਹਾਂਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਅਤੇ ਇਹ ਸਾਰੀਆਂ ਟਿਕਟਾਂ ਕੁੱਲ ਮਿਲਾ ਕੇ ਮੈਨੂੰ ਕਿੰਨੇ ਦੀਆਂ ਪੈਣਗੀਆਂ। ਇਹ ਟੋਟਲ ਹੋ ਗਿਆ ਜੀ ਤੁਹਾਡਾ ਕੋਈ 10,500 10,500 ਠੀਕ ਠੀਕ ਹਿਸਾਬ ਲਾਇਆ ਤੁਸੀਂ। ਹਾਂਜੀ ਹਾਂਜੀ ਓਕੇ ਓਕੇ ਦੈਟਸ ਨੋਟ ਗੁੱਡ ਅਤੇ ਮੇਰੀ ਸਾਰੀ ਮਹੀਨੇ ਦੀ ਤਨਖਾਹ ਭਾਈ ਸਾਹਿਬ ਚਲੀ ਜਾਏਗੀ ਇਹਦੇ 'ਚ ਕੁਛ ਰਿਆਇਤ ਵਿਆਤ ਹੋ ਸਕਦੀ ਹੈ। ਕਮਾਲ ਦੀ ਗੱਲ ਕਰਦੇ ਹੋ ਭਾਜੀ ਤੁਸੀਂ ਸਬਜ਼ੀ ਮੰਡੀ ਆਲੂ ਬੈਂਗਣ ਲੈਣ ਆਏ ਜਿਹੜਾ ਮੈਂ ਤੁਹਾਨੂੰ ਨਾਲ ਧਨੀਆ ਮਿਰਚ ਮੁਫਤ ਦੇਣਾ। ਭਾਈ ਸਾਹਿਬ ਰਿਆਇਤ ਵੀ ਨਹੀਂ ਹੈ ਅਤੇ ਸਾਢੇ 10,000 ਮਤਲਬ 350 ਰੁਪਈਆ 4200 ਰੁਪਏ ਬਣਦਾ ਜੀ। ਕੱਲ ਆਊਂਗਾ ਕੱਲ ਸ਼ਾਮ ਨੂੰ 4200 ਤਿਆਰ ਰੱਖਿਓ। ਹੈਲੋ ਸੁਣਗੇ ਜੀ ਭਾਜੀ ਨਹੀਂ ਨਹੀਂ ਮੈਂ ਡਿਸੀਜਨ ਲੈ ਲਿਆ ਹਾਂਜੀ ਹਾਂਜੀ ਕਿ ਤੁਸੀਂ ਮੈਨੂੰ ਟਿਕਟ ਭੇਜੋ ਮੈਂ ਸਾਰੀਆਂ ਟਿਕਟਾਂ ਖਰੀਦਦਾ ਵਾਂ 10,500 ਰੁਪਇਆ ਕੈਸ਼ ਦਿਆਂਗਾ ਤੁਹਾਨੂੰ ਮੈਂ ਅਤੇ ਤੁਸੀਂ ਟਿਕਟਾਂ ਭੇਜ ਦਿਓ ਐਡਰੈਸ ਨੋਟ ਕਰੋ ਮੇਰਾ। ਭਾਜੀ 10,500 ਰੁਪਏ ਨੂੰ ਥੁੱਕ ਲੱਗ ਰਹੀ ਹੈ ਬਸ ਹੋ ਗਿਆ ਜੀ 11 ਅਤੇ 500 ਬਚ ਗਏ ਮੈਨੂੰ ਇਹ ਸਾਰੀ 10,500 ਰੁਪਈਆ ਮੇਰੀ ਪੂਰੇ ਮਹੀਨੇ ਦੀ ਤਨਖਾਹ ਤੁਹਾਡੇ ਹਵਾਲੇ ਕਰ ਰਿਹਾ ਅਤੇ ਬਹੁਤ ਮਿਹਰਬਾਨੀ ਬਸ ਇਹਨਾਂ ਦੀ ਗੱਲ ਸੀਗੀ ਇਹ ਨੰਬਰ ਹੈਗਾ ਨਾ ਹਾਂਜੀ ਹਾਂਜੀ ਹੈਗਾ ਭਾਅ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੈਸੇ ਇਹ ਹੈਗਾ ਹਾਂ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਘਰ ਇੰਨੀ ਪ੍ਰੋਬਲਮ ਹੋਣ ਵਾਲੀ ਹੈ ਤਾਂ ਤੁਸੀਂ ਇਹ ਪ੍ਰੋਬਲਮ ਨੂੰ ਨਾਲ ਲੈ ਕੇ ਕਿਉਂ ਜਾ ਰਹੇ ਜੇ ਇਹ ਗੱਲ ਤੁਸੀਂ ਨਹੀਂ ਸਮਝ ਸਕਦੇ ਇਹ ਜ਼ਰਾ ਅੰਦਰ ਦੀ ਗੱਲ ਹੈ ਵਾਕਈ ਅੰਦਰ ਦੀ ਗੱਲ ਹੀ ਲੱਗਦੀ ਹੈ ਨਹੀਂ ਅੱਜ ਕਿੱਥੇ ਰਹਿ ਗਏ ਇੰਨੀ ਦੇਰ ਹੋ ਗਈ ਹੈ ਜਦੋਂ ਜੇਬ 'ਚ ਪੈਸੇ ਹੁੰਦੇ ਆ ਨਾ ਤੇ ਜਨਾਬ ਗਾਇਬ ਹੋ ਜਾਂਦੇ ਆ ਜਦੋਂ ਪੱਲੇ ਕੁਛ ਨਹੀਂ ਹੁੰਦਾ ਤੇ ਫਟਾਫਟ ਘਰ ਪਹੁੰਚ ਜਾਂਦੇ ਆ ਅੱਜ ਤਨਖਾਹ ਮਿਲਣੀ ਹੈ ਨਾ ਬਸ ਭਾਬੀ
ਕਿਤੇ ਭਾਜੀ ਨੂੰ ਕਿਸਨੇ ਕਿਡਨੈਪ ਤਾਂ ਨਹੀਂ ਕਰ ਲਿਆ? ਕਿਡਨੈਪ ਔਰ ਤੇਰੇ ਭਾਜੀ ਪੱਲੇ ਦਮੜੀ ਹੋਊਗੀ ਤਾਂ ਕੋਈ ਕਿਡਨੈਪ ਕਰੂਗਾ ਨਾ? ਹੈ ਕਿਡਨੈਪ ਹੋਣ ਵਾਲੀਆਂ ਸ਼ਕਲਾਂ ਕੋਈ ਹੋਰ ਹੁੰਦੀਆਂ, ਤੇਰੇ ਭਾਜੀ ਵਰਗੀਆਂ ਨਹੀਂ। ਸਹੀ ਕਹਿ ਰਹੇ ਜੀ, ਉਹ ਕਿਸੇ ਨੇ ਪੰਗਾ ਪਾਣਾ ਇਹਨਾਂ ਨੂੰ ਕਿਡਨੈਪ ਕਰਕੇ, ਉਹ ਤੇ ਸਮਝ ਲਓ ਆਪਣੇ ਪੈਰ 'ਚ ਆਪ ਹੀ ਕੁਲਾੜੀ ਮਾਰੇਗਾ। ਤੂੰ ਚੁੱਪ ਕਰ, ਆਪਣੀ ਬਕਵਾਸ ਬੰਦ ਕਰ। ਅੱਗੇ ਇੱਥੇ ਟੈਨਸ਼ਨ ਹੋਈ ਪਈ ਹੈ, ਜੇ ਕਰਦਾ ਤੇਰਾ ਸੂਈ ਧਾਗਾ ਲੱਗੇ ਮੂੰਹ ਸੀ ਦਿਆਂ, ਜਦ ਬੋਲੇਗਾ ਕਸੂਤਾ ਹੀ ਬੋਲੇਗਾ। ਲਓ ਜੀ ਮੇਰਾ ਪੀਆ ਘਰ ਆਇਆ, ਹੋਏ ਰਾਮ ਜੀ ਮੇਰਾ ਪੀਆ ਘਰ ਆਇਆ, ਹੋਏ ਰਾਮ ਜੀ। ਬਸ ਕਰਿਆ ਕਰ, ਬਸ ਕਰਿਆ ਕਰ, ਜਿਹਦਾ ਪੀਆ ਆਇਆ ਉਹਨੂੰ ਤਾਂ ਕੋਈ ਚਾਅ ਨਹੀਂ ਚੜਿਆ, ਤੂੰ ਐਵੇਂ ਭੁੜਕੀ ਜਾਣ ਡੇ। ਗੱਲ ਸੁਣਾ, ਭੂਲੇ ਵਿਸਰੇ ਗੀਤ ਆਪਣੇ ਬੰਦ ਕਰ, ਨਹੀਂ ਤੇ ਮੈਂ ਤੇਰੀ ਸੀਡੀ ਤੇ ਸਕਰੈਚ ਪਾ ਦੇਣੀ। ਉਹਦੀ ਸੀਡੀ 'ਚ ਬਾਅਦ ਸਕਰੈਚ ਪਾ ਲੈਣਾ, ਪਹਿਲੇ ਇਹ ਦੱਸੋ ਆ ਸਵੇਰ ਦੇ ਕਿੱਥੇ ਸੀ ਤੁਸੀਂ? ਅੱਜ ਆਫਿਸ ਤੋਂ ਤਨਖਾਹ ਮਿਲਣੀ ਸੀ ਨਾ? ਬਸ ਤਨਖਾਹ ਲੈ ਕੇ ਉੱਡ ਗਏ ਹੋਣੇ ਬਾਊ ਜੀ ਆਪਣੇ ਯਾਰਾਂ ਮੁਸਟੰਡਿਆਂ ਦੇ ਨਾਲ। ਸ਼ਰਾਬ ਤੇ ਨਹੀਂ ਪੀਤੀ? ਸ਼ਰਾਬ ਮੈਂ ਕਿੱਥੇ ਪੀਨਾ, ਉਦਾਂ ਕਹਿ ਤੂੰ ਬਹਾਨੇ ਨਾਲ ਸੁੰਘਣਾ ਸੀ ਮੈਨੂੰ। ਐਡੇ ਲਾਡ ਨਹੀਂ ਕਰਨ ਲੱਗੀ ਮੈਂ ਤੁਹਾਡੇ ਨਾਲ, ਕਿਸੇ ਗਲਤ ਫਹਿਮੀ 'ਚ ਨਾ ਰਹਿਣਾ। ਤੇ ਫਿਰ ਮੈਂ ਗੰਨੇ ਦਾ ਰਸ ਪੀ ਕੇ ਆਇਆ 2 ਰੁਪਏ ਦਾ, ਬਿਨਾਂ ਤੁਹਾਡੀ ਪਰਮਿਸ਼ਨ ਦੇ। ਉਹਦੀ ਕਹਿੰਦੇ ਉਹ ਤਾਂ ਲਿਖਤੀ ਮਾਫੀ ਮੰਗ ਲੈਣਾ ਮੈਂ, ਸ਼ਰਾਬ ਪੀਨਾ ਮੈਂ? ਰਹਿਣ ਦੋ। ਸਵੇਰ ਦਾ ਅਖਬਾਰ ਵਾਲਾ, ਦੁੱਧ ਵਾਲਾ, ਕਰਿਆਨੇ ਵਾਲਾ ਸਾਰੇ ਪੁੱਛ ਚੁੱਕੇ ਨੇ, ਕਿੱਥੇ ਤੇਰਾ ਘਰ ਵਾਲਾ? ਸ਼ੈਂਪੂ ਲੈ ਕੇ ਆਇਓ ਕਿ ਉਹ ਹੀ ਭੁੱਲ ਗਏ ਹੋ? ਉਹ ਭਾਜੀ ਤੁਸੀਂ ਮੈਨੂੰ ਵੀ ਲੇਟ ਕਰਾਤਾ, ਮੈਂ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੇ ਜਾਣਾ ਸੀ। ਤੇ ਕੀ ਹੋ ਗਿਆ, ਬਰਥਡੇ ਰੰਗ ਚੱਲਿਆ, ਅਗਲੇ ਸਾਲ ਫੇਰ ਆ ਜਾਏਗਾ, ਹਰ ਸਾਲ ਆਉਂਦਾ ਬਰਥਡੇ। ਮੈਨੂੰ ਨਹੀਂ ਪਤਾ ਮੈਂ ਗਿਫਟ ਲੈਣਾ, ਲਿਆਓ 2,500 ਰੁਪਏ ਦਿਓ। ਭਾਜੀ 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 1,000 ਰੁਪਏ 1,000 ਰੁਪਏ 1,000 ਰੁਪਏ ਫੈਸ਼ਨ ਸ਼ੋਅ ਵੇਖਣ ਜਾਣਾ। ਅੱਛਾ 1,000 ਰੁਪਇਆ ਕੁਛ ਵੀ ਨਹੀਂ ਤਾਂ ਭਾਜੀ, ਭਾਜੀ 1,000 ਰੁਪਇਆ 1,000 ਰੁਪਇਆ ਗਿੱਧਾ ਪਾਪਾ 1,000 ਰੁਪਇਆ ਮੰਗਣ ਲਈ, ਨਾ 1,000 ਰੁਪਇਆ ਦਰਖਤਾਂ ਨੂੰ ਲੱਗਦਾ, ਐਵੇਂ ਆ ਜਾਂਦਾ 1,000 ਰੁਪਇਆ। ਤੂੰ ਫੈਸ਼ਨ ਸ਼ੋਅ ਵੇਖਣ ਜਾਣਾ, 1,000 ਰੁਪਇਆ ਖਰਚ ਕੇ ਚੰਗੀ ਭਲੀ ਖੂਬਸੂਰਤ ਨੌਜਵਾਨ ਹੈ ਉਹ ਤੈਨੂੰ ਕੋਈ ਨਹੀਂ ਵਿਖਾਉਂਦਾ ਫੈਸ਼ਨ ਸ਼ੋਅ। ਭਾਜੀ ਛੱਡੋ 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 ਭਾਜੀ ਭਾਜੀ ਸਾਰਿਆਂ ਨੂੰ ਛੱਡੋ, ਤੁਸੀਂ ਮੈਨੂੰ ਕਰਾਉਣਾ ਜੀ ਦਰਸ਼ਨ ਲਕਸ਼ਮੀ ਮਾਂ ਦੇ। ਨਾ ਤੈਨੂੰ ਆਪਣੀ ਸਕੀ ਮਾਂ ਦੇ ਦਰਸ਼ਨ ਕੀਤੇ ਕਿੰਨੀ ਦੇਰ ਹੋ ਗਈ ਹੈ? ਉਹ ਤੂੰ ਕਿਤੇ ਪਿੰਡ ਛੁੱਟੀ ਛੱਟੀ ਨਹੀਂ ਜਾਂਦਾ? ਜਾ ਮਗਰੋਂ ਲਓ ਕਿਤੇ ਮੇਰੇ। ਬਹੁਤ ਹੋ ਗਿਆ, ਲਿਓ ਤਨਖਾਹ ਕੱਢੋ। ਇਹ ਹੁਣ ਤੋਰੀ ਵਾਂਗਣ ਕੀ ਮੂੰਹ ਲਟਕਾ ਲਿਆ ਹੈ? ਜੇਬ ਕੱਟੀ ਗਈ ਹੈ, ਜੇਬ ਕੱਟੀ ਗਈ ਹੈ, ਜੀਬ ਕੱਟੀ ਗਈ ਹੈ। ਉਹ ਕੀ ਕਰ ਰਹੇ ਹੁਣ? ਐਡੀ ਦੇਰ ਲੱਗਦੀ ਕੱਢਣ 'ਚ? ਹਾਏ ਰੱਬਾ, ਇਹ ਕੀ ਕੀਤਾ? ਲੋਟਰੀ ਦੇ ਟਿਕਟ, ਪੂਰੀ ਤਨਖਾਹ ਦੇ ਲੋਟਰੀ ਦੇ ਟਿਕਟ ਖਰੀਦ ਲਏ ਨੇ। ਮੱਤ ਤੇ ਨਹੀਂ ਮਾਰੀ ਗਈ ਤੁਹਾਡੀ? ਅੱਜ ਤੇ ਕਹਿ ਰਹੀ ਹੈ ਨਾ, ਹਾਏ ਓਏ ਰੱਬਾ, ਇਹਨਾਂ 'ਚੋਂ ਇੱਕ ਵੀ ਨਿਕਲ ਆਈ ਨਾ, ਪਰ ਤੂੰ ਹੀ ਛਾਲਾ ਮਾਰ ਮਾਰ ਕੇ ਕਹਿਣਾ ਹਾਏ ਓਏ ਰੱਬਾ। ਕੀ ਆ ਬਈ ਤੁਸੀਂ ਮੂੰਹ ਚੁੱਕਿਆ ਮੇਰੇ ਨਾਲ? ਬੈਂਕ ਖੁੱਲ੍ਹਾ ਇੱਥੇ, ਸਭ ਲੁਟੇਰੇ ਟੱਕਰੇ ਮੈਨੂੰ। ਓ ਗੋਡ, ਭਾਜੀ ਮੈਂ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੇ ਜਾਣਾ ਸੀ, ਉਹਨੂੰ ਗਿਫਟ ਦੇਣਾ ਸੀਗਾ, ਹੁਣ ਵਿਦਆਊਟ ਗਿਫਟ ਜਾਊਂਗਾ, ਹੁਣ ਮੇਰੀ ਇਨਸਲਟ ਹੋ ਜਾਣੀ ਹੈ। ਤੇ ਤੇਰੀ ਪਹਿਲੀ ਇਨਸਲਟ ਹੋਣੀ, ਤੇਰੀ ਰੋਜ਼ ਇਨਸਲਟ ਹੁੰਦੀ। ਬਹਿ ਜਾਓ ਸਰ ਆਰਾਮ ਨਾਲ। ਭਾਜੀ ਤੁਹਾਨੂੰ ਕੁਝ ਪਤਾ, ਅੱਜ ਫੈਸ਼ਨ ਸ਼ੋਅ ਵਿੱਚ ਐਸ਼ਵਰਿਆ ਤੇ ਸੁਸ਼ਮਿਤਾ ਦੋਨੋਂ ਆ ਰਹੀਆਂ ਨੇ ਤੇ ਮੈਂ ਉਹਨਾਂ ਨੂੰ ਕੰਪਲੈਕਸ ਦੇਣ ਜਾਣਾ ਸੀ। ਤੂੰ ਸੁਸ਼ਮਿਤਾ ਸੇਨ ਨੂੰ ਤੇ ਐਸ਼ਵਰਿਆ ਰਾਏ ਨੂੰ ਕੰਪਲੈਕਸ ਦੇਣ ਜਿਹੜਾ ਜਾਣਾ ਹੈ, 1,000 ਰੁਪਇਆ ਖਰਚਣਾ ਕੰਪਲੈਕਸ ਦੇਣ ਤੇ, ਆਪ 20 ਕੰਪਲੈਕਸ ਪੀ 2 ਮਹੀਨੇ, ਅੱਖਾਂ ਪੀਲੀਆਂ ਹੋਈਆਂ ਪਈਆਂ ਤੇਰੀਆਂ, ਕੰਪਲੈਕਸ ਦੇਣ ਚੱਲੀ ਛਤਰੋ। ਇਹ ਭਾਜੀ ਬੁਰਾ ਨਾ ਮਨਾਣਾ, ਤੁਸੀਂ ਸਾਡੇ ਸਾਰਿਆਂ ਦੀ ਉਮੀਦਾਂ ਤੇ ਨਾ ਬੁਲਡੋਜ਼ਰ ਜਿਹਾ ਫੇਰਤਾ। ਹੋਰ ਕੀ, ਹੁਣ ਕਿਵੇਂ ਸਾਰੇ ਮਹੀਨੇ ਦਾ ਖਰਚਾ ਚਲਾਵਾਂਗੇ? ਹੈ ਹੁਣ ਸੜਕ ਤੇ ਬੈਠੋ ਤੇ ਭੀਖ ਮੰਗੋ, ਕਿਸੇ ਨੇ ਹਮਦਰਦੀ ਦੀ ਭੀਖ ਵੀ ਨਹੀਂ ਦੇਣੀ। ਹੈ ਯਾਰ ਪਾਗਲਾਂ ਦਾ ਟੱਬਰ, ਸਭ ਬੇਵਕੂਫ ਟੱਕਰੇ ਨੇ ਮੈਨੂੰ ਯਾਰ, ਕਮਾਲ ਕਰਦੇ ਤੁਸੀਂ, ਕਿੰਨਾ ਇਤਰਾਜ਼ ਹੋਇਆ ਇਹਨਾਂ ਨੂੰ ਮੇਰੀ ਲਾਟਰੀ ਦਾ। ਮੈਂ ਕਮਾਨਾ ਯਾਰ, ਮੈਂ ਖਾਣਾ, ਮੈਂ ਜੋ ਮਰਜ਼ੀ ਕਰਾਂ, ਤੁਸੀਂ ਕੌਣ ਹੋ ਮੈਨੂੰ ਪੁੱਛਣ ਵਾਲੇ? ਮੈਂ ਮਿਹਨਤਾਂ ਕਰਦਾ, ਮੇਰੇ ਪੈਸੇ ਤੇ ਤੁਸੀਂ ਐਸ਼ਾਂ ਕਰਦੇ ਹੋ? ਜਿਹੜਾ ਆਉਂਦਾ ਕੱਢੋ ਪੈਸੇ, ਜਿਹੜਾ ਆਉਂਦਾ ਕੱਢੋ ਪੈਸੇ, ਕੱਢੋ ਪੈਸੇ, ਕੱਢੋ ਪੈਸੇ, ਕਮਾਲ ਹੋ ਗਈ ਤੁਹਾਡੇ ਵਾਲੀ। ਨਹੀਂ ਦਿਆਂਗਾ ਕਿਸੇ ਨੂੰ ਕੋਈ ਪੈਸਾ, ਮੇਰਾ ਆਪਣਾ ਪੈਸਾ, ਮੇਰੇ ਆਪਣੇ ਨੋਟ ਨੇ, ਮੈਂ ਉਹਨਾਂ ਦੀਆਂ ਲਾਟਰੀਆਂ ਪਾਵਾਂ, ਮੈਂ ਉਹਨਾਂ ਦਾ ਜੂਆ ਖੇਡਾਂ, ਮੈਂ ਲੋਹੜੀ ਤੇ ਨੋਟ ਬਾਲ ਕੇ ਅੱਗ ਸੇਕਾਂ, ਮੈਂ ਚਾਹੇ ਆਪਣੇ ਨੋਟਾਂ ਦੇ ਜਹਾਜ਼ ਬਣਾ ਕੇ ਡਾਵਾਂ, ਤੁਸੀਂ ਕੌਣ ਮੈਨੂੰ ਪੁੱਛਣ ਵਾਲੇ? ਹੈਂ, ਕੰਨ ਖੋਲ ਕੇ ਸੁਣ ਲਓ ਚਾਰੇ ਜਾਣੇ, 8 ਕੰਨ ਖੋਲੋ ਆਪਣੇ, ਕਿਸੇ ਨੂੰ 1 ਪੈਸਾ ਨਹੀਂ ਦਿਆਂਗਾ, ਮੈਂ ਇਸ ਘਰ ਦਾ ਮਾਲਕ ਹਾਂ, ਮੈਂ ਆਪਣੀ ਮਰਜ਼ੀ ਦਾ ਵੀ ਮਾਲਕ ਹਾਂ। ਇਹ ਹੁੰਦੀ ਵੈਸੇ ਬੰਦੇ ਦੀ ਟੌਰ, ਪਹਿਲੀ ਵਾਰੀ ਇੰਨਾ ਬੋਲਿਆ, ਅੱਗੋਂ ਕੋਈ ਵੀ ਨਹੀਂ ਬੋਲਿਆ। ਆਹ 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 ਆਹ
उठो बैल बज रही है बुआ खोलो वैसे फाड़ा तो डिग पे पैसे वाला बैल बज रही है बुआ खोलो पैसे आए लगते हैं नहीं वैसे आए लगते हैं मैनू तो कोई पता नहीं की बोलते रहते बुड़बुड़ कर रहे हैं नींद भी खराब करती है सारी ससिकाल पाजी ससिकाल की हाल है जी आजकल तो दर्शन नहीं होते थोड़े ਦਰਸ਼ਨਾਂ ਨੂੰ ਕਿੱਡਾ ਮੈਂ ਪੀਰਾਂ ਯਾਰ ਜਿਹੜਾ ਤੂੰ ਮੇਰੇ ਦਰਸ਼ਨਾਂ ਨੂੰ ਤਰਸਿਆ ਪਿਆ ਕੰਮ ਦੀ ਗੱਲ ਕਰ ਉਹ ਭਾਜੀ ਮੈਨੂੰ ਵੀ ਕੋਈ ਸ਼ੌਂਕ ਨਹੀਂ ਆ ਤੁਹਾਡੀ ਸ਼ਕਲ ਦੇਖਣ ਦਾ ਮੈਂ ਤਾਂ ਪੂਰਾ ਮਹੀਨਾ ਤੁਹਾਡਾ ਮੂੰਹ ਨਹੀਂ ਦੇਖਣਾ ਚਾਹੁੰਦਾ ਪਰ ਇੱਕੋ ਦਿਨ ਹੈ ਜਿੱਦਣ ਤੁਸੀਂ ਮੈਨੂੰ ਸੋਹਣੇ ਵੀ ਲੱਗਦੇ ਹੋ ਤੇ ਮੈਂ ਤੁਹਾਡੀ ਸ਼ਕਲ ਵੀ ਦੇਖਣੀ ਚਾਹੁੰਦਾ ਇੱਕ ਦਿਨ ਤੇਰਾ ਜਿਹੜਾ ਦਿਲ ਕਰਦਾ ਤੇ ਐਡੀ ਕੋਈ ਵੱਡੀ ਗੱਲ ਨਹੀਂ ਚਾਹੁੰਦੇ ਇੱਕ ਦਿਨ ਹੀ ਸੋਹਣਾ ਲੱਗਦਾ ਮਹੀਨੇ ਭਾਜੀ ਮੈਨੂੰ ਇੱਕ ਦਿਨ ਨਹੀਂ ਸਿਰਫ ਇੱਕ ਤਰੀਕ ਨੂੰ ਹੀ ਆਹ ਚੰਨ ਸੋਹਣਾ ਲੱਗਦਾ ਉਹ ਜਿੱਦਣ ਲਕਸ਼ਮੀ ਮਿਲਣੀ ਹੁੰਦੀ ਹੈ ਗੱਲ ਕਰ ਮਤਲਬ ਦੀ ਕਿੰਨੇ ਪੈਸੇ ਬਣਦੇ ਤੇਰੇ ਮੇਰੇ 4200 ਰੁਪਏ ਬਣਦਾ ਜੀ ਚੱਲ ਠੀਕ ਹੈ ਫਿਰ ਸ਼ਾਮ ਨੂੰ ਆ ਕੇ 2100 ਰੁਪਈਆ ਲੈ ਜਾਓ ਉਹ ਭਾਜੀ 2100 ਕਾਹਦਾ 4200 ਕਾਹਦਾ ਉਹ ਦੁੱਧ ਦਾ ਹਾਂ ਤੇ ਦੁੱਧ ਵਿੱਚ ਅੱਧਾ ਪਾਣੀ ਹੁੰਦਾ ਉਹ ਸਭ ਨਾਲ 2100 ਹੀ ਬਣਿਆ ਦੁੱਧ ਦਾ 2100 ਦਾ ਵਿੱਚ ਪਾਣੀ ਹੁੰਦਾ ਪਾਣੀ ਵਾਲੇ ਦਫਾ ਕਰ ਦੁੱਧ ਦਾ 2100 ਲੈ ਜਾਈਂ ਆ ਕੇ ਸ਼ਾਮ ਨੂੰ ਭਾਜੀ ਮੈਨੂੰ ਗੁੱਸਾ ਨਾ ਦਵਾਓ ਕੀ ਗੁੱਸਾ ਚੜ ਜਾਏਗਾ ਤੈਨੂੰ ਕੀ ਕਰ ਲੇਗਾ ਮੇਰਾ ਉਹ ਤੇਰੇ ਵਰਗੇ 36 ਦੁੱਧ ਵਾਲੇ ਤੇਰੇ ਫਿਰਦੇ ਤੜੀਆਂ ਕਰਾਉਂਦੇ ਆ ਸਿਰ ਸਿਰੇ ਆ ਕੇ ਮੈਨੂੰ ਭਾਜੀ ਸ਼ਾਮ ਨੂੰ 4200 ਤਿਆਰ ਰੱਖਿਓ ਨਹੀਂ ਤਾਂ ਕਿਤੇ ਐ ਨਾ ਹੋਵੇ ਤੇ ਮੈਨੂੰ ਦੁੱਧ ਦਾ ਪਨੀਰ ਬਣਾਉਣਾ ਪੈ ਜਾਏ ਯਾਰ ਕਮਾਲ ਦੀ ਗੱਲ ਐ ਸਿਰ ਸਿਰੇ ਹੈਲੋ ਓਏ ਸਿਰ ਸਿਰੇ ਧਮਕੀਆਂ ਦੇਣ ਡਿਆ ਯਾਰ ਸ਼ਰੀਫ ਬੰਦੇ ਨੂੰ ਇੱਜ਼ਤਦਾਰ ਲੋਕ ਆ ਮਹੱਲੇਦਾਰ ਬੰਦੇ ਆ ਯਾਰ ਹੈ ਅਗ ਤਰੀਕਾ ਹੁੰਦਾ ਗੱਲ ਕਰਨ ਦਾ ਕੈਸੇ ਬਦਤਮੀਜ਼ ਲੋਕ ਹੁੰਦੇ ਨੇ ਯਾਰ 4200 ਤੈਨੂੰ ਦਿਆਂ ਮੈਂ ਦਿਆਂਗਾ ਤਾਂ ਤੈਨੂੰ ਮੈਂ 2100 ਹੀ ਭਾਵੇਂ 2100 ਕਰਕੇ ਦੋ ਵਾਰੀ ਦਿਆਂ ਪਰ 2100 ਤੋਂ ਵੱਧ ਤਾਂ ਮੈਂ ਵੀ ਨਹੀਂ ਦਿੰਦਾ ਵੇ ਹਲੋ ਭਾਈ ਸਾਹਿਬ ਅਖਬਾਰ ਆ ਬਿੱਲ ਵੀ ਲੈ ਜਾਓ ਜੀ ਅਖਬਾਰ ਦਾ ਕਿੰਨਾ 350 ਰੁਪਈਆ ਕਮਾਲ ਕਰ ਰਿਹਾ 350 ਰੁਪਈਆ ਕਰ ਰਿਹਾ ਯਾਰ 350 ਅਖਬਾਰ ਦਾ ਹੈ ਮੇਰੇ ਅਖਬਾਰ ਦਾ ਮੈਂ ਤੈਨੂੰ ਕਿੰਨੇ ਬਿੱਲ ਦੇਣਾਗਾ ਯਾਰ ਇੱਕ ਅਖਬਾਰ ਪੜ੍ਹਦਾ ਤੇ ਇੰਨੇ ਪੈਸੇ ਤੂੰ 25 ਅਖਬਾਰਾਂ ਪੜ੍ਹ ਕੇ ਘਰ ਜਾਂਦਾ ਹੁੰਦਾ ਤੂੰ ਦਿੱਤੇ ਕਦੀ ਕਿਸੇ ਨੂੰ ਪੈਸੇ ਅਸੀਂ ਵੀ ਜਵਾਕ ਪਾਲਣੇ ਆ ਜੀ ਕਮਾਲ ਕਰ ਰਿਹਾ ਸਾਡੇ ਸਿਰੋਂ ਪਾਲਣੇ ਜੰਮੇ ਤੁਸੀਂ ਪਾਲਣ ਸਾਡੇ ਸਿਰੋਂ ਡਾਇ ਕੱਲ ਆਉਂਗਾ ਕੱਲ ਲੈ ਕੇ ਜਾਊਂਗਾ ਨਹੀਂ ਅਖਬਾਰ ਬੰਦ ਖਬਰਾਂ ਬੰਦ ਤੇਰੀ ਔਕਾਤ ਨਹੀਂ ਰਹੀ ਮੇਰੇ ਨਾਲ ਬੋਲਣ ਦੀ ਰਹਿਣ ਦਿਓ ਭਾਜੀ
ਐਵੇਂ ਸਵੇਰੇ ਸਵੇਰੇ ਗੱਪਾਂ ਨਾ ਮਾਰੀਓ। ਚਲ ਤੁਸੀਂ ਸੋਵੋ ਜਾ ਕੇ, ਤੁਸੀਂ ਕੀ ਲੈਣਾ ਦੇਣਾ ਵਿੱਚੋਂ, ਭਰਾ ਤੁਹਾਡਾ ਕਰੋੜਪਤੀ ਬਣ ਗਿਆ। ਤੂੰ ਪੜ੍ਹੀ ਲਿਖੀ ਥੋੜੀ ਜਿਹੀ ਇਹਨਾਂ ਚੋਂ, ਇਹ ਫੜੋ ਜ਼ਰਾ। ਮੈਨੂੰ ਮਾਫ ਕਰ ਦੋ, ਐਵੇਂ ਆਵਾ ਤਵਾ ਬੋਲੀ ਗਈ ਪਿੱਛੇ ਕੁਛ ਦਿਨਾਂ ਤੁਹਾਨੂੰ। ਨਹੀਂ ਨਹੀਂ ਬੋਲੋ ਆਵਾ ਤਵਾ ਤੁਸੀਂ, ਸਾਡੇ ਆਵੇ ਤਵੇ ਨਾਲ ਕਿਹੜੀ ਗੱਲ ਹੈ ਹੁਣ, ਸਾਡੀਆਂ ਕਿਹਨੂੰ ਪਰਵਾਹਾਂ ਨੇ ਹੁਣ। ਮੈਨੂੰ ਛੱਡ ਦੋ ਨਾ, ਨਹੀਂ ਨਹੀਂ ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ, ਕਿਉਂਕਿ ਮੈਂ ਮਾਫੀ ਦੇਣੀ ਨਹੀਂ। ਹਾਂਜੀ ਤੁਸੀਂ ਕਿੱਧਰ? ਕਿੱਧਰ ਅੱਗੇ ਤੇਰੀ ਐਡੀ ਲੰਬੀ ਜ਼ਬਾਨ ਨਿਕਲੀ ਹੁੰਦੀ ਸੀ, ਅੱਜ ਪੂਛ ਨਿਕਲ ਆਈ। ਛੋਟੇ ਮੂੰਹ ਵੱਡੀ ਗੱਲ ਕਹਿ, ਫਿਕਰਾ ਸਹੀ ਕਰ, ਵੱਡਾ ਮੂੰਹ ਤੇ ਵੱਡੀ ਗੱਲ ਕਹਿ। ਸਭ ਨੂੰ ਮਾਫੀਆਂ ਵੰਡ ਦਿਓ, ਫਿਰ ਥੋੜੀ ਮਾੜੀ ਜੀ ਮੈਨੂੰ ਵੀ ਦੇ ਦਿਓ। ਦੇਖ ਲਾਂਗੇ ਯਾਰ, ਤੇ ਮਾਫੀ ਬਚ ਗਈ ਤੈਨੂੰ ਵੀ ਦੇ ਦਾਂਗੇ। ਚਲੋ ਸੋਰੀ। ਚਲੋ ਠੀਕ ਹੈ ਯਾਰ, ਮਹਾਂ ਬਦੌਲਤ ਨੂੰ ਜ਼ਿਆਦਾ ਤੰਗ ਨਾ ਕਰੋ ਹੁਣ, ਮਹਾਂ ਬਦੌਲਤ ਨੇ ਤੁਹਾਨੂੰ ਮਾਫ ਕੀਤਾ। ਹਾਂ ਅਗਰ ਤੁਹਾਡੀ ਕੋਈ ਛੋਟੀ ਮੋਟੀ, ਨਹੀਂ ਸੋਰੀ ਮੋਟੀ ਨਹੀਂ ਐਕਸਕਲੂਸਿਵਲੀ ਛੋਟੀ ਕੋਈ ਫਰਮਾਇਸ਼ ਹੋਵੇ ਤੇ ਮਹਾਂ ਬਦੌਲਤ ਨੂੰ ਦੱਸ ਦਿਓ, ਮਹਾਂ ਬਦੌਲਤ ਉਸ ਫਰਮਾਇਸ਼ ਨੂੰ ਪੂਰੀ ਕਰਨਗੇ। ਤਖਲੀਆ ਇਕਾਂਤ, ਮਾਂ ਬਦੌਲਤ ਕੱਲੇ ਬਹਿਣਾ ਚਾਹੁੰਦੇ ਨੇ। ਇਹ ਵੀ ਆਲਮ ਆਉਣਾ ਸੀ, ਆਲਮ ਪਨਾਹ ਵੀ ਕਹਿਣਾ ਸੀ ਇਹਨਾਂ ਨੇ ਮੈਨੂੰ, ਘਰ ਚ ਪਨਾਹ ਨਹੀਂ ਸੀ ਦਿੰਦੇ, ਅੱਜ ਆਲਮ ਪਨਾਹ ਕਹਿਣ ਦਿੰਦੇ। ਲਾਟਰੀਏ ਦੁਨੀਆ ਬਦਲਤੀ ਮੇਰੀ, ਇੱਕ ਰੁਪਈਏ ਦੀ ਅਖਬਾਰ 5 ਕਰੋੜ ਦਾ ਬਣਾ ਗਈ ਮੈਨੂੰ। ਹੁਣ ਪਤਾ ਲੱਗਾ ਲੋਕੀ ਪਾਗਲ ਕਿੱਦਾਂ ਹੋ ਜਾਂਦੇ ਨੇ, ਏਦਾਂ ਹੀ ਹੁੰਦੇ ਨੇ ਜਿੱਦਾਂ ਮੈਂ ਹੋਣ ਡਿਆ। ਪੈਸੇ ਘਰ ਨਹੀਂ ਆਏ ਤੇ ਤੂੰ ਹਿੰਦੀਆਂ ਤੇ ਆ ਵੀ ਗਈ ਹੈ, ਇਸ ਘਰ ਮੇ ਤੇਰਾ ਦਮ ਘੁੱਟਤਾ ਹੈ, ਮੈਂ ਗਲਾ ਘੁੱਟ ਦੇਣਾ ਤੇਰਾ, ਤੈਨੂੰ ਮੈਂ ਦੱਸਾਂ। ਜ਼ਿਆਦਾ ਨਾ ਜਬਲੀਆਂ ਮਾਰੀ ਜਾਓ, ਮੈਂ ਤੇ ਵੈਸੇ ਕਹਿ ਰਹੀ ਸੀ ਕਿ ਨਵਾਂ ਘਰ ਲਵਾਂਗੇ, ਵੱਡਾ ਸਾਰਾ ਹੈ, ਪੁਰਾਣਾ ਹੋ ਗਿਆ। ਵਾਹ ਜੀ ਵਾਹ, ਵਾਹ ਵਾਹ, ਕੱਲ ਮੈਨੂੰ ਕਹੋਗੇ ਤੂੰ ਵੀ ਪੁਰਾਣਾ ਹੋ ਗਿਆ, ਮੈਨੂੰ ਵੀ ਬਦਲ ਦਿਓ ਕੱਲ ਨੂੰ। ਇਹ ਮੈਨੂੰ ਬੋਲੀ ਜਾਓ, ਜੋ ਮੂੰਹ ਚਾਹੁੰਦੇ ਬੋਲਦੇ ਰਹਿੰਦੇ ਹੋ। ਮੇਰੇ ਨਾਲ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ, ਤੈਨੂੰ ਮੈਂ ਦੱਸਾਂ, ਮੈਂ ਅੱਗੇ ਬੜਾ ਦੁਖੀ ਬੈਠਾ ਤੁਹਾਡੇ ਪੂਰੇ ਟੱਬਰ ਤੋਂ ਸਤਿਆ ਫਿਰਨਾ ਮੈਂ ਤੁਹਾਡੇ ਸਾਰਿਆਂ ਤੋਂ, ਤੈਨੂੰ ਮੈਂ ਦੱਸਾਂ ਮੈਨੂੰ ਖਜਾਨਾ ਬਹੁਤਾ, ਮੈਂ ਘਰ ਛੱਡ ਕੇ ਦੌੜ ਜਾਣਾ ਹੀ। ਕੰਦ ਪਾਇਆ ਤੁਸੀਂ ਮੇਰੇ ਨਾਲ, ਮੁੜ ਕੇ ਫਾਲਤੂ ਗੱਲ ਕਰਨ ਦੀ ਲੋੜ ਨਹੀਂ, ਸੌਣ ਦੇ ਮੈਨੂੰ, ਮੈਨੂੰ ਬਿਲਕੁਲ ਡਿਸਟਰਬ ਨਾ ਕਰੀ, ਮੈਂ ਕੁਝ ਡਿਸਕਸ ਨਹੀਂ ਕਰਨਾ ਚਾਹੁੰਦਾ, ਵਰਨਾ ਡਿਸਮਿਸ ਕਰ ਦਿਆਂਗਾ ਸਵੇਰੇ ਉੱਠ ਕੇ ਮੈਂ। ਫਾਲਤੂ ਸਵੇਰ ਦੇ 8ਵੀਂ ਵਾਰ ਮੈਨੂੰ ਘਰੋਂ ਜਾਣ ਦੀ ਧਮਕੀ ਦੇ ਚੁੱਕਿਆ, ਸਮਝਦੀ ਕੀ ਆਪਣੇ ਆਪ ਨੂੰ, ਕੱਚੀਆਂ ਗੋਲੀਆਂ ਨਹੀਂ ਖੇਲਿਆ ਮੈਂ ਵੀ। ਅਰੇਂਜਮੈਂਟ ਹੈ ਮੇਰੇ ਕੋਲ ਵੀ, ਦੇਖਦੀ ਹਾਂ ਕਿੱਥੇ ਜਾਂਦੇ ਭੱਜ ਕੇ। ਭੱਜ ਕੇ ਜਾਣਗੇ, ਇੱਕ ਲੋਟਰੀ ਕੀ ਨਿਕਲ ਆਈ ਹੈ, ਹੈਂ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਦੇ, ਅਜੇ ਤਾਂ ਪੈਸੇ ਮਿਲਿਆ ਨਹੀਂ, ਤਾਂ ਇਹ ਹਾਲ ਹੈ, ਹੈਂ ਜਦ ਪੈਸੇ ਆ ਗਏ ਤਾਂ ਪਤਾ ਨਹੀਂ ਕੀ ਕਰਨਗੇ, ਮੈਂ ਚੱਲਾਂ ਜਾਵਾਂਗੇ, ਮੈਂ ਭੱਜ ਜਾਵਾਂਗਾ, ਦੇਖਦੀ ਹਾਂ ਕਿੱਦਾਂ ਭੱਜ ਕੇ ਜਾਂਦੇ ਹੋ, ਮੈਂ ਵੀ ਆਪਣੇ ਪਿਓ ਦੀ ਧੀ ਹਾਂ ਜੇ ਜਾਣਦੇ ਹਾਂ ਤਾਂ।
ਕਿ ਜੀ ਗੁੱਡ ਨਾਈਟ ਹੈ। ਇੱਥੇ ਚਲੇ ਗਏ ਸਵੇਰੇ ਸਵੇਰੇ। ਮੋਹਨ ਲਾਲ ਨੂੰ ਪਤਾ ਹੋਣਾ ਚਾਹੀਦਾ। ਮੋਹਨ ਲਾਲ, ਮੋਹਨ ਲਾਲ, ਵੇ ਮੋਹਨ ਲਾਲ, ਆਪਣੇ ਸਾਹਿਬ ਨੂੰ ਦੇਖਿਆ ਕਿਤੇ? ਮੋਹਨ ਲਾਲ ਜੀ। ਉਹ ਭਾਬੀ, ਮੋਹਨ ਲਾਲ ਨੂੰ ਕੀ ਪਤਾ ਕਿ ਭਾਜੀ ਕਿੱਥੇ ਨੇ? ਤੇ ਹੋਰ ਕਿਹਨੂੰ ਪਤਾ ਹੋਵੇਗਾ ਇਸ ਘਰ 'ਚ? ਹੈ, ਹੋ ਸਕਦਾ ਉਹਨੇ ਸਾਹਿਬ ਨੂੰ ਜਾਂਦੇ ਦੇਖਿਆ ਹੋਵੇ। ਆਪ ਨਹੀਂ ਸਮਝ ਲੱਗਦੀ ਕਿ ਭਾਜੀ ਗਏ ਕਿੱਥੇ? ਮੈਂ ਤੇ ਆਪ ਸਵੇਰੇ ਸਵੇਰੇ ਜਾ ਕੇ ਉਹਨਾਂ ਨੂੰ ਲੱਭ ਕੇ ਆਇਆ। ਸ਼ਾਇਦ ਕਿਤੇ ਮਾਰਨਿੰਗ ਵਾਕ ਤੇ ਨਾ ਚਲੇ ਗਏ ਹੋਣ। ਵਾਹ 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 ਵਾਹ, ਇਹ ਲੋਟਰੀ ਨਿਕਲਦੇ ਹੀ ਇਵਨਿੰਗ ਵਾਕ ਤੇ ਜਾਣ ਵਾਲਾ ਬੰਦਾ ਮਾਰਨਿੰਗ ਵਾਕ ਤੇ ਕਿਵੇਂ ਚਲਾ ਗਿਆ, ਮੈਨੂੰ ਸਮਝ ਨਹੀਂ ਆਈ। ਤੁਰ ਕੇ? ਹੋਰ ਕਿੱਦਾਂ, ਬਾਕੀ ਸਾਰੇ ਉੱਡ ਕੇ ਜਾਂਦੇ ਨੇ। ਭਾਬੀ, ਅਗਰ ਮਾਰਨਿੰਗ ਵਾਕ ਦੀ ਠੰਡੀ ਠੰਡੀ ਹਵਾ ਨਾਲ ਸਾਡਾ ਲੋਟਰੀ ਦਾ ਟਿਕਟ ਉੱਡ ਗਿਆ ਫਿਰ ਕੀ ਹੋਏਗਾ? ਮੱਝ ਨੂੰ ਚੱਬ ਜਾਏਗੀ ਤੇ ਅਸੀਂ ਲੋਟਰੀ ਦਾ ਟਿਕਟ ਚਬਾਉਂਦੇ ਹੋਏ ਮੱਝ ਨੂੰ ਸਿਰ ਪਿੱਟ ਪਿੱਟ ਕੇ ਵੇਖਾਂਗੇ। ਸਟੂਪਿਡ, ਕਦੀ ਤੇ ਟੰਗ ਦੀ ਗੱਲ ਸੋਚ ਲਿਆ ਕਰ। 5 ਕਰੋੜ ਦਾ ਮਾਮਲਾ ਭਾਬੀ, ਤੁਸੀਂ ਭਾਜੀ ਨੂੰ ਇਕੱਲੇ ਜਾਣ ਕਿੱਦਾਂ ਦਿੱਤਾ? ਵੇ, ਮੈਂ ਨਹੀਂ ਜਾਣ ਦਿੱਤਾ। ਰਾਤੀ ਚੰਗਾ ਭਲਾ ਰੱਸੀ ਨਾਲ ਬੰਨ ਕੇ ਸੁੱਤੀ ਸੀ, ਸਵੇਰੇ ਸਵੇਰੇ ਰੱਸੀ ਤੋੜਾ ਕੇ ਪਤਾ ਨਹੀਂ ਕਿੱਥੇ ਭੱਜ ਗਿਆ। ਓਏ, ਕਿੱਥੇ ਭੱਜ ਕੇ ਜਾਂਦਾ? ਮੇਰੇ ਹੱਥੋਂ ਭੱਜ ਕੇ ਜਾ ਸਕਦਾ ਕਿਧਰ? ਮੈਂ ਭੱਜ ਭੱਜ ਕੇ ਉਹਨੂੰ ਫੜ ਲਿਆ। ਭੱਜ ਭੱਜ ਕੇ ਫੜ ਲਿਆ? ਆਹੋ, ਇਹਦਾ ਮਤਲਬ ਭੱਜ ਗਏ ਸੀ। ਉਹ ਭੱਜ ਗਏ ਸੀ, ਪਤਾ ਨਹੀਂ ਕਿੱਥੇ ਕਿੱਥੇ ਦੌੜੀ ਫਿਰਦਾ ਸੀ, ਪਹਿਲਾਂ ਸੜਕਾਂ ਤੇ ਫਿਰ ਝਾੜੀਆਂ 'ਚ, ਉਹਦੇ ਪੇੜ ਤੇ ਚੜਨ ਲੱਗਾ। ਮੈਂ ਪਹਿਲੇ ਫੜ ਲਿਆ ਉਹਨੂੰ, ਕਿਚਨਾ ਫੜ ਕੇ ਪਾ ਤੱਕ ਕਮਰੇ 'ਚ ਅੰਦਰ ਬੰਦ ਸਾਲੇ। ਓਏ, ਤਮੀਜ਼ ਨਾਲ ਗੱਲ ਕਰ। ਤਮੀਜ਼ ਦੀ ਕੀ ਗੱਲ ਹੈ? ਤਮੀਜ਼ ਉਹਨੂੰ ਚਾਹੀਦੀ ਹੈ ਕਿ ਮੈਨੂੰ ਚਾਹੀਦੀ ਹੈ? ਪਾਗਲਾ ਵਕਨ ਦੌੜੀ ਜਾਂਦਾ ਸੀ, ਮੈਂ ਹੱਫ ਗਿਆ ਬੁਰੀ ਤਰ੍ਹਾਂ। ਬਦਤਮੀਜ਼ ਜਾ, ਭਾਬੀ ਦੇਖ, ਤੂੰ ਹੀ ਸਿਰ ਤੇ ਚੜਾ ਕੇ ਰੱਖਿਆ ਇਹਨੂੰ। ਮੋਹਨ ਲਾਲ, ਮੇਰੇ ਤੇ ਹੱਥ ਚੁੱਕੀ, ਮੇਰੇ ਤੇ ਹੱਥ ਚੁੱਕ ਰਹੇ ਹੋ? ਤੁਹਾਡੇ ਵਾਸਤੇ ਕਰ ਕਰਕੇ ਮਰ ਗਿਆ, ਇਹ ਸਿਰਾ ਦਿੱਤਾ ਉਹਦਾ? ਓਏ, ਬੰਦੇ ਦੇ ਬੱਚੇ ਤੇ ਹੱਥ ਚੁੱਕਦੇ ਹੋ, ਉਸ ਕੁੱਤੇ ਦੇ ਬੱਚੇ ਦੇ ਪਿੱਛੇ? ਮੋਹਨ ਲਾਲ, ਤੂੰ ਸਾਹਿਬ ਨੂੰ ਕੁੱਤਾ ਕਹਿ ਰਿਹਾ? ਸਾਹਿਬ ਨੂੰ ਕੁੱਤਾ ਕਹਿ ਰਿਹਾ? ਸਾਹਿਬ ਕੁੱਤਾ ਕਦੋਂ ਤੋਂ ਹੋ ਗਿਆ? ਮੋਹਨ ਲਾਲ, ਮੈਂ ਤੇਰੇ ਸਾਹਿਬ ਦੀ ਗੱਲ ਕਰ ਰਿਹਾ, ਸਾਹਿਬ ਦੀ। ਮੈਨੂੰ ਹਲੇ ਤੱਕ ਸਮਝ ਨਹੀਂ ਆਇਆ ਤੁਸੀਂ ਸਾਹਿਬ ਨੂੰ ਕੁੱਤਾ ਕਿਉਂ ਕਹਿ ਰਹੇ ਹੋ? ਮੈਂ ਤੇ ਕੁੱਤੇ ਨੂੰ ਕੁੱਤਾ ਕਹਿ ਰਿਹਾ, ਕੁੱਤੇ ਨੂੰ ਬੰਨ ਕੇ ਅੰਦਰ ਰੱਖਿਆ। ਮੋਹਨ ਲਾਲ, ਸਾਹਿਬ ਕਿੱਥੇ ਹੈ? ਹਾਂਜੀ ਭਾਬੀ। ਪੂ ਕਿੱਥੇ? ਉਹਨੂੰ ਆਵਾਜ਼ ਮਾਰ। ਪੂ, ਪੂ, ਪੱਕਾ ਸ਼ੀਸ਼ੇ ਸਾਹਮਣੇ ਖੁੱਲਦੀ ਹੁਣ। ਕੋਈ ਨਹੀਂ, ਆਵਾਜ਼ ਮਾਰ। ਓਹ, ਕਿਉਂ ਆਵਾਜ਼ਾਂ ਮਾਰ ਰਹੇ ਹੋ? ਮੈਨੂੰ ਕਿਉਂ ਡਿਸਟਰਬ ਕਰ ਰਹੇ ਹੋ? ਅਰੇ, ਪਾਜੀ ਕਿੱਥੇ ਨੇ? ਉਹਨਾਂ ਨੂੰ ਤੇ ਅਸੀਂ ਲੱਭ ਰਹੇ ਹਾਂ। ਹਾਏ ਹਾਏ, ਕਿਤੇ ਕਿਡਨੈਪ ਤੇ ਨਹੀਂ ਹੋ ਗਏ? ਜੇ ਕਿਡਨੈਪ ਹੋ ਗਏ ਹੋਏ ਤੇ ਕੀ ਹੋਗਾ? 5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ, ਸਾਰੇ ਮੁੱਲੇ ਵਾਲੇ ਨੂੰ ਪਤਾ, ਭਾਬੀ ਕੁਝ ਵੀ ਹੋ ਸਕਦਾ ਹੈ। ਹੈਰੀ, ਇੱਕ ਕੰਮ ਕਰੀਏ, ਆਪਾਂ ਪੁਲਿਸ ਨੂੰ ਇਨਫੋਰਮ ਕਰੀਏ। ਪੁਲਿਸ ਨੂੰ? ਨਹੀਂ ਨਹੀਂ, ਪੁਲਿਸ ਨੂੰ ਇਨਫੋਰਮ ਨਹੀਂ ਕਰਨਾ। ਜੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਅੰਡਰਵਰਲਡ ਵਾਲਿਆਂ ਨੂੰ ਪਤਾ ਲੱਗ ਜਾਣਾ ਤੇ ਹੋਰ ਪੰਗਾ ਪੈ ਜਾਊ। ਪਰ ਬਾਜੀ, ਗਏ ਕਿੱਥੇ? ਅਸੀਂ ਹੁਣ ਕਿੱਥੇ ਲੱਭਾਂਗੇ? ਕੀ ਕਰਾਂਗੇ ਅਸੀਂ? ਮੇਰੇ ਸੁਪਨਿਆਂ ਦਾ ਕੀ ਹੋਊਗਾ? ਮੈਂ ਮਿਸ ਇੰਡੀਆ ਬਣਨਾ ਚਾਹੁੰਦੀ ਸੀ। ਮੈਂ ਹੀਰੋ ਬਣਨਾ ਸੀ। ਹਾਏ, ਤੇ ਮੈਂ ਰੋਜ਼ ਸੁਪਨੇ ਦੇ ਵਿੱਚ ਐਡੀ ਵੱਡੀ ਗੱਡੀ 'ਚ ਘੁੰਮਦੀ ਸੀ। ਜੇ ਨਾ ਲੱਭੇ ਨਾ ਵੱਡੀ ਗੱਡੀ ਤਾਂ ਛੱਡੋ, ਟੁੱਟੀ ਫੁੱਟੀ ਕਾਰ ਵੀ ਨਹੀਂ ਲੱਭਣੀ। ਪਾਜੀ ਮਿਲ ਗਏ, ਪਾਜੀ ਮਿਲ ਗਏ। ਪਾਜੀ ਨਹੀਂ ਮਿਲ ਗਏ, ਪਾਜੀ ਨੂੰ ਤੁਹਾਡੀ ਸਾਰਿਆਂ ਦੀ ਹਕੀਕਤ ਮਿਲ ਗਈ। ਪਤਾ ਚੱਲ ਗਿਆ ਸਾਰਾ, ਕਿਵੇਂ 5 ਕਰੋੜ ਪਿੱਛੇ ਸਾਰੇ ਪਾਗਲ ਹੋਏ ਫਿਰਦੇ ਸੀ। ਇਹ 5 ਕਰੋੜ ਨੇ ਤੁਹਾਨੂੰ ਸਾਰਿਆਂ ਨੂੰ ਕਮਾਇਆ ਪਿਆ, ਬਾਈ ਗਾਡ। ਔਰ ਤੇਰਾ 2% ਦਾ ਨੌਕਰ, ਉਹਨੇ ਤੇ ਮੈਨੂੰ ਕੁੱਤਾ ਤੱਕ ਬਣਾਤਾ। ਹੈ ਕਿੱਥੇ ਸਟੂਪਿਡ? ਓਹੋ, ਉਹਨੂੰ ਛੱਡੋ ਨਾ ਤੁਸੀਂ। ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ। ਸਰਦਾਰ ਜੀ, ਦੱਸੋ ਨਾ ਕੀ ਖਾਓਗੇ? ਅੱਛਾ ਅੱਛਾ, ਪੀ ਲੈ ਬਾਲਵਾ, ਵੇ ਮੈਂ ਕਦੋਂ ਦੀ ਖੜੀ ਅੜੀ, ਯੂ ਨੋ। ਸਰਦਾਰ ਜੀ, ਦੱਸੋ ਨਾ ਕੀ ਖਾਓਗੇ? ਵੇਖੋ, ਮੈਂ ਪੇੜੇ ਲੈ ਕੇ ਆਈ ਆ ਡੇ ਚਾਹ ਨਾਲ, ਥੋੜਾ ਜਿਹਾ ਤੇ ਖਾਓ। ਖਾਓ ਨਾ ਬਾਜੀ, ਬਾਜੀ ਪੈਨਕੇਕ ਬਣਾਵਾਂ ਤੁਹਾਡੇ ਲਈ। ਅਲੀ, ਦੱਸੋ ਨਾ ਤੁਸੀਂ ਕੀ ਖਾਓ ਤਾਂ ਕਿ ਮਨਸ ਨਹੀਂ ਚੇਂਜ ਹੋ। ਕੁਛ ਨਹੀਂ ਖਾਵਾਂਗਾ, ਮੈਨੂੰ ਛੱਡੋ, ਮੈਂ ਜਾ ਰਿਹਾ। ਕਿੱਥੇ ਭੱਜੇ ਜਾ ਰਹੇ ਹੋ? ਕਿੱਥੇ ਭੱਜੇ ਜਾ ਰਹੇ ਹੋ? ਭੱਜੀ ਨਹੀਂ ਜਾ ਰਿਹਾ, ਅੱਜ ਤਾਂ ਮੈਂ ਉੱਡੀ ਜਾ ਰਿਹਾ। ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮੈਂ ਕਿਹੜੇ ਅੰਬਰਾਂ ਦੇ ਵਿੱਚ ਉੱਡ ਰਿਹਾ, ਅੱਜ ਮੇਰੇ ਪੈਰ ਪੁੰਜੇ ਨਹੀਂ ਲੱਗ ਰਹੇ। ਤੇ ਫਿਰ ਉੱਡੋ ਨਾ, ਭੱਜ ਕਿਉਂ ਰਹੇ ਹੋ? ਉੱਡ ਰਿਹਾ, ਮੈਂ ਉੱਡ ਰਿਹਾ, ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਜਿੱਦਾਂ ਤੂੰ ਉੱਡੀ ਫਿਰਦੀ ਸੀ ਨਾ ਆਪਣੇ ਪਿਓ ਦੀ ਦੌਲਤ ਦੇ ਗੁਮਾਨ ਦੇ ਵਿੱਚ, ਅੱਜ ਉਸੇ ਗੁਮਾਨ ਦੇ ਵਿੱਚ ਮੈਂ ਉੱਡ ਰਿਹਾ, ਉਡਾ ਰਹੀਆਂ। ਸਰ, ਮੈਂ ਮਹਿਸੂਸ ਕਰ ਸਕਦਾ, ਤੁਸੀਂ ਨਹੀਂ ਮਹਿਸੂਸ ਕਰਦੇ, ਮੈਨੂੰ ਛੱਡ ਦਿਓ, ਮੈਨੂੰ ਜਾਣ। ਕੋਈ ਗੱਲ ਨਹੀਂ, ਵੇਖੋ ਨਾ ਪਤੀ ਦੇਵ, ਮੈਂ ਐਡੇ ਪਿਆਰ ਨਾਲ ਨਾਸ਼ਪਤੀ ਲੈ ਕੇ ਆਈ ਆ, ਖਾਓ ਨਾ। ਹਾਏ 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 ਹਾਏ, ਨਹੀਂ ਅੱਜ ਪਤੀ ਵਾਸਤੇ ਨਾਸ਼ਪਤੀ ਚੇਤੇ ਆ ਗਈ? ਅੱਜ ਤੱਕ ਤੇ ਪਤੀ ਦਾ ਨਾਸ਼ ਮਾਰਿਆ ਹੋਇਆ ਸੀ, ਹੈ? ਅੱਜ ਬੜਾ ਪਤੀ ਦੇਵ ਤੇ ਪਿਆਰ ਆ ਰਿਹਾ, ਨਾਸ਼ਪਤੀ ਆ ਰਹੀ ਪਤੀ ਵਾਸਤੇ। ਐਦਾਂ ਕਿਉਂ ਕਰਦੇ ਪਏ ਹੋ? ਖਾਓ ਨਾ ਇੱਕ। ਓ, ਮੈਂ ਨਾਸ਼ਪਤੀ ਵਾਲਾ ਪਤੀ ਨਹੀਂ ਰਹਿ ਗਿਆ, ਮੈਂ
करोड़पति हो गया, करोड़पति। मैं भी तो यही कह रही हूँ, मैं भी तो बन गई है ना करोड़ों की पत्नी। फिक्र सही कर, करोड़ों की पत्नी। हाँ मेरा मतलब है करोड़ पत्नी। करोड़ पत्नी, लॉटरी मेरी निकली है, ये बन गई करोड़ पत्नी। आगे तू कौन? मैं खाम खा। खाम खा नू छड़ मेरे वड्डे वीर, मेरे भरा तू आ खा। आ तेरे अज तुम भी बड़ा लाड आ रहा, कपड़े भी पूरे पाए ने, अज सलमान खान नहीं बनना है? ये जेड़ा सेब हाथ च फड़िया ना तुसी, ए सेब गल जाना, तुहाडी दाल नहीं गलनी। ये सब छोड़ो, ये सब छोड़ो, तुसी मैनू दसो मैं अपने मैनीक्योर हाथा लई तुहाडे वास्ते की बनावा। वाह, अज ते मेरी पू भैन नू बाजी, तुहाडी लाडली भैन परमिंदर। अज ते मेरी लाडली भैन पू यानी परमिंदर नू भी मेरे ते बड़ा लाड आ रहा, अज ख्याली पुलाव बनाउन तो वेल मिल गई है, अज मेरे से मांचो सूप भी बन रहे ने। वाह, तुसी किस तरह दीआं गल्लां कर रहे हो, मैं ते रोज कैलेंडर विच डेट कट रही हां, कदों रखड़ी आवे, कदों रखड़ी आवे, ते मैं अपने भरा दे सोने जे गुट ते रखड़ी बन्ना। मरे ते आ डेढ़ महीना पहला रखड़ी लंघ के गई है, उदों मौत पई सी, उदन किधर उजड़ी सी? सॉरी ना बाजी, ओ पिकनिक ते गई सी। उदन भरा नालों पिकनिकां चंगीआं हो गईआं, कोई नहीं अज तो मैं भी पिकनिक ते आ। तुसी गम ना लाओ, तुसी थोड़ा कटाओ, ए देखो ए कुटंगा दाना फर्स्ट क्लास। बड़े पाज ना मेरे मोढ़े कुटन दे, एदा दा लगे ना ते मेरा गला कुट दे। देखो जी क्यों होइया गल्ला कर दो, दिल तोड़न वालियां बाई कार्ड, कमाल हो गया, बंदे नु ना बंदा करोड़पति ना बनावे रब, किसे कोल पैसा आ जांदा किहो जी गल्ला कर दो। ए कैसा वाहियात दाज वैसे रखया घर च तू, ये दाज लै जा अपने प्यो दे मुंह ते मार के आ, उनू कह छोटी भैन तेरी दा ब्याह होणा ना, ओदे दाज विच तोड़ दे इहो जिहा घटिया दाज। छड्डो तुसी, ए दसो दसो की खाओगे? कुछ नहीं खाना मैं, कुछ नहीं खाना मैं, कुछ नहीं खाना मैं, कुछ नहीं खाना मैं। बैल पिछो जा पलेगा। हेलो, यस, बोल रहे हैं? शियादार, कुछ नहीं खाना मैं, स्टूपिड। सरदाजी दसो ना की खाओगे? मैं कुछ नहीं खाना, आज मेरे दफ्तर वाले ने भी खाना चेते आ गया, तो जिस दफ्तर आना तो आड़े से की ले आके रखी है, दसो की खाओगे? तो की खाओगे? दसो ना मैं की खाओगे? जहर खावांगा हुण आयो। ਭਾਜੀ ਸਤਿ ਸ੍ਰੀ ਅਕਾਲ ਸਾਨੂੰ ਪਾਰਟੀ ਸ਼ਾਟੀ ਦੇ ਦਿਓ। ਹੋ ਗਿਆ, ਖਲੋ ਜਾਓ, ਦੇ ਦਿਆਂਗੇ ਪਾਰਟੀਆਂ ਯਾਰ। ਮੁਬਾਰਕਾਂ ਮੁਬਾਰਕਾਂ ਦੇ ਲੱਗ ਦੇ, ਕੱਲ ਤੱਕ ਤੇ ਮੂੰਹ ਨਹੀਂ ਸੀ ਲਾਉਂਦੇ, ਅੱਜ ਚੁੰਮੀਆਂ ਲੈਣ ਡਏ। ਕਰੋੜਪਤੀ ਹੋ ਗਿਆ ਨਾ, ਪਹਿਲੇ ਨਹੀਂ ਸੀ ਨਾ ਰਾਜਵਾਰ। ਕੋਕੀ ਭਾਜੀ, ਜਿੱਦਾਂ ਰੱਬ ਨੇ ਤੁਹਾਡੀ ਸੁਣੀ ਹੈ ਨਾ, ਮੈਂ ਤੇ ਕਹਿੰਦਾ ਸਭ ਦੀ ਸੁਣੇ, ਇਸੇ ਲਈ ਤੇ ਕਹਿੰਦੇ ਨੇ ਰੱਬ ਜਦ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ। ਯਾਰ ਮੈਂ ਕਦੋਂ ਦਾ ਮੂੰਹ ਬੰਦ ਕਰਕੇ ਤੁਹਾਡੀਆਂ ਗੱਲਾਂ ਸੁਣੀ ਜਾਂਦਾ ਸਾਰਿਆਂ ਦੀਆਂ, ਰੱਬ ਛੱਪੜ ਪਾਰ ਕੇ ਦਿੰਦਾ, ਇਹ ਨਹੀਂ ਪਤਾ ਰੱਬ ਜਦੋਂ ਲੈਂਦਾ ਥੱਪੜ ਮਾਰ ਕੇ ਲੈਂਦਾ। ਕਿਸਮਤ ਦੀ ਗੱਲਾਂ ਕਰਦੇ ਭਾਜੀ, ਰੱਬ ਤਾਂ ਤੁਹਾਡੇ ਵਰਗੇ ਬੰਦਿਆਂ ਦੀ ਕਿਸਮਤ ਸਭ ਨੂੰ ਦਵੇ। ਕਿਸਮਤ ਨੂੰ ਰੋਈ ਜਾਂਦੇ ਇੱਥੇ, ਇਹ ਕਜ਼ੀਆ ਪਿਆ ਵੀ ਇੰਨੇ ਪੈਸੇ ਦਾ ਮੈਂ ਕਰਾਂ ਕੀ? ਵੈਰੀ ਸਿੰਪਲ, ਯੂ ਨੋ, ਇਹਨਾਂ 'ਚ 3-4 ਕਰੋੜ ਰੁਪਏ ਦਾ ਮੇਰੇ ਭਰਾ ਦਾ ਕੋਈ ਚੰਗਾ ਜਿਹਾ ਬਿਜ਼ਨਸ ਸ਼ੁਰੂ ਕਰਾ ਦਿਓ, ਕਸਮ ਨਾਲ ਅਸੀਸਾਂ ਦੇਏਗਾ ਤੁਹਾਨੂੰ। ਇੰਨੀਆਂ ਮਹਿੰਗੀਆਂ ਅਸੀਸਾਂ, ਮੇਰਾ ਦਿਮਾਗ ਨਹੀਂ ਖਰਾਬ ਹੋਇਆ, ਕਿਸੇ ਮੰਗਤੇ ਨੂੰ ਸਵੇਰੇ 20 ਰੁਪਇਆ ਦਿਆਂ ਨਾ ਮੈਂ, ਤੇ ਸ਼ਾਮ ਤੱਕ ਉਹਦਾ ਪੂਰਾ ਟੱਬਰ ਅਸੀਸਾਂ ਦੇਏਗਾ ਮੈਨੂੰ। ਉਹ ਭਾਜੀ, ਇਸ ਰਕਮ ਨਾਲ ਇੱਕ ਬਹੁਤ ਵੱਡਾ ਬੰਗਲਾ ਬਣਾਓ ਤੇ ਗੱਡੀ ਖਰੀਦੋ, ਲੰਬੀ ਮਰਸੀਡੀਜ਼। ਉਹ ਮਰਸੀਡੀਜ਼ ਤੇ ਇਹਨਾਂ ਦੇ ਨੌਕਰ ਚਲਾਣਗੇ, ਇਹਨਾਂ ਨੂੰ ਦਿਓ ਸਕੂਟਰ, ਸਕੂਟਰ ਚਲਾਣਗੇ। ਪੱਖੇ ਵਾਲਾ ਉਹਨੂੰ ਹੈਲੀਕਾਪਟਰ ਕਹਿੰਦੇ, ਘੱਟ ਪੜਿਆ ਇਹਨੂੰ ਪਤਾ ਨਹੀਂ। ਤੁਹਾਨੂੰ ਪਤਾ ਹੈ ਨਾ ਕਿ ਕੰਜਕਾਂ ਦੀ ਪੂਜਾ ਕਰੀਦੀ ਹੈ, ਤੇ ਮੈਂ ਤੁਹਾਡੀ ਨਿੱਕੀ ਜੀ ਕੰਜਕ ਭੈਣ, ਹਾਏ ਹਾਏ, ਮੇਰੇ ਤੇ ਪੈਸਾ ਖਰਚ ਕਰੋ, ਵੱਡੀ ਜੀ ਫਿਲਮ ਬਣਾਓ ਹੀਰੋਇਨ ਲੈ ਕੇ। ਹਾਂਜੀ ਹਾਂਜੀ, ਮੈਂ ਬਣਾਵਾਂਗਾ ਵੱਡੀ ਜੀ ਫਿਲਮ, ਬਣਾਵਾਂਗਾ ਤੁਹਾਨੂੰ ਹੀਰੋਇਨ ਲੈ ਕੇ, 28-29 ਘੰਟੇ ਦੀ ਫਿਲਮ ਹੋਏਗੀ, 15-16 ਇੰਟਰਵਲ ਹੋਣਗੇ ਉਹਦੇ ਚ। ਕੀ ਹੈ ਭਾਜੀ, ਤੁਸੀਂ ਮੈਨੂੰ ਹੀਰੋ ਬਣਾਉਣਾ? ਮੈਂ ਸਟਾਰ ਬਣਾਂਗਾ ਤੇ ਫਿਰ ਮੈਂ ਬੰਬੇ ਜਾ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਵਾਂਗਾ। ਬੰਬੇ ਜਾ ਕੇ ਪੈਰਾਂ ਤੇ ਖੜਾ ਹੁੰਦੇ, ਇੱਥੇ ਲਕਵਾ ਹੋਇਆ ਤੇਰੇ ਪੈਰਾਂ ਨੂੰ, ਇਹ ਸ਼ਕਲਾਂ ਹੁੰਦੀਆਂ ਹੀਰੋ ਆਉਣ ਵਾਲੀਆਂ ਹੈ? ਐਦਾਂ ਦੇ ਡੁਪਲੀਕੇਟ ਸੀੜੀਆਂ ਵੇਚਦੇ ਹੁੰਦੇ, ਡੁਪਲੀਕੇਟ ਸੀੜੀਆਂ। ਛੱਡੋ ਫਿਰ, ਇੱਕ ਕੰਮ ਕਰੋ, ਵੱਡੇ ਸਾਰੇ ਪੌਸ਼ ਏਰੀਆ ਦੇ ਵਿੱਚ ਨਾ ਮੈਨੂੰ ਬਿਊਟੀ ਪਾਰਲਰ ਖੋਲ ਦਿਓ।
ਪਿੱਟੇ ਮੂੰਹ ਤੇਰਾ, ਜਦੋਂ ਸੋਚੇਗੀ ਛੋਟਾ ਹੀ ਸੋਚੇਗੀ, ਛੋਟੀ ਸੋਚ ਤੇ ਵੱਡਾ ਸੋਚ ਲੈਂਦੇ। ਹਾਂ, ਇੱਕ ਵੱਡਾ ਸਾਰਾ 7 ਸਟਾਰ ਹੋਟਲ ਖੋਲ ਦਿਆ। ਯੈਸ, ਠੀਕ ਹੈ, ਤੇ ਉਹਦੀ ਪੌੜੀਆਂ ਥੱਲੇ ਨਾ ਮੈਨੂੰ ਪਾਰਲਰ ਖੋਲ ਦੇਣਾ। ਗਾਰੰਟੀ ਨਾਲ ਕਹਿੰਨੀ ਆ, ਹੋਟਲ ਚੱਲੇ ਨਾ ਚੱਲੇ ਪਾਰਲਰ ਚਲਾ ਕੇ ਵਿਖਾਵਾਂਗੀ। ਪਿੱਟੇ ਮੂੰਹ, ਤੇਰੀਆਂ ਸਕੀਮਾਂ ਦੇ ਮੇਰਾ 7 ਸਟਾਰ ਫੇਲ ਕਰਕੇ ਆਪਣਾ ਪਾਰਲਰ ਚੜਾਣ ਡਈ, ਵੇਖੀ ਕਦੀ ਜਨਾਨੀ ਐਦਾਂ ਦੀ। ਪਰ ਪਾਜੀ, ਤੁਹਾਨੂੰ 5 ਕਰੋੜ ਪੂਰਾ ਨਹੀਂ ਮਿਲਣਾ। ਸ਼ਕਲ ਚੰਗੀ ਨਾ ਹੋਵੇ ਨਾ, ਕਮ ਸੇ ਕਮ ਬੰਦੇ ਨੂੰ ਗੱਲ ਚੰਗੀ ਕਰ ਲੈਣੀ ਚਾਹੀਦੀ ਹੈ। ਤੁਸੀਂ ਸੋਚ ਸਮਝ ਕੇ ਬੋਲੋ, ਹੈ ਸੜ ਪੁੱਜ ਗਏ ਨੇ, ਹੋਰ ਕੁਝ ਨਹੀਂ ਹੈ। ਬਿਲਕੁਲ ਆ ਗਏ ਨੇ ਮੂੰਹ ਚੱਕ ਕੇ। ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ 5 ਕਰੋੜ ਪੂਰਾ ਨਹੀਂ ਮਿਲਣਾ। ਯਾਰੇ, ਇਹ ਆਇਆ ਕਿੱਧਰ, ਇਹਨੂੰ ਬਾਹਰ ਕੱਢੋ, ਕੱਢੋ ਇਹਨੂੰ, ਕੋਈ ਜਣਾ ਬਾਹਰ ਕੱਢੋ। ਦੇਖੋ, ਮੈਂ ਤੁਹਾਨੂੰ ਫੇਰ ਕਹਿ ਰਿਹਾ, ਤੁਸੀਂ ਮੇਰੀ ਨੌਲੇਜ ਤੇ ਸ਼ੱਕ ਕਰ ਰਹੇ ਹੋ। ਤੁਸੀਂ ਭੁੱਲ ਗਏ ਹੋ, ਗਵਰਨਮੈਂਟ ਦਾ ਰੂਲ ਹੈ ਕਿ 30% ਟੈਕਸ ਕੱਟਦਾ ਤੇ ਤੁਹਾਡਾ 1.5 ਕਰੋੜ ਰੁਪਏ ਚਲਾ ਜਾਏਗਾ ਟੈਕਸ ਵਿੱਚ। ਵਾਹ ਮੇਰਿਆ, ਗੱਲ ਤੇ ਮੈਂ ਸੋਚੀ ਨਹੀਂ, ਇਹਨੂੰ ਕੋਈ ਨਾ ਕੱਢੋ ਬਈ। ਹਾਂਜੀ ਹਾਂਜੀ, ਇਹਨੂੰ ਬਹਿਣ ਦੋ ਉੱਥੇ, ਕੋਈ ਨਹੀਂ ਕੱਢੋ ਅੱਗੋਂ ਦੱਸੋ। ਹਾਂਜੀ, ਆਪ ਕੱਟਿਆ ਜਾਏਗਾ 1.5 ਕਰੋੜ ਤੇ ਗਿਆ 5 ਕਰੋੜ ਦੇ ਵਿੱਚ। ਅੱਛਾ ਜੀ, ਕੁੱਗੀ ਸਾਹਿਬ, ਮੇਰੇ ਕੋਲ ਇੱਕ ਆਈਡੀਆ ਹੈਗਾ ਜੀ। ਹਾਂਜੀ, ਦੇਣਾ ਤੁਸੀਂ ਉੱਥੇ ਬੈਠੋ ਤਾਂ ਸਹੀ। ਓਕੇ, ਇੱਥੇ ਦੇਣ ਵਾਲਾ ਆਈਡੀਆ। ਮੈਂ ਇੱਕ ਸੇਠ ਨੂੰ ਜਾਣਦਾ ਵਾਂ, ਜੇ ਤੁਸੀਂ ਉਹਨੂੰ ਮਿਲ ਲਓ, ਆਪਣੀ ਲਾਟਰੀ ਦੀ ਟਿਕਟ ਉਹਨੂੰ ਦੇ ਦਿਓ, ਕਿਉਂ ਤੇ ਉਹ ਤੁਹਾਨੂੰ ਪੂਰੇ 5 ਕਰੋੜ ਰੁਪਏ ਦੇ ਦੇਗਾ। ਉਹਦਾ ਫਾਇਦਾ ਇਹ ਹੋਏਗਾ ਕਿ ਉਹ ਆਪਣੀ ਬਲੈਕ ਮਨੀ ਵਾਈਟ ਕਰ ਲਏਗਾ, ਕਿਉਂ ਜੀ? ਬਿਲਕੁਲ, ਵਾਟ ਅ ਗ੍ਰੇਟ ਆਈਡੀਆ। ਬਹਿ ਜਾ ਓਏ, ਆਂਚ ਅੱਗੇ, ਫਿਰ ਆਪਾਂ ਇੱਦਾਂ ਕਰਦੇ ਹਾਂ, ਆਪਾਂ ਕੱਲ ਹੀ ਚੱਲਦੇ ਹਾਂ ਸੇਠ ਵੱਲ। ਤੂੰ ਚੱਲੀਏ ਫਿਰ। ਠੀਕ ਹੈ, ਮੈਂ ਸਵੇਰੇ ਰੈਡੀ ਹੋ ਕੇ ਤੁਹਾਡੇ ਲਾ ਜਾਵਾਂਗਾ। ਸਕੂਟਰ ਨਹੀਂ, ਸਕੂਟਰ ਤੇ ਕਿਉਂ ਜਾਵਾਂਗੇ ਆਪਾਂ, ਮਤਲਬ ਗੱਡੀ ਛੱਡੀ ਕਰਾਂਗੇ, ਟੈਕਸੀ ਕਰਕੇ ਜਾਂਦੇ, ਅਜੇ ਮਿਲੇ ਨਹੀਂ ਨਾ ਪੂਰੇ। ਹੈਪੀ ਬਰਥਡੇ ਟੂ ਯੂ। ਉਠੋ 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 ਉਠੋ, ਚਲੋ ਆਪਾਂ ਨੇ ਚਮਚਮਾਦੀ ਹੋਈ ਵੱਡੀ ਸਾਰੀ ਕਾਰ ਲੈ ਕੇ ਆਈਏ। ਮੇਰੇ ਯਾਰ, ਰੱਬਾ, ਦਿਮਾਗ ਖਰਾਬ ਹੋ ਗਿਆ ਇਸ ਜਨਾਨੀ ਦਾ। ਉਹ ਵੇਖ, ਰਾਤ ਦੇ 2:15 ਨੇ, ਇਸ ਲਈ ਤੇ ਚੌਂਕੀਦਾਰ ਵੀ ਸੌਂ ਜਾਂਦੇ। ਕਿਹੜਾ ਸ਼ੋਰੂਮ ਖੁੱਲਾ ਜਿੱਥੋਂ ਤੈਨੂੰ ਕਾਰ ਲਿਆ ਕੇ ਦਿਆਂ ਮੈਂ? ਮੈਂ ਵੀ ਸਵੇਰੇ ਲੈਣ ਜਾਣ ਦੀ ਗੱਲ ਕਰ ਰਿਹਾ। ਕਾਰ ਦੀ ਨਾ ਸੋਚ, ਪਹਿਲਾਂ ਕਿਸੇ ਕੰਮ ਕਾਰ ਦੀ ਸੋਚ। ਕੰਮ ਕਰਨਗੇ ਸਾਡੇ ਨੌਕਰ, ਅਸੀਂ ਤੇ ਕਰਾਂਗੇ ਸ਼ਾਪਿੰਗ, ਲੰਚ, ਡਿਨਰ, ਉਹ ਵੀ ਵੱਡੇ 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 ਹੋਟਲਾਂ 'ਚ, ਜਿਨ੍ਹਾਂ ਨੂੰ ਬਸ ਅੱਜ ਤੱਕ ਬਾਹਰੋਂ ਦੇਖਦੇ ਰਹਿੰਦੇ ਸੀ। ਉਹ ਵੇਖੋ ਕਿੱਡਾ ਵੱਡਾ ਹੋਟਲ ਹੈ। ਗੱਲ ਤੇਰੀ ਠੀਕ ਆ ਚਮਕੋ, ਪਰ ਬਾਈ ਗੋਡ, ਮੈਨੂੰ ਬੜਾ ਡਰ ਲੱਗਣ ਡਿਆ, ਪਤਾ ਨਹੀਂ ਕਿਉਂ ਮੈਨੂੰ ਘਬਰਾਹਟ ਹੋਣ ਡਈ। ਤੁਸੀਂ ਐਵੇਂ ਡਰਦੇ ਰਹਿੰਦੇ ਹੋ, ਸੋ ਜਾਓ, ਤੁਸੀਂ ਸੋ ਨਾ ਸੋ, ਮੈਨੂੰ ਤਾਂ ਲੱਗੀ ਹੈ ਸੋਣ, ਕਿਉਂਕਿ ਮੈਂ ਵੇਖਣ ਦੇ ਸੁਪਨੇ ਕਾਰ ਦੇ, ਐਸ਼ ਦੇ ਔਰ ਕੈਸ਼ ਦੇ। ਓ ਗਾਡ, ਸੰਭਾਲ ਕੇ ਪਾ ਲਈਏ, ਟੈਕਨੀਕ ਟੈਚਿਸ ਕਿਉਂ ਪਾਣਾ, ਕਿਸੇ ਲਈ ਚੁੱਕਿਆ ਜਾਂਦਾ, ਜੇਬ 'ਚ ਰੱਖਾਂ, ਛੱਕ ਹੀ ਨਾ ਪਵੇ ਕਿਸੇ ਨੂੰ। ਭਾਜੀ 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 ਭਾਜੀ, ਤੁਸੀਂ ਇਕੱਲੇ ਜਾਓਗੇ, ਚੰਗਾ ਨਹੀਂ ਲੱਗਦਾ, ਮੈਨੂੰ ਨਾਲ ਲੈ ਜਾਓ, ਟੈਚੀ 'ਚ ਪੂਰਾ ਸਮਾਨ ਆਉਣਾ ਨਹੀਂ, ਨੋਟ ਜਿਹੜੇ ਨਾ ਇਹਨੂੰ ਗੱਠੜੀ ਬਣਾ ਕੇ ਆਉਂ ਚੁੱਕ ਕੇ ਅਤੇ ਆਉਂ ਵਾਪਸ ਲਿਆਵਾਂਗੇ। ਵਾਹ ਵਾਹ, ਨੋਟ ਗੱਠੜੀ ਬਣਾ ਕੇ ਇਹਦੇ 'ਚ ਪਾ ਕੇ ਆਉਂ ਚੁੱਕ ਕੇ, ਅਤੇ ਤੂੰ ਉੱਥੇ ਸਟੇਸ਼ਨ ਤੋਂ ਗੱਡੀ ਫੜ ਲੈ, ਮੈਂ ਖਾਲੀ ਹੱਥ ਘਰ ਆ ਜਾਂ, ਮੁੜ ਕੇ ਬਿਹਾਰ ਜਾ ਕੇ ਲੱਭਦੇ ਫਿਰੀਏ ਗੋਂਡਾ ਜ਼ਿਲ੍ਹਾ 'ਚ ਕੋਈ ਮੋਹਨ ਲਾਲ ਜੀ ਰਹਿੰਦੇ ਇੱਥੇ? ਮੋਹਨ ਲਾਲ, ਮੈਂ ਚੱਲਦਾ ਭਾਈ ਤੁਹਾਡੇ ਨਾਲ, ਕੋਈ ਤੇ ਸੋਲਿਡ ਆਦਮੀ ਚਾਹੀਦਾ ਨਾ ਨਾਲ। ਸੋਲਿਡ ਦੀ ਗੱਲ ਬਾਅਦ 'ਚ ਬੇਟਾ, ਪਹਿਲਾਂ ਆਦਮੀ ਤੇ ਹੋਵੇ ਘੱਟੋ ਘੱਟ, ਤਿੰਨ ਤੇ ਮੈਂ ਆਦਮੀਆਂ 'ਚ ਨਹੀਂ ਗਿਣਦਾ। ਕੀ ਹੋਇਆ, ਲੈ ਕੇ ਜਾਓ ਨਾਲ। ਏ, ਪਹਿਲੇ ਵਾਲੀ ਬੋਲੀ 'ਚ ਗੱਲ ਨਾ ਕਰ, ਮੈਂ ਕਰੋੜਪਤੀ ਹੋ ਗਿਆ ਝਾਟੋ। ਹਨੀ, ਕਮ ਔਨ, ਮੈਂ ਤਾਂ ਕਹਿ ਰਹੀ ਹਾਂ ਕਿ ਇਹਨੂੰ ਲੈ ਜਾਓ ਨਾ ਨਾਲ ਵਿਚਾਰੇ ਨੂੰ। ਵਾਹ, ਅੱਜ ਮੈਂ ਹਨੀ ਹੋ ਗਿਆ, ਪਹਿਲਾਂ ਹਨੀ ਬੀ ਵਾਂਗੂ ਡੰਗ ਮਾਰਦੀ ਰਹੀ ਮੇਰੇ। ਬਾਜੀ ਬਾਜੀ ਬਾਜੀ, ਮੈਂ ਨਾਲ ਤੇ ਜਾਏ ਕੋਈ ਨਹੀਂ, ਮੈਂ ਤੇ ਆਪਣੇ ਵੀਰ ਦਾ ਘਰ ਹੀ ਵੇਟ ਕਰਾਂਗੀ। ਤੂੰ ਵੈਸੇ ਦਵਾਈ ਉਹੀ ਕੰਟੀਨਿਊ ਕਰ, ਤੈਨੂੰ ਅਸਰ ਹੋ ਰਿਹਾ, ਠੀਕ ਹੋ ਰਹੀ ਹੈ ਤੂੰ ਪਹਿਲਾਂ ਨਾਲੋਂ? ਹਾਂ, ਫਰਕ ਪੈ ਰਿਹਾ ਤੈਨੂੰ। ਓਕੇ, ਆਈ ਐਮ ਲੀਵਿੰਗ ਨਾਓ। ਗੱਲ ਤੇ ਵੈਸੇ ਸੋਚਣ ਵਾਲੀ ਏ, ਐਡੇ ਵੱਡੇ ਸੇਠ ਨੂੰ ਮਿਲਣ ਜਾ ਰਿਹਾ ਤੇ ਮੈਂ ਇਕੱਲਾ ਜਾਂਦਾ ਚੰਗਾ ਲੱਗਣਾ? ਵੈਸੇ ਵੀ ਹੁਣ ਦੇਖੋ ਨਾ, ਐਡਾ ਵੱਡਾ ਬੰਦਾ ਹੋ ਗਿਆ, ਮੈਂ ਹੱਥ 'ਚ ਟੈਚੀ ਚੁੱਕਿਆ ਹੋਵੇ ਤਾਂ ਕੀ ਇੱਜ਼ਤ ਰਹਿ ਜਾਏਗੀ ਮੇਰੀ? ਬੰਦਾ ਤਾਂ ਨਾਲ ਇੱਕ ਚਾਹੀਦਾ। ਤੇ ਫਿਰ ਮੈਂ ਚੱਲਾਂ ਨਾਲ ਤੋਂ? ਹਾਂਜੀ, ਨਾ ਤੂੰ ਟੈਚੀ ਨਾਲ ਮੈਚ ਨਹੀਂ ਕਰਦਾ, ਤੂੰ ਟੈਚੀ ਚੁੱਕਿਆ ਹੋਇਆ ਤੇ ਲੱਗਣਾ ਜਾਂ ਤੂੰ ਝੂਠਾ ਜਾਂ ਟੈਚੀ ਝੂਠਾ। ਭਾਜੀ, ਮੈਂ ਤੈਨੂੰ ਫਿਰ ਵੀ ਕੰਸਿਡਰ ਕਰ ਸਕਦਾ ਮੈਂ, ਕਿਉਂਕਿ ਤੇਰੇ ਡੌਲੇ ਛੋਲੇ ਹੈਗੇ ਨੇ, ਔਰ ਲੱਗਦਾ ਕਿ ਬੰਦਾ ਟੈਚੀ ਚੁੱਕਦਾ ਹੋਣਾ, ਸਟੇਸ਼ਨ 'ਤੇ ਵੀ ਚੁੱਕਦਾ ਹੋਣਾ।
ਲੱਗਦਾ ਟੈਚੀ ਚੁੱਕਣ ਵਾਲਾ ਤੂੰ ਭਾਵੇਂ ਸ਼ਕਲ ਨੂੰ ਬੱਚੇ ਚੁੱਕਣ ਵਾਲਾ ਹੀ ਲੱਗਣਾ ਪਰ ਤੈਨੂੰ ਕੰਸਿਡਰ ਕਰ ਸਕਦਾ ਮੈਂ ਓਕੇ ਯੂ ਕਮ ਵਿਦ ਮੀ ਮੈਂ ਫੜ ਲੈਂਦਾ ਇੱਥੋਂ ਮੈਂ ਲੈ ਕੇ ਜਾਵਾਂਗਾ ਬਾਹਰ ਗੇਟ ਤੋਂ ਤੂੰ ਸਾਰਿਆਂ ਸਾਹਮਣੇ ਕਹਿਣਾ ਸਾਹਿਬ ਜੀ ਮੈਨੂੰ ਫੜਾਓ ਨਾ ਓਕੇ 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 ਭੈਣ ਜੀ ਓਕੇ ਭੈਣ ਨਹੀਂ ਤੁਸੀਂ ਓਕੇ ਡਾਰਲਿੰਗ ਜੀ ਓਕੇ ਸਰਵੈਂਟ ਜੀ ਕਿੱਥੇ ਗਏ ਚਲੋ ਓਕੇ ਪੂਰੇ ਹੋ ਗਏ ਨੇ ਕੋਈ ਨਹੀਂ ਓਕੇ ਸੇਠ ਜੀ ਮੇਰੀ ਗੱਲ ਤਾਂ ਸੁਣੋ ਉਹ ਕੀ ਗੱਲ ਸੁਣਾ ਤੇਰੀ ਮੈਂ ਗੱਲਾਂ ਸੁਣਾ ਸੁਣਾ ਕੇ ਤਾਂ ਤੂੰ ਮੇਰਾ ਦਿਮਾਗ ਖਰਾਬ ਕਰ ਦਿੱਤਾ ਉਹ ਪਿਛਲੇ ਪੈਸੇ ਮੋੜੇ ਨਹੀਂ ਆ ਗਿਆ ਮੂੰਹ ਚੱਕ ਕੇ ਉਹ ਸੇਠ ਜੀ ਮੈਂ ਤੁਹਾਡੇ ਨਾਲ ਧੰਦਾ ਕਰਨ ਆਇਆ ਤੇਰੇ ਨਾਲ ਧੰਦਾ ਕਰਨ ਦਾ ਮਤਲਬ ਜਾਣਦਾ ਉਹ ਇਸ ਤੋਂ ਵਧੀਆ ਸਾਰੀ ਉਮਰ ਹਰਿਦੁਆਰ 'ਚ ਬਹਿ ਕੇ ਸਾਧੂ ਬਣ ਕੇ ਬੈਠਾ ਰਹਾ ਮੈਂ ਗੰਗਾ ਨਹਾਵਾਂ ਤੂੰ ਆਪ ਤਾਂ ਡੁੱਬਿਆ ਬੈਠਾ ਹੈ ਉਹ ਸਾਰੀ ਦੁਨੀਆ ਨੂੰ ਡੁਬਾਏਗਾ ਤੂੰ ਸੇਠ ਜੀ ਘੁੱਗੀ ਭਾਜੀ ਨੇ ਇਹ ਤੁਹਾਨੂੰ ਕੁਛ ਦੇਣ ਆਏ ਤੇ ਤੁਹਾਡੇ ਕੋਲ ਕੁਛ ਲੈਣ ਵੀ ਆਏ ਨੇ ਉਹ ਕੀ ਦੇਣਗੇ ਮੈਨੂੰ ਉਹ ਕੋਈ ਸੋਨਾ ਕੋਈ ਜੇਵਰ ਉਹ ਕੋਈ ਚਾਂਦੀ ਬੰਦੀ ਹੈਗਾ ਵੇ ਸੋਨਾ ਚਾਂਦੀ ਪਿੱਤਲ ਤਾਂਬਾ ਕਾਂਸੀ ਉਹਨਾਂ 'ਚ ਹੀ ਫਸੇ ਨੇ ਅਜੇ ਤੱਕ ਇਹਨਾਂ ਤੋਂ ਉੱਪਰ ਵੀ ਬਹੁਤ ਖੁਸ਼ ਹੁੰਦਾ ਜਨਾਬੇ ਵਾਲੀ ਜਿਹੜੀ ਚੀਜ਼ ਮੈਂ ਲੈ ਕੇ ਆਇਆ ਨਾ ਤੁਹਾਡੇ ਪਿਤਾ ਜੀ ਨੇ ਵੀ ਕਦੀ ਨਹੀਂ ਵੇਖੀ ਸੇਠ ਥੋੜ੍ਹਾ ਜਿਹਾ ਆ ਜਾ ਸੋਫੇ ਤੋਂ ਹੇਠ ਤੈਨੂੰ ਮੈਂ ਦੱਸਾਂ ਮੈਂ ਲੈ ਕੇ ਆਇਆ ਲਾਟਰੀ ਦੀ ਟਿਕਟ ਲਾਟਰੀ ਲਾਟਰੀ ਲੈ ਕੇ ਆਇਆ ਮੇਰੇ ਕੋਲ ਓਏ ਤੂੰ ਮੈਨੂੰ ਜਵਾਰੀਆਂ ਸੱਟੇਬਾਜ਼ ਸਮਝਿਆ ਮੈਂ ਕੋਈ ਲਾਟਰੀਆਂ ਵੇਚਣ ਵਾਲਾ ਨਹੀਂ ਜਿਹੜਾ ਮੈਂ ਇੱਥੇ ਗੱਤੇ ਦੇ ਉੱਤੇ ਚੂੰਡੀਆਂ ਨਾਲ ਲਾਟਰੀਆਂ ਲਾ ਕੇ ਲਿਆਇਆ ਇਹ ਲਾਟਰੀ ਇਹ ਲਾਟਰੀ ਲਾਟਰੀਆਂ ਵੇਚਣ ਨਹੀਂ ਆਇਆ ਲਾਟਰੀ ਨਿਕਲੀ ਮੇਰੀ 5 ਕਰੋੜ ਰੁਪਏ ਦੀ ਤੇਰੇ ਜਿੰਨਾ ਹੀ ਸੇਠ ਹੋ ਗਿਆ ਮੈਂ ਵੀ ਗੱਲਾਂ ਨਾ ਮਾਰ ਬਹੁਤੀਆਂ ਤੂੰ ਮੈਨੂੰ ਪਾਗਲ ਸਮਝਿਆ ਜੇ ਆਪ ਪਾਗਲ ਹੈ ਉਹ ਜੇ ਤੇਰੀ 5 ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਬੈਂਡ ਬਾਜੇ ਵਾਲੇ ਨੂੰ ਬੁਲਾ ਹੈ ਉਹ ਆਤਿਸ਼ਬਾਜ਼ੀ ਉੜਾ ਮਜ਼ੇ ਲੁੱਟ ਮੇਰੇ ਕੋਲ ਕੀ ਸਵਾਹ ਖਾਣਾ ਹੈ ਪਿੱਛੇ ਹੋ ਜਾ ਤਾਂ ਮੈਂ ਗੱਲ ਕਰਦਾ ਇਹ ਲਾਟਰੀ ਦਾ ਰਿਜ਼ਲਟ ਇਹ ਲਾਟਰੀ ਇਹ ਨੰਬਰ ਚੈੱਕ ਕਰ ਲੈ ਵੈਸੇ ਪੂਰੇ ਹਿੰਦੁਸਤਾਨ ਨੂੰ ਯਾਦ ਹੋ ਚੁੱਕਿਆ ਵੈਸੇ ਨੰਬਰ ਹੋਣੇ ਇਹ ਦੇਖ ਨੰਬਰ ਤੇ ਇਹ ਫਸਟ ਪ੍ਰਾਈਜ਼ ਦਾ ਨੰਬਰ ਦੇਖ 5 ਕਰੋੜ ਰੁਪਇਆ ਨਿਕਲਿਆ ਮੇਰਾ 5 ਕਰੋੜ ਛੱਡ ਪਰ ਤੂੰ ਕੀ ਲੈਣਾ ਦੇਣਾ ਕੋਈ ਗੱਲ ਨਹੀਂ ਰੱਖੋ ਇਹਨੂੰ ਇੱਧਰ ਚਲੋ ਚੱਲੀਏ ਜੀ ਤੈਨੂੰ ਪਤਾ ਹੀ ਨਹੀਂ ਤੈਨੂੰ ਅਕਲ ਨਹੀਂ ਮੈਂ ਕਿੱਡੀ ਆਫਰ ਲੈ ਕੇ ਆਇਆ ਤੇਰੇ ਕੋਲ ਉਹ ਛੱਡੋ ਸਿਆਪਾ ਭਾਜੀ ਇਹਦਾ ਇਹਨੂੰ ਸਵਾਹ ਸਮਝ ਆਓ ਆਪਾਂ ਕਿਸੇ ਸਿਆਣੇ ਕੋਲ ਚੱਲਦੇ ਆ ਸਾਨੂੰ ਤਾਂ 5 ਦੀ ਥਾਂ ਤੇ 5.5 ਵੀ ਮਿਲ ਜਾਣਾ ਐਗਜ਼ੈਕਟਲੀ ਚੱਲ ਆਪਾਂ ਚੱਲੀਏ ਉੱਠੋ ਜੀ ਤੁਸੀਂ ਉੱਠੋ ਚੱਲੀਏ ਚਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਕੋਲ ਟਿਕਟ ਲੈ ਲਓ ਤੇ ਇਹਨਾਂ ਨੂੰ 5 ਕਰੋੜ ਰੁਪਇਆ ਦੇ ਦਿਓ ਤੁਹਾਡੀ ਬਲੈਕ ਮਨੀ ਵਾਈਟ ਹੋ ਜਾਏਗੀ ਸ਼ਾਇਦ ਤੂੰ ਸਹੀ ਕਹਿ ਰਿਹਾ ਮੇਰਾ ਕਾਲਾ ਧਨ ਵੀ ਚਿੱਟਾ ਹੋ ਜਾਊਗਾ ਮੈਂ ਹੁਣੇ ਲੈ ਕੇ ਆਇਆ ਇਹਨਾਂ ਨੂੰ ਬਿਠਾ ਨਹੀਂ ਬੈਠਣਾ ਨਹੀਂ ਚਲੋ ਚੱਲੀਏ ਮੈਂ ਹੁਣੇ ਲੈ ਕੇ 2 ਮਿੰਟ ਤੇ ਲੈ ਕੇ ਆਇਆ 5 ਕਰੋੜ ਮੈਂ ਹੁਣੇ ਲੈ ਕੇ ਆਇਆ ਭਾਜੀ ਨਹੀਂ ਨਹੀਂ ਕੀ ਲੋੜ ਹੈ ਇਹਨੂੰ ਇੰਨੀ ਅਕਲ ਨਹੀਂ ਕਿ ਦੱਸ ਤੂੰ ਕੱਟ ਕਟਾ ਕੇ ਜੋ ਤੈਨੂੰ 3-4 ਕਰੋੜ ਮਿਲੇਗਾ ਤੇਰਾ ਤੇ ਚਿੱਟਾ ਹੋ ਗਿਆ ਨਾ ਵਾਈਟ ਹੋ ਗਿਆ ਲਓ ਜੀ ਮਾਲ ਆ ਗਿਆ ਸਭ ਆ ਗਿਆ ਲਿਆਓ ਜੀ ਲਿਆਓ ਮੇਰਾ ਸੂਟ ਕੇਸ ਉਹ ਬਰੀਫ ਕੇਸ ਸੌਰੀ ਉਹ ਹਾਂ ਠੀਕ ਹੈ ਇੱਧਰ ਜੀ ਬਸ ਉਹ ਕਨਫਿਊਜ਼ਨ ਹੋ ਜਾਂਦੀ ਪੈਸਾ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦਾ ਅਸੀਂ ਕਿੱਥੋਂ ਦੇ ਪਾਣੀ ਹਾਰ ਲਿਆਓ ਜੀ ਵਾਹਿਗੁਰੂ ਲਿਆਓ 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 ਰੱਬਾ ਬਸ ਮਿਹਰ ਕਰ ਬਸ ਸੁੱਖ ਹੰਡਾਉਣੇ ਹੋਣ ਪੈਸੇ ਗਿਣਨ ਤਾਂ ਚਲੋ ਰਸਤੇ 'ਚ ਗਿਣਦੇ ਜਾਵਾਂਗੇ ਵਿਸ਼ਵਾਸ ਹੁੰਦਾ ਮੂੰਹ ਤੋਂ ਪਤਾ ਲੱਗ ਰਿਹਾ ਇਮਾਨਦਾਰ ਤੂੰ ਇਹਨਾਂ ਨੂੰ ਗਿਣ ਜ਼ਰਾ ਜਿਹਾ ਸੈੱਟ ਕਰ ਅਤੇ ਮੈਂ ਟਿਕਟ ਫੜਾਵਾਂ ਵੀ ਅਮਾਨਤ ਹੈ ਇਹਨਾਂ ਦੀ ਇਹ ਲਓ ਜੀ ਇਹ ਟਿਕਟ ਜੇ ਇਹਨੂੰ ਸਾਂਭ ਕੇ ਰੱਖੋ ਨੰਬਰ ਚੈੱਕ ਅਖਬਾਰ ਵੀ ਰੱਖ ਲਓ ਰਿਜ਼ਲਟ ਕਿਸੇ ਲਈ ਚੈੱਕ ਕਰਨਾ ਪੈਂਦਾ ਜਾਂ ਦਿਖਾਉਣਾ ਪੈਂਦਾ ਕਿਸੇ ਨੂੰ ਅਤੇ ਇਹ ਤੁਹਾਡੀ ਹੋਈ ਟਿਕਟ ਅਤੇ ਪੈਸੇ ਹੋਏ ਸਾਡੇ ਸਾਨੂੰ ਪੂਰਾ 5 ਕਰੋੜ ਮਿਲ ਗਿਆ ਤੇ ਤੁਹਾਨੂੰ ਜਿਹੜਾ ਸਰਕਾਰ ਵੱਲੋਂ ਕੱਟ ਕਟਾ ਕੇ ਮਿਲੇਗਾ ਉਹ ਸਾਰਾ ਚਿੱਟਾ ਵਾਈਟ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਚਿੱਟਾ ਹੋ ਜਾਊਗਾ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਤੇ ਆਪਾਂ ਹੁਣ ਚੱਲੀਏ ਮੇਰੇ ਖਿਆਲ ਨਾਲ ਤੇ ਕਿਸੇ ਦੇ ਘਰ ਆਓ ਚਾਹ ਪਾਣੀ ਪੀਂਦੇ ਹਾਂ ਓਕੇ ਜੀ ਮੈਂ ਹੱਥ ਵੈਸੇ ਮਿਲਾ ਬੈਠਾ ਕਨਫਿਊਜ਼ਨ 'ਚ ਬਾਰ ਬਾਰ ਮਿਲਾ ਰਿਹਾ ਓਕੇ ਬਹੁਤ ਮਿਹਰਬਾਨੀ ਧਿਆਨ ਰੱਖਿਓ ਬਸ ਆਪਣਾ ਤੁਸੀਂ ਆ ਜਾਓ ਲੇਟ ਨਾ ਹੋਵੋ ਚਲੋ ਜੀ ਹੈਲੋ ਮੈਂ ਸੇਠ ਨਾਰਾਇਣ ਦਾਸ ਬੋਲ ਰਿਹਾ ਹੁਣੇ ਹੁਣੇ 3 ਬੰਦੇ 5 ਕਰੋੜ ਰੁਪਇਆ ਮੇਰੇ ਘਰੋਂ ਲੈ ਕੇ ਗਏ ਨੇ ਧਿਆਨ ਨਾਲ ਮੇਰੀ ਗੱਲ ਸੁਣ 4 ਕਰੋੜ ਮੇਰਾ ਤੇ 1 ਕਰੋੜ ਤੇਰਾ ਨਹੀਂ ਨਹੀਂ ਬੰਦੇ ਬਿਲਕੁਲ ਸ਼ਰੀਫ ਨੇ ਇਹੋ ਜਿਹੀ ਕੋਈ ਗੱਲ ਨਹੀਂ ਐਡਰੈਸ ਨੋਟ ਕਰ ਇਸ ਘਰ ਮੇਂ ਨਾ ਮੇਰਾ ਦਮ ਘੁੱਟਦਾ ਹੈ ਬੱਲੇ ਨਹੀਂ ਤੇਰੇ ਸਦਕੇ ਜਾਵਾਂ ਪੈਸੇ ਅਜੇ ਘਰ ਨਹੀਂ ਆਏ ਤੇ ਤੂੰ ਹਿੰਦੀਆਂ ਤੇ ਆ ਵੀ ਗਈ ਹੈ ਇਸ ਘਰ ਮੇਂ ਤੇਰਾ ਦਮ ਘੁੱਟਦਾ ਹੈ ਮੈਂ ਗਲਾ ਘੁੱਟ ਦੇਣਾ ਤੇਰਾ ਤੈਨੂੰ ਮੈਂ ਦੱਸਾਂ 5 ਕਰੋੜ ਦਾ ਮਾਮਲਾ ਭਾਬੀ ਤੁਸੀਂ ਭਾਜੀ ਨੂੰ ਕੱਲੇ ਜਾਣ ਕਿੱਦਾਂ ਦਿੱਤਾ ਵੇ ਮੈਂ ਨਹੀਂ ਜਾਣ ਦਿੱਤਾ ਰਾਤੀ ਚੰਗਾ ਭਲਾ ਰੱਸੀ ਨਾਲ ਬੰਨ ਕੇ ਸੁੱਤੀ ਸੀ ਸਵੇਰੇ ਸਵੇਰੇ ਰੱਸੀ ਤੋੜਾ ਕੇ ਪਤਾ ਨਹੀਂ ਕਿੱਥੇ ਭੱਜ ਗਿਆ ਅਰੇ
ਪਾਜੀ ਕਿੱਥੇ ਨੇ? ਉਹਨਾਂ ਨੂੰ ਤੇ ਅਸੀਂ ਲੱਭ ਰਹੇ ਹਾਂ। ਕਿਤੇ ਕਿਡਨੈਪ ਤੇ ਨਹੀਂ ਹੋ ਗਏ? ਜੇ ਕਿਡਨੈਪ ਹੋ ਗਏ ਹੋਏ ਤੇ ਕੀ ਹੋਗਾ? ਉੱਡ ਰਿਹਾ ਮੈਂ, ਉੱਡ ਰਿਹਾ, ਤੁਹਾਨੂੰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਯਾਰੇ ਇਹ ਆਇਆ ਕਿੱਧਰ? ਇਹਨੂੰ ਬਾਹਰ ਕੱਢੋ, ਕੱਢੋ ਇਹਨੂੰ ਕੋਈ, ਇਹਨਾਂ ਬਾਹਰ ਕੱਢੋ। ਗਵਰਨਮੈਂਟ ਦਾ ਰੂਲ ਹੈ ਕਿ 30% ਟੈਕਸ ਕੱਟਦਾ ਹੈ ਤੇ ਤੁਹਾਡਾ 1.5 ਕਰੋੜ ਰੁਪਏ ਚਲਾ ਜਾਏਗਾ ਟੈਕਸ ਵਿੱਚ। ਮੈਂ ਇੱਕ ਸੇਠ ਨੂੰ ਜਾਣਦਾ ਹਾਂ, ਜੇ ਤੁਸੀਂ ਉਹਨੂੰ ਮਿਲ ਲਓ, ਆਪਣੀ ਲਾਟਰੀ ਦੀ ਟਿਕਟ ਉਹਨੂੰ ਦੇ ਦਿਓ। ਕਿਉਂ? ਲਓ ਜੀ ਮਾਲ ਆ ਗਿਆ, ਸੌਦਾ ਆ ਗਿਆ। 4 ਕਰੋੜ ਮੇਰਾ, 1 ਕਰੋੜ ਤੇਰਾ। ਛੱਡੋ ਵੀ ਨਾ, ਇੱਕ ਵਾਰ ਬ੍ਰੀਫ ਕੇਸ ਦਿਖਾਓ ਨਾ। ਬ੍ਰੀਫ ਕੇਸ ਵੇਖਣਾ ਨਾ? ਇਹ ਵੇਖੋ ਪੂਰੇ ਰੰਗ ਦਾ, ਇਧਰੋਂ ਵੀ ਪੂਰੇ ਰੰਗ ਦਾ, ਉੱਤੇ ਕੁੰਡਾ ਲੱਗਾ ਹੈ। ਕਰੋ ਜਮਲੀਆ ਨਾ ਮਾਰੋ, ਖੋਲ ਕੇ ਵਿਖਾਓ ਨਾ ਬ੍ਰੀਫ ਕੇਸ। ਅੱਜ ਮੈਂ ਬ੍ਰੀਫ ਕੇਸ ਖੋਲ ਕੇ ਵਿਖਾ ਦਾਂ ਤੁਹਾਨੂੰ, ਗਧੇ ਦੇ ਕੰਨ ਵਰਗੇ ਨੋਟ। ਤੇ ਜਿੱਦਣ ਮੈਂ ਲਾਟਰੀ ਦੀ ਟਿਕਟ ਪਾ ਕੇ ਆਇਆ ਸਾਂ, ਉਦੋਂ ਦੇ ਬੜਾ ਟੁੱਟ ਕੇ ਪਈ ਸਾਂ, ਟੁੱਟ ਪੈਣੀ ਹੈ। ਛੱਡੋ ਵੀ ਨਾ, ਕੀ ਮਾੜੀ ਮਾੜੀ ਗੱਲਾਂ ਦਿਲ ਤੇ ਲਾਉਂਦੇ ਹੋ, ਖੋਲ ਕੇ ਵਿਖਾਓ ਨਾ ਬ੍ਰੀਫ ਕੇਸ। ਖੋਲ ਜੀ, ਵਿਖਾਓ ਨਾ ਜੀ, ਵਿਖਾਓ ਨਾ ਜੀ, ਮੈਨੂੰ ਨਾ ਸਾਰੇ ਸਾਰੇ ਨੋਟ ਵਿਖਾਓ। ਮੈਂ ਇਕੱਠੇ ਨੇ ਨੋਟ ਕਦੀ ਵੇਖੇ ਨਹੀਂ, ਮੈਂ ਗਿਣਾਂਗਾ। ਕਦੀ ਨਹੀਂ ਵੇਖੇ? ਨਾ ਜੀ, ਪੱਕੀ ਗੱਲ ਹੈ। ਇਧਰ ਆ, ਤੁਸੀਂ ਰਾਜ ਵੀ ਰਹਿਣ ਦੇ। ਨਹੀਂ ਨਹੀਂ ਭਾਜੀ ਨੇ ਪੈਸਾ ਸੰਭਾਲ ਕੇ ਰੱਖਣਾ ਹੈ ਨਾ ਭਾਜੀ, ਤੁਸੀਂ ਮੈਨੂੰ ਫਿਲਮ 'ਚ ਐਜ਼ ਏ ਹੀਰੋ ਇੰਟਰੋਡਿਊਸ ਕਰਨਾ ਹੈ ਨਾ, ਤੇ ਫਿਰ ਮੈਂ ਸਟਾਰ ਬਣ ਜਾਣਾ ਰਾਤੋ ਰਾਤ। ਕਹਿੰਦੀ ਮੈਂ ਫਿਲਮ ਬਣਾਉਣੀ ਹੈ, ਐਨੀਮਲ ਚੈਨਲ ਤੇ ਆਏਗੀ। ਭਾਜੀ ਬਿਲਕੁਲ ਠੀਕ ਕਹਿ ਰਹੇ ਨੇ, ਇਹ ਮੂੰਹ ਤੇ ਮਸਰਾਂ ਦੀ ਦਾਲ, ਦਿਨੇ ਸੁਪਨੇ ਨਾ ਵੇਖ। ਇਹ ਪੈਸੇ ਤੇ ਮੇਰੇ ਪਿਆਰੇ ਭਾਜੀ ਨੇ। ਸ਼ਟ ਅਪ ਯਾਰਾ, ਭਾਜੀ ਤੇਰਾ ਸਾਰਾ ਟੱਬਰ ਮੇਰਾ ਦਿਮਾਗ ਖਰਾਬ ਕਰ ਦਿੱਤਾ ਇਹਨਾਂ ਨੇ ਸਾਰੇ ਟੱਬਰ ਨੇ। ਇਹ ਬਣਾ ਦੋ, ਉਹ ਬਣਾ ਦੋ, ਆਹ ਲਿਆ ਦੋ, ਆਹ ਲੈਣਾ, ਉਹ ਲੈਣਾ, ਇੰਨੇ ਦੇ ਦੋ, ਇਦਾਂ ਦੇ ਦੋ, ਉੱਥੇ ਦੇ ਦੋ। ਕਮਾਲ ਹੋ ਗਈ, ਪਾਗਲ ਕਰਦਾ ਟੱਬਰ ਮੇਰੇ। ਜਾਓ ਆਪਣੀ ਲਿਸਟ ਬਣਾ ਕੇ ਲਿਆਓ, ਲਿਸਟਾਂ ਬਣਾ ਕੇ ਲਿਆਓ, ਮੈਂ ਨਹੀਂ ਸੁਣ ਸਕਦਾ ਕੱਲੇ ਕੱਲੇ ਦੀਆਂ ਫਰਮਾਇਸ਼ਾਂ। ਚਲੋ ਠੀਕ ਹੈ, ਪਹਿਲਾਂ 1 ਕਰੋੜ ਰੁਪਏ ਦਿਓ, ਘਿਓ ਚੀਨੀ ਲੈ ਆਵਾਂ। ਘਿਓ ਚੀਨੀ ਲੈ ਆਵਾਂ? ਕਰੋੜ ਰੁਪਏ ਦਾ ਘਿਓ ਮੰਗਾਉਣ ਡਿਆ ਤੂੰ? ਹਿੰਦੁਸਤਾਨ ਚ ਵੰਡਣਾ ਪੂਰੇ ਚ? ਠੀਕ ਹੈ ਫਿਰ ਮੈਂ ਪੂਰੀ ਲਿਸਟ ਬਣਾ ਕੇ ਲਿਆਣਾ। ਚਲੋ ਚਲੋ ਚਲੋ, ਬੂਟ ਪਾਲਿਸ਼ ਕਰ ਜਾ ਕੇ। ਸਾਡੀ ਤੇ 1 ਲਾਈਨਰ ਲਿਸਟ ਹੈ ਤੇ ਉਹ ਹੈ ਫਿਲਮ, ਅਸੀਂ ਭਾਜੀ ਦੇ ਗੋਡਿਆਂ ਤੇ ਕਢਵਾ ਲਾਂਗੇ। ਹਾਂਜੀ ਹਾਂਜੀ, ਗੋਡਿਆਂ 'ਚ ਫਿਲਮ ਬਣੇਗੀ, ਗਿੱਟਿਆਂ 'ਚ ਹੀ ਲੱਗੇਗੀ, ਸਿਨੇਮੇ 'ਚ ਨਹੀਂ ਲੱਗਦੀ। ਤੇਰੀ ਤੇ ਮੈਂ ਫਿਲਮ ਬਣਾਵਾਂਗਾ ਵੇਖੀ, ਐਨੀਮਲ ਚੈਨਲ ਵਾਲੀ, ਚਿੰਤਾ ਨਾ ਕਰ ਤੂੰ। ਅੱਜ ਤੈਨੂੰ ਭਰਾ ਚੰਗਾ ਲੱਗਣ ਲੱਗ ਪਿਆ, ਇਹ ਉਹੀ ਭਰਾ ਹੈ ਤੇਰਾ ਜਿਹੜੇ ਬੈਕਵਰਡ, ਜਾਹਲ, ਗਵਾਰ, ਪੇਂਡੂ। ਪਰਾਂ ਹੋ ਜਾ, ਪੇਂਡੂ ਕੋਲੋਂ ਗੋਹਾ ਲਵਾ ਲੇਗਾ ਮੈਂ, ਪਰਾਂ ਹੋ ਜਾ। ਭਾਜੀ ਦੇਖਿਆ ਸਾਰਾ ਘਰ ਤੁਹਾਡੀ ਕਿੰਨੀ ਇੱਜ਼ਤ ਕਰਦਾ ਪਿਆ ਹੈ। ਕੁੱਤਿਆਂ ਦੇ ਭਾ ਨਹੀਂ ਪੁੱਛਦੇ, ਮੈਨੂੰ ਇੱਜ਼ਤ ਕਰਦੇ ਆ ਮੇਰੀ। ਇਹਦੇ ਮੂੰਹ ਨੂੰ ਹੁੰਦਿਆ ਦੇ ਸਭ ਕੁਝ, ਇਹ ਟੈਚੀ ਹੁਣੇ ਗਵਾਚ ਜੇ ਨਾ ਕਿਤੇ ਉਰੇ ਪਰੇ ਹੋ ਜੇ, ਦੁਪਹਿਰ ਦੀ ਰੋਟੀ ਨਾ ਦੇਣੇ ਚੰਦਰੇ ਮੈਨੂੰ। ਤੁਹਾਨੂੰ ਕੀ ਪਤਾ ਇਹਦੇ ਮੂੰਹ ਨੂੰ ਸਭ ਕੁਝ ਹੁੰਦਿਆ? ਤੁਹਾਨੂੰ ਵੀ 13 ਸਾਲ ਹੋ ਗਏ ਮਹੱਲੇ 'ਚ ਰਹਿੰਦੇ, ਤੁਸੀਂ ਅੱਜ ਤੱਕ ਦੀ ਸਤਿ ਸ਼੍ਰੀ ਅਕਾਲ ਬੁਲਾਈ ਸੀ? ਐਂ ਬੂਥਾ ਕਰਕੇ ਲੰਘ ਜਾਂਦੇ ਸੀ ਸਕੂਟਰ ਤੇ, ਤੁਸੀਂ ਵੀ ਸਵੇਰ ਦੇ ਬੈਠੋ ਤੇ ਇਹਨਾਂ ਦੀ ਚਾਹ ਵੀ ਬੈਠੇ, ਉੱਠੇ ਨਹੀਂ ਹੁਣ ਤੱਕ। ਭਾਜੀ ਤੁਸੀਂ ਕਿੰਨੇ ਮਜ਼ਾਕੀ ਹੋ। ਹੁਣੇ ਹੀ ਹੋਇਆ, ਅੱਜ ਤੱਕ ਤੇ ਨਹੀਂ ਲੱਗਾ ਕਦੀ ਤੁਹਾਨੂੰ ਮਜ਼ਾਕੀਆ। ਮੈਂ ਇਹਦੇ ਆਉਂਦਿਆਂ ਹੀ ਮੈਂ ਮਜ਼ਾਕੀਆ ਹੋ ਗਿਆ। ਪਰ ਹੋਵੇ ਭਾਈ, ਮੈਂ ਸੰਭਾਲ ਲੈਣਾ। ਨਹੀਂ ਨਹੀਂ ਕੋਈ ਗੱਲ ਨਹੀਂ, ਮੇਰੀ ਸੰਭਾਲ ਹੈ, ਐਡੀ ਮਾੜੀ ਨਹੀਂ ਹੋਈ। ਪਰ ਹੋਵੇ ਜੇ ਬਹੁਤੀ ਚੂਹ ਚੱਪੜ ਕਰਨ ਦੀ ਕੋਸ਼ਿਸ਼ ਕੀਤੀ ਨਾ, ਪੂਰੇ ਦਾ ਪੂਰਾ ਛੁਰਾ ਅੰਦਰ ਕਰ ਦਿਆਂਗਾ। ਹੱਥ ਉੱਪਰ, ਨਜ਼ਰ ਥੱਲੇ। ਵਾਹ ਭਾਜੀ, ਪੈਸੇ ਆਉਂਦੇ ਬਾਡੀਗਾਰਡ ਵੀ ਰੱਖ ਲਏ। ਚੁੱਪ ਓਏ, ਹੱਸੀ ਨਾ, ਹੱਸੇਗਾ ਤੂੰ ਤੇ ਜਾਨੋ ਜਾਏਗਾ ਇਹ। ਚਲੋ ਕੱਢੋ ਮਾਲ। ਕਿਹੜਾ ਮਾਲ? ਓਏ ਤਾਂ ਪਤਾ ਸਾਨੂੰ ਕੋਈ ਮਾਲ ਨਹੀਂ ਹੈਗਾ ਜੀ ਇੱਥੇ ਤੇ। ਤੇ ਇਹਦੇ ਵਿੱਚ ਕੀ ਹੈ? ਇਹ ਤੇ ਉਹ ਭੂਆ ਜੀ ਹੋਣਾਂ ਕੋਲ ਚੱਲਾ ਸੀ ਸੰਗਰੂਰ ਲਾ ਕੇ, ਬੜਬਰ ਹੁੰਦੇ ਨੇ ਵੱਡੇ ਭੂਆ ਜੀ, ਤੇ ਅਟੈਚੀ 'ਚ ਕਛੇ ਮਿਲਾ ਨਾਲੇ, ਬਸ ਇੱਕ ਛੋਟਾ ਤੌਲੀਆ ਲੀਕਾਂ ਵਾਲਾ, ਮੈਂ ਨਾਵਾ ਧੋਵਾਂਗੀ ਉੱਥੇ ਜਾ ਕੇ। 5 ਕਰੋੜ ਦੀ ਖੁਸ਼ਬੂ ਲੁਕੋਇਆ ਨਹੀਂ ਲੁਕਦੀ। ਦੇ ਦਿਓ ਭਾਜੀ, ਜੋ ਅਸੀਂ ਚਾਹੁੰਦੇ ਹਾਂ, ਚੁੱਪ ਕਰਕੇ 1 ਕਰੋੜ ਰੁਪਇਆ ਇੱਥੇ ਰੱਖ ਦਿਓ। ਨਹੀਂ ਤੇ ਦੇ ਦਿਓ ਭਾਜੀ, ਤੁਹਾਨੂੰ ਰੱਬ 5 ਕਰੋੜ ਰੁਪਇਆ ਫੇਰ ਦੇਗਾ। ਸਾਡੇ ਛੋਟੇ ਛੋਟੇ ਬੱਚੇ ਨੇ ਭਾਜੀ। ਤੇ ਕਿਉਂ ਛੋਟੇ ਜਮੇ? ਅਸੀਂ ਵੱਡੇ ਜਮ ਲੈਣੇ ਸੀ, ਸਾਡੇ ਸਨਸਾਨ ਕੀਤਾ ਛੋਟੇ ਜਮ ਕੇ? ਉਹਨਾਂ ਦੇ ਵੀ ਪੇਟ ਲੱਗੇ ਹੋਇਆ ਭਾਜੀ। ਉਹ ਚੁੱਪ ਓਏ, ਉਹਨਾਂ ਦੇ ਤਲੇ ਪਾਉਣਾ ਆ ਕਿ ਡਾਕਾ ਮਾਰਨਾ ਆ? ਮੈਂ ਭੁੱਲ ਗਿਆ ਸੀ, ਮੈਂ ਕਿਹਾ ਕਿਤੇ ਪੈਸੇ ਉਧਾਰ ਲੈਣਾ ਆ, ਛੇਤੀ ਕੱਢੋ। ਯਾਰ ਕਿਹੜੇ ਪੈਸੇ ਦਈਏ ਤੁਹਾਨੂੰ? ਇਹ ਪੈਸੇ ਲਾਈ ਤੁਸੀਂ, ਏਦਾਂ ਕਰ ਯਾਰ, ਇਹਨਾਂ ਨੂੰ ਦੇ 150। ਜਾਓ ਯਾਰ 150 ਲਾਓ ਤੇ ਜਾਓ ਤੁਸੀਂ ਇੱਥੋਂ। ਓਏ ਵਧਾਈਆਂ ਲੈਣੀਆਂ, ਮੈਂ ਡਾਕਾ ਮਾਰਨਾ ਇੱਥੇ।
यार केड़े पैसे पुछ रहे थे, कोई पैसे नहीं साडे कोल, साडे ते बिजली दा बिल देण वाला नहीं दिता गया, टेलीफोन कटिया पिया साडा। 5 करोड़ देण वाले सेठ ने सब कुछ दसता मैनू, असल च ओह तां डाकू है, सेठ ते तू है। इहदा मतलब उस कमीने सेठ ने तुहानू साडे पिछे लाया? पिछे नहीं लाया, उत्थे तां हिस्से भी पै गए, 4 करोड़ ओहदा, 1 करोड़ साडा। हुण समझ आई कमीनिया क्यों तू मैनू उस सेठ दे कोल लै के गया सी, दुर फिटे मुंह तेरे वर्गे गवांडी दे। भाजी किसी की शक्ल तो थोड़ी लिखा होंदा, हुण इहनां बदमाशां नूं वेख लो, शक्ल तो पुलिस वाले लगते ने पर करते ने गुंडागर्दी। इहनूं किद्दां पता लगा सी पुलिस वालिआं? देखो भाई गल ऐ आ, तुसीं मेरा 1 करोड़ मैनू दो, सेठ दीआं सेठ जाणे, नहीं तां मैं तुहाडा कम तमाम कर दूं। केहड़ा करोड़ यार, तूं मूंजी वेची मेरे कोल, ਉਹ ਤੂੰ ਗੰਨਾ ਸੁੱਟਿਆ ਸਾਡੇ ਵੱਲ ਕਾਹਦੇ, ਤੈਨੂੰ ਦਈਏ 1 ਕਰੋੜ ਰੁਪਈਆ, ਹੱਦ ਮਕਾਈ ਯਾਰ, ਤੂੰ ਸਾਂ ਕਰੋੜ ਨੂੰ ਮਖੌਲ ਸਮਝਿਆ ਤੁਸੀਂ? 5 ਕਰੋੜ ਤੋਂ 1 ਕਰੋੜ ਰੁਪਏ ਤੇ ਆ ਗਏ ਜੇ, ਦੇ ਦੋ 5 ਜਾ, ਉਸਰ ਫਸਰ ਨਾ ਕਰੋ, ਸਾਡਾ 5 ਕਰੋੜ ਚ 1 ਕਰੋੜ ਰੁਪਈਆ ਇੱਥੇ ਰੱਖੋ, ਨਹੀਂ ਆਤਮ ਹੱਤਿਆ ਕਰ ਦੂੰ, ਮੇਰਾ ਮਤਲਬ ਤੁਹਾਡੀ ਹੱਤਿਆ ਕਰ ਦੂੰ। ਉਹ ਯਾਰ ਤੁਹਾਡੀ ਫੇਵਰ ਚ ਗੱਲ ਕਰ ਰਿਹਾ ਕਿਉਂ, ਅੱਗੋਂ ਗੁੱਸੇ ਨਾਲ ਬੋਲ ਰਹੇ ਹੋ, ਇਹੀ ਕਹਿ ਰਿਹਾ ਭਾਜੀ ਦਿਓ ਇਹਨਾਂ ਦੇ ਪੈਸੇ, ਭੇਜੋ ਇਹਨਾਂ ਨੂੰ, ਬਦਤਮੀਜ਼ ਨਹੀਂ ਯਾਰ, ਡਾਕੇ ਵੀ ਮਾਰਦੇ ਨੇ, ਬੋਲਣਾ ਵੀ ਨਹੀਂ ਆਉਂਦਾ। ਛੇਤੀ ਕਰੋ ਕਰ ਰਿਹਾ ਛੇਤੀ, ਮੈਂ ਇੱਥੇ ਮਸ਼ੀਨ ਲਾਈ, ਟ੍ਰੇਲਰ ਮਸ਼ੀਨ ਲਾਈ, ਇੱਥੇ ਮੈਂ ਬੈਂਕ ਵਾਲੀ, ਤੈਨੂੰ ਪਿੱਛੇ ਕਰ ਯਾਰ, ਆ ਮੇਰੀ ਅੱਖ ਕੱਢ ਦੇਗਾ ਤੈਨੂੰ ਮੈਂ ਦੱਸਾਂ, ਅੱਧੇ ਨੋਟ ਗਿਣਾਂਗਾ ਇੱਕ ਅੱਖ ਨਾਲ, ਮੈਂ ਕਰੋੜ ਦੀ ਥਾਂ 50 ਲੱਖ ਦਿਆਂਗਾ ਇਹਨੂੰ, ਪਿੱਛੇ ਕਰ ਥੋੜਾ ਜਿਹਾ, ਇੱਧਰ ਰੱਖ ਇਹਨੂੰ ਆਪਣੇ ਕੋਲ, ਬੇਟਾ ਹੋ ਗਏ ਹੁਣੇ, ਚਲੋ ਯਾਰ ਆ ਫੜੋ ਜਿੰਨੇ ਹੈਗੇ ਨੇ, ਲੈ ਜਾਓ ਹੁਣ ਕੇ ਚਾਹ ਬਣਵਾਵਾਂ ਤੁਹਾਡੇ ਵਾਸਤੇ। ਯਾਰ ਕਿੱਡੀ ਪਾਰਟੀ 'ਤੇ ਆਏ ਹੋ ਤੁਸੀਂ, ਖੀਰ ਬਣਵਾਵਾਂ ਕਾਜੂ ਕਿਸ਼ਮਿਸ਼ ਪਵਾ ਕੇ। ਓਏ ਤੂੰ ਵੀ ਚੱਲ ਉੱਠ, ਚੱਲ ਇਹਨਾਂ ਦੇ ਮਗਰ ਹੀ ਤੂੰ ਵੀ। ਬੇਟੇ ਮੂੰਹ ਤੇਰੇ ਇਹੋ ਜਿਹੇ ਕਮੀਨੇ ਦੇ, ਵੇਖੀ ਇਹਨੇ ਬਾਹਰ ਜਾਂਦੇ ਨੇ ਆਪਣਾ 50 ਲੱਖ ਲੈ ਲੈਣਾ ਇਹਨਾਂ ਕੋਲੋਂ, ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ, ਘਰ ਵਾਲਾ ਐਵੇਂ ਨੀ ਰੇਡੀਓ 'ਚ ਗਾਣੇ ਆਉਂਦੇ। ਪਰ ਭਾਜੀ ਜੇ ਅਸੀਂ ਉਹਨਾਂ ਨੂੰ ਪੈਸੇ ਨਾ ਦਿੰਦੇ ਨਾ, ਪਤਾ ਨਹੀਂ ਉਹਨਾਂ ਨੇ ਫਿਰ ਕੀ ਕਰ ਦੇਣਾ ਸੀ। ਓਏ ਹੋਏ ਹੋਏ, ਸਲਮਾਨ ਖਾਨ ਦੇ ਚੇਲਿਆ ਉਸ ਤੋਂ ਬੜਾ ਸਲਮਾਨ ਖਾਨ ਬਣਿਆ ਫਿਰਦਾ, ਡੋਲੇ ਵਿਖਾਉਂਦਾ ਰਹਿੰਦਾ, ਹੈ ਚੋਰਾਂ ਨੂੰ ਵੇਖ ਕੇ ਰਾਜਪਾਲ ਯਾਦਵ ਬਣ ਗਿਆ। ਉਹ ਤਾਂ ਮੈਂ ਭਾਜੀ ਕਰਕੇ ਚੁੱਪ ਸੀਗਾ, ਨਹੀਂ ਫਿਰ ਤੁਹਾਨੂੰ ਤਾਂ ਪਤਾ ਹੀ ਆ ਕਿ ਮੈਂ ਉਹਨਾਂ ਦਾ ਕੀ ਕਰ ਦੇਣਾ ਸੀ। ਕਰ ਦੇਣਾ ਸੀ ਤੂੰ ਉਹਨਾਂ ਦਾ, ਮੈਨੂੰ ਪਤਾ ਤੇਰੀ ਔਕਾਤ ਦਾ, ਉਦੋਂ ਵਾਹ ਫੜ ਫੜ ਕੇ ਮੈਨੂੰ ਅੱਗੇ ਕਰੀ ਜਾਂਦੇ, ਭਾਜੀ ਅੱਗੇ ਹੋਵੋ, ਭਾਜੀ ਅੱਗੇ ਹੋਵੋ, ਤੂੰ ਤੇ ਕਹਾਵਤ ਝੂਠੀ ਪਾਤੀ ਵੀ ਆਪਣੀ ਗਲੀ 'ਚ ਕੁੱਤਾ ਵੀ ਸ਼ੇਰ ਹੁੰਦਾ, ਤੂੰ ਤੇ ਗਲੀ 'ਚ ਵੀ ਕੁੱਤਾ ਹੀ ਰਿਹਾ। ਕੁੱਤਾ ਜਾਂ ਨਾ ਕਹੀ ਜਾਇਆ ਕਰੋ, ਕਦੋਂ ਤੈਨੂੰ ਕੁੱਤਾ ਕਿਹਾ ਵੇ, ਭੌਂਕੀ ਜਾਂ ਨਾ ਤੂੰ। ਹੈਰੀ ਤੂੰ ਆਪਣੇ ਭਾਜੀ ਨਾਲ ਲੜਨਾ ਬੰਦ ਕਰ। ਆਹੋ ਤੂੰ ਲੜਨਾ ਬੰਦ ਕਰ, ਇਹਨੇ ਸ਼ੁਰੂ ਕਰਨਾ, ਲੜੋ। ਹੁਣ ਇਹ ਸਭ ਛੱਡੋ, ਪਹਿਲੇ ਸੋਚੋ ਕਰਨਾ ਕੀ ਹੈ, ਬੱਚੇ ਹੋਏ ਪੈਸਿਆਂ ਦਾ। ਕਰਨਾ ਕੀ ਹੈ ਬਈ, ਮੇਰੀ ਸਲਾਹ ਲਓ ਤੇ ਪੁਲਿਸ ਬੁਲਾਓ। ਆਹੋ ਤੇ ਜਿਹੜੇ ਪੈਸੇ ਬਚੇ ਨੇ ਉਹ ਪੁਲਿਸ ਵਾਲੇ ਲੈ ਜਾਣ, ਉਹ ਤੇਰੇ ਕੋਲ ਤਾਂ ਮੈਂ ਕਦੀ ਚਾਹ ਨਹੀਂ ਮੰਗੀ, ਤੂੰ ਸਲਾਹ ਦੇਣ ਡਿਆ ਕੰਬਖਤਾ, ਲੈ ਜਾ। ਮੈਂ ਪਤਾ ਕੀ ਕਹਿਣਾ, ਅੱਜ ਸਾਰੇ ਰਲ ਕੇ ਅਸੀਂ ਇਸ ਪੈਸੇ ਦੀ ਨਿਗਰਾਨੀ ਕਰਦੇ ਹਾਂ। ਨਿਗਰਾਨੀ ਕਰਦੇ ਹਾਂ, ਕਦੋਂ ਤੱਕ ਕਰਦੇ ਰਵਾਂਗੇ ਇਸ ਪੈਸੇ ਦੀ ਨਿਗਰਾਨੀ, ਕਦੋਂ ਤੱਕ ਕਰਾਂਗੇ ਰਖਵਾਲੀ? ਅਜੀ ਬਾਅਦ ਦੀ ਬਾਅਦ ਵਿੱਚ ਸੋਚਾਂਗੇ, ਪਹਿਲੇ ਅੱਜ ਰਾਤ ਤੇ ਨਿਗਰਾਨੀ ਕਰੀਏ। ਸਭ ਜਾਗਦੇ ਰਹੋ, ਸਭ ਰਖਵਾਲੀ ਕਰੋ।
हिफाजत करो, हिफाजत करो, सब जागो, रखवाली करो, कोई नहीं सोएगा। पौंकी जांदा सी कुत्ते वांगू रोई जांदा सी तू नहीं करदा तो हुण तू करदा सी मैं क्यों पौंकांगा नहीं ये है तो वॉइस ते मेल जई सी मेल रोना सी तुसी दोवे नहीं हो सकदी है मैं खुद भी नहीं मैं नहीं तू भी नहीं ऐ भी नहीं ते मतलब किन्ने कीता मैं देखा किन्ने कीता मतलब साडे घर किसी ने कुछ कीता कराया ते नहीं मैं खैर तुसी घबराओ ना अब मैं अब सारा खतरा मैं चेक करांगा घबराना नहीं किसी ने कोई बोलेगा नहीं कुछ कहेगा नहीं एक कोई खतरा है साडे घर विच मैं देखूंगा पर I will see to it कौन है Is there anybody? कौन है? जा रहे हो कोई भूत प्रेत देख ले? ना जी ना भूत प्रेता को नहीं डरते है ऐना डर शेर को लो जरूर किसी कीड़े ने बढ़िया होना मेनू लगता साडे घर विच चोरां दी एंट्री हो चुकी है भारी ਮੇਰੇ ਕਸੋਂਦੇ ਕੇ ਚੋਰ ਖੜ ਸਕਦੇ ਨੇ ਕਿਤੇ ਚੋਰ ਹੁੰਦੇ ਤਾਂ ਆਂਦੇ ਨਾ ਹੋਰ ਕਿਤੇ ਬੈਡਰੂਮ ਚ ਲੁੱਕ ਕੇ ਨਹੀਂ ਬੈਠੇ ਰਹਦੇ ਪਤਾ ਨਹੀਂ ਕਿਦਾਂ ਦੀ ਗੱਲਾਂ ਕਰਦੇ ਸਾਰੇ ਮੈਨੂੰ ਲੱਗਦਾ ਚੋਰਾਂ ਨੇ ਮੈਨੂੰ ਪੈਰਾਂ ਤੋਂ ਘੁੱਟ ਕੇ ਫੜਿਆ ਹੋਇਆ ਕੀ ਗੱਲ ਕਰਦੇ ਹੋ ਜੀ ਉਹ ਚੋਰ ਆਣਗੇ ਤੇ ਪਹਿਲਾਂ ਮੇਰੇ ਹਿੱਕ ਨਾਲ ਵੱਜਣਗੇ ਆਓ ਕੋਈ ਹੈ ਤੇ ਵੱਜੋ ਮੇਰੇ ਹਿੱਕ ਨਾਲ ਜੀ ਹਿੰਮਤ ਹੈ ਤਾਂ ਹਾਏ ਚੋਰ ਹੋਣਗੇ ਤੇ ਵੱਜਣਗੇ ਨਾ ਚੋਰ ਕੋਈ ਕਾਲੇ ਜਾਂ ਪੀਲੇ ਜਾਂ ਚਿੱਟੇ ਜਿੱਦਾਂ ਦੇ ਮਰਜ਼ੀ ਹੋਣ ਉਹ ਇੰਨੇ ਪਾਗਲ ਨਹੀਂ ਹੁੰਦੇ ਕਿ ਪੈਰ ਹੀ ਪੈਣਗੇ ਆ ਕੇ ਉਹਨਾਂ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ ਹੈ चोर खपाई है चोर होंगे तो नजर आंदे कोई जरूर चूहे होने कमाल कर रहे हो मेरी फैमिली डरा के रखती जान काट दी तुसी यार ऐदा ही साडे घर एंटर करके बिना नॉक किते इंट्रोडक्शन तां दियो कौन हो किधर आए हो तैनू नहीं दीदा काले कच्छे वाले काले चोर आ कैसे गरीब चोर हो यार कच्छे भी फिरी जांदे हो ਇੰਨੀਆਂ ਚੋਰੀਆਂ ਹੁੰਦੀਆਂ ਤੁਹਾਡੇ ਕੋਲ ਪੈਂਟਾਂ ਵੀ ਹੈ ਨਹੀਂ ਯਾਰ ਕੰਗਾਲੀ ਕਿ ਮੰਦਾ ਚੱਲ ਰਿਹਾ ਅੱਜ ਕੱਲ੍ਹ ਜੀ ਇਹ ਸਾਡਾ ਟ੍ਰੇਡਮਾਰਕ ਹੈ ਟ੍ਰੇਡਮਾਰਕ ਨਾਲੇ ਬੋਦੀ ਬਕ ਬਕ ਨਾ ਕਰ ਤੁਹਾਡੇ ਪੈਸੇ ਦੇ ਤੇ ਅਸੀਂ ਚੱਲੀਏ ਕਿਹੜੇ ਤੁਹਾਡੇ ਪੈਸੇ ਯਾਰ ਤੁਹਾਡੇ ਕੋਲੋਂ ਉਧਾਰ ਲਿਆ ਮੈਂ ਕੋਈ ਕਿਹੜੇ ਪੈਸੇ ਦੇਣੇ ਤੁਹਾਡੇ ਮੈਂ ਕਿਉਂ ਡਰਾ ਰਹੇ ਹੋ ਮਤਲਬ ਕਿਉਂ ਦਈਏ ਪੈਸੇ ਉਹ ਹਿੱਸਾ ਹੀ ਸਮਝ ਲੈ 5 ਕਰੋੜ ਦੀ ਲੋਟਰੀ ਲੱਗੀ ਹੈ ਸਾਡਾ ਵੀ ਹੱਕ ਬਣਦਾ ਹੈ ਕਮਾਲ ਦੀ ਗੱਲ ਹੈ ਯਾਰ ਕਮਾਈਆਂ ਸਾਡੀਆਂ ਮਿਹਨਤਾਂ ਸਾਡੀਆਂ ਤੁਹਾਡਾ ਹੱਕ ਕਿੱਦਾਂ ਬਣਦਾ ਵੀ ਵਿੱਚ ਕਾਹਦਾ ਹੱਕ ਬਣਦਾ ਤੁਹਾਡਾ ਇਹ ਤੇ ਉਹ ਗੱਲ ਹੋਈ ਇੱਕ ਤੇ ਚੋਰੀ ਦੇ ਉੱਪਰ ਮਤਜਾ ਮੈਂ ਕੀ ਹੈ ਕਿ ਬੱਬਾ ਉਹ ਸੀਨਾ ਚੋਰੀ ਓਏ ਬਸ ਕਰੋ 3 ਵਜ ਗਿਆ 3
ਅਸੀਂ 4 ਵਜੇ ਕਿਤੇ ਹੋਰ ਪਾਸੇ ਵੀ ਜਾਣਾ ਹੈ, ਸਾਡੀ ਹੋਰ ਪਾਸੇ ਵੀ ਅਪਾਇੰਟਮੈਂਟ ਆ, ਸਾਡੇ ਪੈਸੇ ਤੋਂ ਉੱਤੇ ਅਸੀਂ ਚੱਲੀਏ। ਤੁਸੀਂ ਉਧਰੋਂ ਜਾ ਕੇ ਆ ਜਾਓ, ਵਾਪਸੀ ਤੇ ਆ ਜਾਓ ਯਾਰ। ਓਏ ਫਿਰ ਪੱਕ ਪੱਕ ਕਰ ਰਹੇ ਆ, ਪੈਸੇ ਤੇ ਚੱਲੀਏ। ਐਕਸਕਿਊਜ਼ ਮੀ ਚੋਰ ਪਾਜੀ, ਉਹ ਗੱਲ ਸੁਣ ਪਾਜੀ, ਪਾਜੀ ਕਹਿ ਕੇ ਰਿਸ਼ਤਾ ਜੋੜਨ ਦੀ ਲੋੜ ਨਹੀਂ ਹੈ, ਮੇਰਾ ਹਿੱਸਾ ਕੱਢੋ ਤੇ ਮੈਂ ਜਾਵਾਂ, ਕਿਤੇ ਐ ਨਾ ਹੋਵੇ ਤੁਹਾਡਾ ਬਰੀਫ ਕੇ ਲੈ ਕੇ ਉੜ ਜਾ। ਬੈਗ ਤੇ ਬਾਅਦ ਚ ਬਜਾਉਂਦੇ ਰਹੋ ਟੱਲੀਆਂ ਤੇ ਗਾਉਂਦੇ ਰਹੋ ਭਜਨ। ਬੈਗ ਮੇਰਾ, ਬੈਗ ਚੰਗਾ ਹੋਇਆ ਯਾਦ ਕਰਾਤਾ ਜੇ, ਉਹ ਮੈਂ ਭੁੱਲ ਗਿਆ। ਓਕੇ ਯਾਰ, ਬੜੇ ਅੱਛੇ, ਮਤਲਬ ਇਨਸਾਨੀਅਤ ਨਾ ਚੋਰਾਂ 'ਚ ਮੈਂ ਬਹੁਤ ਦੇਖੀ। ਤੁਸੀਂ ਲਓ ਯਾਰ ਆਪਣਾ ਹਿੱਸਾ, ਇਹ ਫੜੋ ਤੁਸੀਂ, ਇਹ ਫੜੋ ਯਾਰ। ਇਹ ਕਿੰਨੇ ਬਣਦੇ ਤੁਹਾਡੇ ਵੈਸੇ, ਹੈ ਕਿੰਨੇ? ਤੁਸੀਂ ਇਹ ਫੜੋ, ਚੱਲੋ ਹੈ ਕਿੰਨੇ? ਉਹ ਤੂੰ ਕਿੰਨੇ ਨੂੰ ਗੋਲੀ ਮਾਰ ਸਵੇਰੇ ਅਖਬਾਰ 'ਚ ਪੜ੍ਹ ਲਈ ਯਾਰ, ਮੈਨੂੰ ਆਪ ਕੀ ਪਤਾ ਕਿੰਨੇ। ਚੱਲ ਚੱਲ ਬਈ, ਟੁੱਟ ਕੇ ਲੈ ਗਏ। ਔਰ ਰੋਣਾ ਮੈਨੂੰ ਚਾਹੀਦਾ, ਪੈਸੇ ਚੋਰਾਂ ਨੂੰ ਫੜਾ ਛੱਡੇ, ਆਪ ਰੋਂਦੇ ਪਏ ਹੋ, ਉਹ ਗਏ ਹੁਣ, ਕਿਹਨੂੰ ਰੋਏ ਹੋ? ਆ ਫੜ ਸਾਡਾ ਟ੍ਰੇਡਮਾਰਕ। ਓ ਫਿਟੇ ਮੂੰਹ, ਤੁਹਾਡਾ ਕਮੀਨੇ ਹੋ, ਆਪਣਾ ਟ੍ਰੇਡਮਾਰਕ ਦੀ ਧੋ ਵੀ ਲਿਆ ਕਰੋ। ਵੱਡਾ ਆਇਆ ਸਲਮਾਨ ਖਾਨ, ਕਰ ਰੋ ਪਾਨ, ਬਾਹਰ ਜਾ ਕੇ ਮਾਰ ਖਾਣ। ਵੱਡੇ ਆਏ ਸੀ ਚੋਰ ਫੜਨ, ਚੋਰ ਇਹਨਾਂ ਨੂੰ ਫੜਾ ਗਏ ਕੱਛੇ, ਤੇ ਕੀ ਕਰਨਾ ਹੁਣ ਇਹਨਾਂ ਦਾ? ਕਰਨਾ ਕੀ ਹੈ? ਮੈਂ ਬੜਾ ਬਿਹਤਰੀਨ ਜਿਹਾ ਸੁੰਦਰ ਸਸਤਾ ਟਿਕਾਊ ਆਈਡੀਆ ਦੱਸਣਾ ਤੁਹਾਨੂੰ। ਦੱਸੋ ਇਹਨਾਂ ਕੱਛਿਆਂ ਦਾ ਨਾ ਆਪਾਂ ਫਸਟ ਕਲਾਸ ਜੇਨਾ ਪੋਚੇ ਬਣਾ ਲੈਣੇ। ਸ਼ਾਬਾਸ਼ੇ ਤੁਹਾਡੇ, ਸ਼ਾਬਾਸ਼ੇ। ਹੈ 1 ਕਰੋੜ ਦੇ 2 ਪੋਚੇ, ਉਹ ਵੀ ਨੇਫੇ ਵਾਲੇ ਪੋਚੇ। ਮੈਂ ਦਫ਼ਤਰੋਂ ਫੋਨ ਕਰਿਆ ਕਰਾਂਗਾ, ਚਮਕੋ ਕੀ ਕਰ ਰਹੀ ਹੈ? ਕੁਛ ਨਹੀਂ ਜੀ, ਬਸ ਪੋਚਿਆਂ ਨੂੰ ਨਾਲੇ ਪਾ ਰਹੀ ਹਾਂ। ਤੇ ਉਹ ਕਰੇ ਆਈਡੀਏ ਦੇ ਨਾ, ਬੈਠੋ ਬੈਠੋ ਬੈਠੋ, ਤੁਸੀਂ ਖੇਚਣ ਨਾ ਕਰੋ, ਅੱਜ ਮੈਂ ਖੋਲ ਲੈਣਾ। ਨਹੀਂ ਨਹੀਂ ਮੈਂ ਜਾਣਾ ਯਾਰ, ਆਇਆ ਮੇਰੇ ਤਮੀਜ਼ ਨਾਲ ਪੇਸ਼ ਆਈ ਯਾਰ, ਬਦਤਮੀਜ਼ ਬੰਦਾ ਚਲਾ ਗਿਆ ਬੂਹੇ ਤੇ, ਇਹਨੂੰ ਤਾਂ ਗੱਲ ਕਰਨ ਵੀ ਆਉਂਦੀ ਕਿਸੇ ਆਏ ਗਏ ਨਾਲ, ਮੰਗਤਿਆਂ ਨਾਲ ਉੱਥੇ ਪੀਂਘਾ ਪਾ ਕੇ ਬਹਿ ਜਾਂਦਾ ਤੇ ਗੈਸਟਾਂ ਦੀ ਬੇਇੱਜ਼ਤੀ ਕਰਕੇ ਭਜਾ ਦਿੰਦਾ। ਕੀ ਹੋ ਗਿਆ, ਕੀ ਹੋਇਆ ਜੀ? ਬਤਾਈਆਂ ਹੋਰ ਦੋ ਉਹ ਪੈਸੇ ਵਾਪਸ ਕਰਨਾ ਹੈ? ਦੋ ਸ਼ਰੀਫ ਜੇ ਬੰਦੇ ਮੇਰੇ ਨਾਲ ਆਏ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਿ ਮਿਲਦਾ ਮੈਂ? ਸਤਿ ਸ਼੍ਰੀ ਅਕਾਲ। ਓ ਯਾਰ ਸਾਂਭੋ, ਬੈਠੋ। ਤੁਸੀਂ ਗੁਰਪ੍ਰੀਤ ਘੁੱਗੀ ਹੋ? ਹਾਂਜੀ, ਮੈਂ ਗੁਰਪ੍ਰੀਤ ਸਿੰਘ ਹੀ ਹਾਂ ਜੀ, ਗੁਰਪ੍ਰੀਤ ਘੁੱਗੀ। ਚਮਕੋ, ਮੈਂ ਸਮਝ ਗਿਆ ਪੂ ਨੂੰ ਵੇਖਣ ਵਾਸਤੇ ਆਏ ਹੋਣੇ ਆ, ਰਿਸ਼ਤੇ ਦੀ ਗੱਲ ਚੱਲ ਰਹੀ ਸੀ ਨਾ ਪੂ ਦੇ। ਉਹ ਪੂ ਸਿਰ ਟੱਕੋ, ਸਿਰ ਟੱਕੋ, ਅਸਲੀ ਟੱਕੋ, ਸਿਰ ਟੱਕੋ ਤੇ ਚਾਹ ਬਣਾ ਕੇ ਲਿਆਓ ਤੇ ਟ੍ਰੇ 'ਚ ਪਾ ਕੇ ਕੰਬਦੇ ਹੱਥਾਂ ਨਾਲ ਜਾਓ। ਅਸੀਂ ਇਨਕਮ ਟੈਕਸ ਡਿਪਾਰਟਮੈਂਟ ਤੋਂ। ਓ ਪੂ, ਇੱਥੇ ਬੈਠੋ। ਮਤਲਬ ਆ ਜਾਓ ਪਹਿਲੇ, ਬਦਤਮੀਜ਼ ਅੰਦਾਜ਼ ਵਿੱਚ ਹੀ ਉਹ ਨਹੀਂ ਹੈਗੇ ਜੋ ਸਮਝੋ ਜੀ ਆਪਾਂ। ਹੁਕਮ ਕਰੋ, ਕਿੱਧਰ ਆਇਆ ਜੀ? ਮਤਲਬ ਘਰ ਘੁਰ ਲੱਭ ਰਹੇ ਹੋ ਕਿਸੇ ਦਾ? ਮੈਂ ਦੱਸ ਦਿੰਦਾ, ਕਿੰਨਾ ਤੇ ਜਾਣਾ ਤੁਸੀਂ? ਕੀ ਲਓਗੇ ਤੁਸੀਂ? ਚਾਹ, ਦੁੱਧ, ਪੱਤੀ, ਲੱਸੀ? ਆਪ ਲੱਸੀ 'ਚ ਪੱਤੀ ਪਵਾ ਦਈਏ ਜੀ? ਨਹੀਂ, ਅਸੀਂ ਕੁਝ ਨਹੀਂ ਲਵਾਂਗੇ। ਨਹੀਂ ਨਹੀਂ, ਇਸ ਤਰ੍ਹਾਂ ਕਿਸ ਤਰ੍ਹਾਂ, ਕੁਛ ਤੇ ਲੈਣਾ ਪਏਗਾ ਨਾ। ਜੇ ਤੁਸੀਂ ਜ਼ਿਆਦਾ ਇੱਜ਼ਤ ਕਰਦੇ ਹੋ ਤੇ ਜ਼ਰੂਰ ਲਵਾਂਗੇ, 50-50। ਵੈਰੀ ਗੁੱਡ, ਬਿਸਕੁਟ ਲਿਆਓ, ਪਾ ਕੇ ਪਲੇਟ 'ਚ ਪਾ ਕੇ, ਵੱਡੀ ਸਾਰੀ ਪਲੇਟ 'ਚ ਜ਼ਿਆਦਾ ਬਿਸਕੁਟ ਪਾ ਕੇ ਲਿਆਓ, 50-50 ਬਿਸਕੁਟ। ਉਹ 50-50 ਨਹੀਂ, ਹਾਂ ਰਕਮ ਦਾ 50-50। ਕਿਹੜੀ ਰਕਮ ਦਾ 50-50? ਟੈਕਸ ਨਾ ਦੇਣ ਦੇ ਜੁਰਮ 'ਚ ਤੁਹਾਨੂੰ ਅਸੀਂ ਅੰਦਰ ਵੀ ਕਰ ਸਕਦੇ ਹਾਂ, ਮੇਰੇ ਖਿਆਲ ਤੁਸੀਂ ਇਹ ਨਹੀਂ ਚਾਹੋਗੇ। ਨਹੀਂ ਨਹੀਂ, ਜੇਲ੍ਹ ਵਾਲਾ ਕੰਮ ਬੜਾ ਔਖਾ ਜੀ। ਖੈਰ ਮੈਨੂੰ ਤਾਂ ਐਡੀ ਗੱਲ ਕੋਈ ਨਹੀਂ, ਪਰ ਇਹਨਾਂ ਨੂੰ ਫਿਰ ਰੋਟੀ ਦੇਣ ਆਉਣਾ ਪੈਣਾ ਜੇਲ੍ਹ 'ਚ, 3-3 ਡੰਗ ਦੀ ਰੋਟੀ ਦੇਣ ਆਉਣਾ ਕਿਤੇ ਸੌਖਾ? ਪੁੱਛਣਾ ਪੈਂਦਾ ਸਵੇਰੇ ਕੀ ਬਣਾ ਕੇ ਲਈਏ, ਟੀਂਡੇ, ਤਰੀ ਵਾਲੇ ਛੋਲੇ, ਬੜੀਆਂ ਦਿੱਕਤਾਂ ਆਉਂਦੀਆਂ। ਸਾਨੂੰ ਵੀ ਦਿਓ ਫਿਰ, ਅਸੀਂ ਵੀ ਜਾਈਏ। ਕਿ ਮਤਲਬ ਕੀ ਤੁਸੀਂ ਹੁਣੇ ਤਾਂ ਕਿਹਾ ਸੀ ਕੁਛ ਨਹੀਂ ਲੈਣਾ ਰਕਮ? ਮੈਨੂੰ ਲੱਗਦਾ ਦੇਣਾ ਹੀ ਪੈਣਾ, ਮੈਂ ਤੇ ਪਰੇਸ਼ਾਨ ਹੋ ਗਿਆ ਜੀ, ਮਗਰੋਂ ਲਾਈਏ ਇਹਨਾਂ ਨੂੰ। ਕੰਮ ਔਖਾ ਹੈ। ਮੈਂ ਗਿਣ ਕੇ ਫੜਾ ਦਿੰਦਾ ਤੁਹਾਨੂੰ, 3-5 ਤੂੰ ਹੱਥ ਲਾ। ਦੇਖੋ 5 ਸੀ ਨਾ, ਤੇ 2 ਲੁਟੇਰੇ ਵਾਰੀ ਵਾਰੀ ਆ ਕੇ 1-1 ਕਰੋੜ ਰੁਪਏ ਆਲਰੇਡੀ ਲੁੱਟ ਕੇ ਲਿਜਾ ਚੁੱਕੇ ਆ। ਕਸਮ ਖੁਦਾ ਮੈਂ ਝੂਠ ਨਹੀਂ ਬੋਲਦਾ, ਰੱਬ ਦੀ ਸੌਂ। ਦੇਖੋ ਜੀ, ਲੈਣ ਦੇਣ ਦੇ ਮਾਮਲੇ 'ਚ ਕਾਹਦਾ ਝੂਠ ਬੋਲਣਾ, ਇਹਨਾਂ ਤੋਂ ਪੁੱਛ ਲਓ ਕਿਸੇ ਕੋਲੋਂ। 2 ਕਰੋੜ ਦੇ ਚੁੱਕੇ ਆ, 3 ਬਚੇ ਆ ਉਹਦੇ 'ਚੋਂ। ਇਹ ਤੇ ਨੋਟ ਵੀ ਖੁੱਲ ਗਏ ਨੇ, ਛੱਡ ਦਿੰਦੇ ਆ। ਫੜਾਓ ਨਾ ਇੱਧਰ, ਬਸ ਕਰੋ ਨਾ। ਹੋ ਗਏ ਨੇ ਅੰਦਾਜ਼ ਦੇਖ ਲਓ।
अंदाजे नाल ही दे दिंदे आ। देखो जी डेट तुहाडा बणदा है। अच्छा ट्रे ओके दो नंबर दे पैसे नु हाथ नहीं ना लांदे होने। थैंक यू भाई। थैंक यू गुगी जी, बहुत बहुत मेहरबानी, वेरी शुक्रिया। थैंक यू बोल के गए यार, कमाल दी गल है। पहली बारी इन्हें कड़सी वाले बंदे वेखे, मैं दो बारी अगे भी लुटे गए, करोड़ करोड़ रुपया लुट के लै गए, किसी ने जान लग गया, दुर फिटे मुँह नहीं किया। थैंक यू बोल के गए ने यार, आते भावें भी लै जाते सारे। सौ बारी क्या सी करोड़ रुपया मैं दे दो, घ्यो च नहीं लिया ना, हूँ उतो भी गए। ऐसा फड़ यार, तू लिया जो लिया, बकवास मारता, घर च लुटेरे बैठे ने, बाहर लैन लुटना ही लुटना। मैं तो लगता खाली टैच ही रह जाना मेरे को, फिर बिना चुपड़िया रोटियां। घबराहट अंदर मेरे कौन रबा, मेरी लाटरी कदी कट दी, तू मेरी लाटरी कटती, लाटरी ने मेरी जान कटती, आए 5 करोड़ रुपया आया, ना आंदे पता लगा, ना जाते पता लगा, इधरों आया इधरों निकल गया, कोई आया करोड़ लुट के ला गया, कोई 1.5 करोड़ लुट के ला गया, कोई 50 ला गया, कोई 100 ला गया, मैं की करा, मैनू ना पैसा आंदे दा पता लगा, ना जाते पता लगा, हाय जानते हो जानते हो, कोई नहीं हौसला रखो, मैं तुम जान ही देंगा, जान नहीं दिंदा मैं, तुम्हें पता नहीं की होंगे। चमको चमको चमको, मैनू लगता है डॉक्टर कुछ हो रहा, मैनू बुलाओ, नहीं मतलब मैनु कुछ हो रहा, डॉक्टर बुलाओ, चमको धड़कन तो बिलकुल बंद हो पई है जी, इतने धड़कन होंगी नहीं, इतने होंगी है। अच्छा बीपी हाई है, हार्ट बीट भी बढ़ी हुई है, बड़ा नाजुक मामला मैडम, बड़ी खतरनाक बीमारी है, बड़ी रेयर बीमारी होंगी है, करोड़ चो किसी एक होंगी है जी। तेरा बेड़ा गर्क आ रहा जी, भी करोड़ आ गया बीमारी च भी, करोड़ा मैं ना सुन सुन के पागल हो चले, जेड़ा आंदा करोड़ की गल करता यार, मेरे कन्ना च करोड़ करोड़ के करोड़ करोड़ होने डई है, कल परसों दी यार मत मार ली करोड़ ने, मेरी बीमारी च भी करोड़ निकल आया यार, कमाल हो गई यार, मैं बीमारी तो परेशान, सरदार साहब बोलो ना, बीमारी बोलने नाल वधदी है। डॉक्टर साहब ऐसा सानू होया की है? मैडम इस बीमारी का ना है करोड़ अस्थिया ग्रेव्स, बड़ी घट लोगों को होंदी है, बड़ी खतरनाक बीमारी है मैडम, इस बीमारी का तो इलाज है ही नहीं। मैडम इंडिया च इलाज है नहीं, इस बीमारी का इलाज कराने इंग्लैंड जाना पैना, इंग्लैंड। वाओ फिर तो असि सारे इंग्लैंड जावांगे पाजी दा इलाज कराने वास्ते, उत्थे बहुत बड़े बड़े फैशन शो होंदे ने। डॉक्टर साहब पहले ये दसो इंग्लैंड जाने विच कितना टाइम लगेगा? ए जी तुसी ला लो वीजा प्रोसेसिंग दे 14-15 दिन लग जाएंगे। पर इन्ने दिन च अगर पाजी ठीक हो गए फिर? डॉक्टर साहब तुसी श्योर ਕੈਨਾ ਦੇ ਇਲਾਜ ਵਾਸਤੇ ਸਾਨੂੰ ਇੰਗਲੈਂਡ ਹੀ ਜਾਣਾ ਪੈਣਾ? ਤੇ ਕੀ ਹੋ ਗਿਆ, ਇੰਗਲੈਂਡ ਜਾਣਾ ਪਏਗਾ ਤੇ ਮੌਤ ਪੈ ਗਈ ਇੰਗਲੈਂਡ ਦਾ ਨਾਂ ਸੁਣ ਕੇ ਤੁਹਾਨੂੰ, ਹੋਰ ਮੈਂ ਨੂਰ ਮਹਿਲ ਜਾਵਾਂਗਾ? ਹੈ ਫੋੜੇ ਨਿਕਲੇ ਮੈਨੂੰ, ਮੈਨੂੰ ਐਡੀ ਵੱਡੀ ਬਿਮਾਰੀ ਹੋਈ ਹੈ, ਬਾਹਰ ਇਲਾਜ ਹੁੰਦਾ ਹੈ, ਵੱਡੇ ਬੰਦਿਆਂ ਨੂੰ ਬਿਮਾਰੀਆਂ ਹੁੰਦੀਆਂ ਬਾਹਰ ਇਲਾਜ ਕਰਾਉਣ ਜਾਂਦੇ ਨੇ, ਲੋਕਾਂ ਨੂੰ ਤੇ ਬਿਮਾਰੀਆਂ ਹੁੰਦੀਆਂ ਨਹੀਂ, ਬਾਹਰ ਇਲਾਜ ਕਰਾਉਣ ਤੁਰ ਪੈਂਦੇ ਵੱਡੇ ਵੱਡੇ ਬੰਦੇ, ਮੈਨੂੰ ਤੇ ਫਿਰ ਸੁੱਖ ਨਾਲ ਐਡੀ ਵੱਡੀ ਬਿਮਾਰੀ ਹੈ, ਮੈਂ ਨਹੀਂ ਜਾ ਸਕਦਾ ਇਲਾਜ ਕਰਾਉਣ। ਠੀਕ ਹੈ ਵੱਡੇ ਸਾਹਿਬ, ਕਰਾ ਲੈਂਦੇ 4 ਵੀਜ਼ੇ ਅਪਲਾਈ ਬਸ। 5 5 ਨਹੀਂ ਭਾਈ ਸਾਹਿਬ, 7 7 ਅਸਲ 'ਚ ਬੜੀ ਖਤਰਨਾਕ ਬਿਮਾਰੀ ਹੈ, ਪਲੇਨ 'ਚ ਅਕਸਰ ਹੋ ਜਾਂਦੀ ਹੈ, ਐਮਰਜੈਂਸੀ ਡਾਕਟਰ ਵੀ ਚਾਹੀਦਾ। ਤੇ ਠੀਕ ਹੈ ਤਾਂ ਵੀ 6 ਵੀਜ਼ੇ ਹੋਏ। ਇੱਕ ਮੇਰਾ ਛੋਟਾ ਭਰਾ ਵੀ ਹੈ ਜੀ, ਉਹਨੂੰ ਐਜ਼ ਏ ਕੰਪਿਊਟਰ ਨਾਲ ਚੱਲਾਂਗੇ, ਉਹਨੂੰ ਇੰਗਲੈਂਡ 'ਚ ਸੈੱਟ ਕਰਨਾ ਜੀ। ਮੈਂ ਅਸਲ 'ਚ ਤੇ ਮੂੰਹ ਤੇਰਾ ਕਮੀਨੇ ਆ ਡਾਕਟਰ, ਮੈਂ ਮਾਰ ਕੇ ਮੁੱਕਾ ਤੇ ਤੇਰੇ ਨੱਕ 'ਚੋਂ ਲਹੂ ਕੱਢ ਦਿਆਂ, ਮੈਂ ਬਦਤਮੀਜ਼, ਹਰ ਕੰਮ 'ਚ ਬਿਜ਼ਨਸ ਲੱਭ ਰਿਹਾ ਯਾਰ, ਤੁਸੀਂ ਕਿੱਡਾ ਕਮੀਨਾ ਆਦਮੀ ਹੈ, ਮੇਰੀ ਬਿਮਾਰੀ ਦੇ ਵਿੱਚੋਂ ਵੀ ਫਾਇਦੇ ਲੱਭ ਰਹੇ ਆ, ਮਰੀਜ਼ ਨਾਲ ਕਬੂਤਰ ਬਾਜ਼ੀਆਂ ਹੋ ਰਹੀਆਂ ਯਾਰ, ਬੇਟੇ ਮੂੰਹ ਤੇਰਾ ਮੇਰਾ ਮੈਂ ਟੈਚੀ ਮਾਰ ਕੇ ਮਾਰ ਦੇਣਾ।
ਭਾਈ ਸਾਹਿਬ ਬਿਮਾਰੀ ਬਹੁਤ ਵੱਧ ਗਈ ਇਹਦਾ ਇਲਾਜ ਕਰਾਓ ਇਲਾਜ ਕਰਾਣਾ 10 ਮਿੰਟ ਮੈਂ ਤਾਂ ਦੱਸਾਂ ਤੇਰਾ 10 ਮਿੰਟ ਚ ਇਲਾਜ ਕਰਾਉਣਾ ਪੈ ਜਾਣਾ ICU ਚ ਹੋਏਗਾ 5 ਮਿੰਟ ਬਾਅਦ ਕੋਈ ਨਹੀਂ ਕੋਈ ਨਹੀਂ ਭਾਜੀ ਕਿੱਥੇ ਜਾਏ ਭਾਜੀ ਪੇੜਾ ਗਰਕ ਹੋ ਗਿਆ ਭਾਜੀ ਦਾ ਹੈ ਇਸ ਪੈਸੇ ਨੂੰ ਮੱਤ ਮਾਰ ਲਈ ਜਿਹੜਾ ਆਉਂਦਾ ਮੇਰੇ ਕੋਲ ਫਾਇਦੇ ਲੱਭ ਰਿਹਾ ਆਪਣੇ ਮੈਨੂੰ ਤਾਂ ਆ 2-3 ਦਿਨਾਂ 'ਚ ਹੀ ਅਕਲ ਆ ਗਈ ਜਦੋਂ ਦਾ ਪੈਸਾ ਨਿਕਲਿਆ ਮੈਨੂੰ ਸਭ ਸਮਝ ਆ ਗਈ ਹੈ ਰਿਸ਼ਤੇਦਾਰੀਆਂ ਸਾਕ ਸੰਬੰਧੀ ਤੁਹਾਡੇ ਯਾਰ ਦੋਸਤ ਸਭ ਇਸ ਪੈਸੇ ਦੇ ਪੀਰ ਨੇ ਪੈਸਾ ਆਇਆ ਇਸ ਪੈਸੇ ਨੇ ਮੇਰੀ ਜ਼ਿੰਦਗੀ 'ਚੋਂ ਖੁਸ਼ਹਾਲੀ ਖਤਮ ਕਰ ਦਿੱਤੀ ਹੈ ਮੇਰੇ ਕੋਲ ਐਨਾ ਹੀ ਸੀ ਹੁੰਦਾ ਮੈਂ ਬੜਾ ਖੁਸ਼ਹਾਲ ਸੀ ਭਾਵੇਂ ਤੁਹਾਡੇ ਸਾਰਿਆਂ ਦੇ ਥੱਲੇ ਲੱਗਾ ਸੀ ਮੈਂ ਫਿਰ ਵੀ ਕਿੰਨਾ ਇੰਜੋਏ ਕਰ ਰਿਹਾ ਸੀ ਇਸ ਪੈਸੇ ਨੇ ਮੇਰੇ ਨੂੰ ਬਰਬਾਦ ਕਰ ਦਿੱਤਾ ਬਸ ਫਾਈਨਲ ਡਿਸੀਜਨ ਹੋ ਗਿਆ ਨਾ ਰਹੇਗਾ ਬਾਂਸ ਨਾ ਵਜੇਗੀ ਪੀਪਣੀ ਬਾਂਸਰੀ ਹਾਂ ਬਾਂਸਰੀ ਕਨਫਿਊਜ਼ ਹੋ ਗਿਆ ਯਾਰ ਐਡੇ ਸਿਆਪੇ 'ਚ ਪਤਾ ਲੱਗਦਾ ਬਾਂਸਰੀ ਕਿ ਪੀਪਣੀ ਬਸ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੈਸਾ ਹੀ ਇਸ ਘਰ 'ਚ ਨਹੀਂ ਰਹੇਗਾ ਇਸ ਪੈਸੇ ਨੂੰ ਮੈਂ ਇਸ ਘਰ 'ਚ ਨਹੀਂ ਰਹਿਣ ਦਿਆਂਗਾ ਇਸ ਪੈਸੇ ਨੂੰ ਮੈਂ ਦਾਨ ਕਰਕੇ ਆਵਾਂਗਾ ਅਨਾਥ ਆਸ਼ਰਮ ਦੇ ਵਿੱਚ ਪੈਸਾ ਦਾਨ ਕਰਕੇ ਆਵਾਂਗਾ ਮਰ ਗਿਆ ਭਾਜੀ ਮਰ ਗਿਆ ਭਾਜੀ ਹੁਣ ਮੈਂ ਜੁੱਤੀਆਂ ਵੀ ਰਾਹ 'ਚ ਹੀ ਪਾਵਾਂਗਾ ਛੱਡ ਦਿਓ ਛੱਡ ਦਿਓ ਔਰ ਬੈਗ ਫੜੋ ਭਾਜੀ ਰਹਿਣ ਦਿਓ ਬੈਗ ਭਾਜੀ ਇਸ ਤੁਸੀਂ ਨਾ ਠੀਕ ਨਹੀਂ ਕੀਤਾ ਚੁੱਪ ਕਰ ਵੱਡੀਏ ਸਿਆਣੀਏ ਤੈਨੂੰ ਜ਼ਿਆਦਾ ਪਤਾ ਮੈਂ ਠੀਕ ਕੀਤਾ ਕਿ ਨਹੀਂ ਕੀਤਾ ਹੈ ਮੈਨੂੰ ਪਤਾ ਮੈਂ ਬਿਲਕੁਲ ਠੀਕ ਕੀਤਾ ਪੈਸਾ ਤੇ ਪਾਗਲ ਕਰ ਦੇਣ ਲੱਗਾ ਸੀ ਮੈਨੂੰ ਰੱਬ ਦੀ ਉਨੀ ਖੁਸ਼ੀ ਮੈਨੂੰ ਪੈਸਾ ਮਿਲਣ ਦੀ ਨਹੀਂ ਸੀ ਹੋਈ ਜਿੰਨੀ ਖੁਸ਼ੀ ਮੈਨੂੰ ਪੈਸਾ ਦਾਨ ਕਰਕੇ ਹੋਈ ਹੈ ਚਮਕੋ ਦਰਅਸਲ ਪੈਸਾ ਬਹੁਤ ਕੁਝ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਇਹ ਤੇ ਐਵੇਂ ਅਸੀਂ ਆਪਣੀਆਂ ਲੋੜਾਂ ਵਧਾਈਆਂ ਅਸਲੀ ਦੌਲਤ ਮਨ ਦੀ ਸ਼ਾਂਤੀ ਮਨ ਦਾ ਸਕੂਨ ਹੁੰਦੀ ਹੈ ਪਰ ਤੈਨੂੰ ਇਹਨਾਂ ਗੱਲਾਂ ਦਾ ਕੀ ਮਤਲਬ ਕਹਿੰਦੇ ਆ ਨਾ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਤੂੰ ਕੀ ਲੈਣਾ ਅਦਰਕ ਦੇ ਸਵਾਦ ਚੋਂ ਤੂੰ ਸੌਂ ਜਾ ਸੌਂਦੀ ਨਹੀਂ ਬਈ ਦਰਅਸਲ ਜਦੋਂ ਤੁਹਾਡੀ ਲੋਟਰੀ ਨਿਕਲੀ ਸੀ ਨਾ ਤੇ ਅਗਲੇ ਦਿਨ ਮੈਂ ਵੀ ਲੋਟਰੀ ਪਾਈ ਸੀ ਚਲੋ ਜੀ ਅਸੀਂ ਤੇ ਪੈਸੇ ਦਾ ਸਵਾਦ ਵੇਖ ਲਿਆ ਤੁਸੀਂ ਵੀ ਲਾਟਰੀ ਕਢਾ ਲਓ ਵੇਖ ਲਓ ਤੁਸੀਂ ਵੀ ਸਵਾਦ ਇਹ ਵੈਸੇ ਤੇਰੇ ਮਨ ਦਾ ਵਹਿਮ ਹੀ ਤੈਨੂੰ ਮੈਂ ਦੱਸਾਂ ਪੈਸੇ ਨਿਕਲਣ ਤੋਂ ਬਾਅਦ ਵੀ ਕੋ ਮਨ ਦੀ ਬਹੁਤੀ ਸ਼ਾਂਤੀ ਨਹੀਂ ਮਿਲ ਜਾਂਦੀ ਐਸੇ ਲਈ ਮੈਂ ਡਿਸਾਈਡ ਕੀਤਾ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਲਾਟਰੀ ਨਿਕਲ ਆਏ ਮੈਂ ਇਹਦਾ ਪੋਸਟਮਾਰਟਮ ਕਰ ਦਿਆਂ ਯਾਨੀ ਕਿ